ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦਿੱਲੀ ਦੀ ਟੀਮ ਅਸੀਂ ਮੌਜੂਦ ਹੈਗੇ ਹਾਂ ਭਾਈ ਲਾਲੋ ਜੀ ਗੁਰਦੁਆਰਾ ਸਾਹਿਬ ਅਤੇ ਉਹਨਾਂ ਦੇ ਨਾਲ ਲੱਗਦੇ ਭਾਈ ਲਾਲੋ ਜੀ ਪਬਲਿਕ ਸਕੂਲ ਵਿਖੇ ਜਿੱਥੇ ਕਿ ਬੱਚਿਆਂ ਵਾਸਤੇ ਲੱਗਦੇ ਨੇ ਸਮਰ ਐਜੂਕੇਸ਼ਨਲ ਕੈਂਪ। ਲਗਾਤਾਰ 6ਵਾਂ ਸਾਲ ਹੈਗਾ ਕਿ ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਵੱਲੋਂ ਐਜੂਕੇਸ਼ਨਲ ਕੈਂਪ ਲਗਾਏ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਸਾਰੇ ਹੀ ਬੱਚਿਆਂ ਵਾਸਤੇ ਇਰਰਿਸਪੈਕਟ ਆਫ ਰਿਲੀਜਨ ਐਂਡ ਇਰਰਿਸਪੈਕਟ ਆਫ ਕਾਸਟ, ਸਾਰੇ ਸਿੱਖ ਨੌਨ ਸਿੱਖ ਸਾਰੇ ਬੱਚਿਆਂ ਵਾਸਤੇ ਫਰੀ ਜੋ ਕੋਰਸਿਸ ਜਿਹੜੇ ਹੈਗੇ ਆ, ਜਦੋਂ 2 ਮਹੀਨੇ ਦੀ ਛੁੱਟੀਆਂ ਹੁੰਦੀਆਂ ਗਰਮੀ ਦੀਆਂ, ਉਸ ਦੇ ਟਾਈਮ ਦੇ ਵਿੱਚ ਲਗਾਏ ਜਾਂਦੇ ਹੈਗੇ ਆ ਦਿਨ ਦੇ ਟਾਈਮ 'ਤੇ। ਔਰ ਜਿਹੜੇ 10ਵੀਂ ਪਾਸ ਨੇ ਉਹਨਾਂ ਵਾਸਤੇ ਇੰਗਲਿਸ਼ ਔਰ ਮੈਥਮੈਟਿਕਸ, ਵੈਦਿਕ ਮੈਥਸ, ਅਕਾਊਂਟਸ, ਔਰ ਉਸ ਤੋਂ ਇਲਾਵਾ ਟਰਬਨ ਟਾਈਂਗ ਦੇ ਯਾਨੀ ਕਿ ਦਸਤਾਰ ਬੰਨਣ ਦੇ, ਕੀਰਤਨ ਦੇ, ਪੰਜਾਬੀ ਦੇ ਜਿਹੜੇ ਹੈਗੇ ਸਬਜੈਕਟਸ ਇੱਥੇ ਪੜ੍ਹਾਏ ਜਾਂਦੇ ਨੇ। ਔਰ ਉਸ ਤੋਂ ਇਲਾਵਾ ਜਿਹੜੇ ਸੀਨੀਅਰ ਨੇ, ਜਿਸ ਤਰ੍ਹਾਂ ਕਿ ਜੋ 12th ਪਾਸ ਨੇ, ਉਹਨਾਂ ਵਾਸਤੇ ਜੋ ਅਗਲੇ ਉਹਨਾਂ ਦੇ ਕਰੀਅਰ ਗਾਈਡੈਂਸ ਦੇ ਕੋਰਸਿਸ ਹੈਗੇ ਨੇ, ਜਿਸ ਤਰੀਕੇ ਕਿ SSC, NDA ਔਰ ਏਅਰਮੈਨ ਹੈ ਜੋ ਕਰੀਅਰ ਗਾਈਡੈਂਸ ਕੋਰਸਿਸ ਹੈਗੇ ਨੇ, ਇਹ ਫਰੀ ਆਫ ਕੋਸਟ, ਜਿਨ੍ਹਾਂ ਦੀ ਬਹੁਤ ਮਹਿੰਗੀ ਮਹਿੰਗੀ ਬਾਅਦ ਫੀਸ ਹੁੰਦੀ ਹੈ, ਫਰੀ ਇਹਨਾਂ ਬੱਚਿਆਂ ਨੂੰ ਪੜ੍ਹਾਏ ਜਾਂਦੇ ਆ। ਔਰ ਭਾਈ ਮਤੀਦਾਸ ਜੀ ਦਾ ਸੰਦੇਸ਼, ਭਾਈ ਲਾਲੋ ਜੀ ਦਾ ਸੰਦੇਸ਼ ਘਰ ਘਰ ਤੱਕ, ਉਹਨਾਂ ਪਰਿਵਾਰਾਂ ਤੱਕ, ਭਾਵੇਂ ਸਿੱਖ ਪਰਿਵਾਰ ਹੋਣ ਹੋਰ ਗੈਰ ਸਿੱਖ ਪਰਿਵਾਰ ਹੋਣ, ਉਹਨਾਂ ਸਾਰਿਆਂ ਤੱਕ ਪਹੁੰਚਾਇਆ ਜਾਂਦਾ। ਆਓ ਤੁਹਾਨੂੰ ਇਸ ਕੈਂਪ ਦੇ ਨਾਲ ਜੋੜਦੇ ਹਾਂ। ਆਓ ਤੁਹਾਨੂੰ ਲੈ ਕੇ ਚੱਲਦੇ ਹੈਗੇ ਆ ਇਸ ਐਜੂਕੇਸ਼ਨ ਕੈਂਪ ਦੇ ਵਿੱਚ, ਜਿੱਥੇ ਕਿ ਬੱਚਿਆਂ ਦੀ ਕਲਾਸਿਸ ਜਿਹੜੀ ਹੈਗੀਆਂ ਲਗਾਈਆਂ ਜਾ ਰਹੀਆਂ ਨੇ, ਅਲੱਗ ਅਲੱਗ ਸਬਜੈਕਟਸ ਦੀਆਂ ਕਲਾਸਿਸ ਇੱਥੇ ਲਗਾਈਆਂ ਜਾ ਰਹੀਆਂ ਨੇ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਹੈਗੇ ਕਾਫੀ ਇੱਥੇ ਜੋ ਐਜੂਕੇਸ਼ਨ ਲੈ ਰਹੇ ਨੇ ਗਰਮੀ ਦੀ ਛੁੱਟੀਆਂ ਦੇ ਵਿੱਚ ਵੀ, ਜਿਹੜਾ ਹੈਗਾ ਜਦੋਂ 2 ਮਹੀਨੇ ਸਕੂਲ ਦੇ ਵਿੱਚ ਛੁੱਟੀਆਂ ਪੈ ਜਾਂਦੀਆਂ, ਉਹਨਾਂ ਦੇ ਵਿੱਚ ਵੀ ਉਹ ਐਜੂਕੇਸ਼ਨ ਕੈਂਪ ਦੇ ਵਿੱਚ ਆ ਕੇ ਇੱਥੇ ਪੜ੍ਹਦੇ ਨੇ। ਹੋਰ ਜੋ ਸਾਰੀ ਜੋ ਗੱਲ ਹੈਗੀ ਕਿ ਫਰੀ ਆਫ ਕੋਸਟ ਜਿਹੜੀ ਹੈਗੀ ਆ ਪੜ੍ਹਾਈ ਇਹਨਾਂ ਨੂੰ ਕਰਾਈ ਜਾਂਦੀ ਹੈਗੀ ਆ। SSC, NDA ਔਰ ਏਅਰਮੈਨ ਦੀਆਂ ਜੋ ਵੱਡੀ ਵੱਡੀ ਜੋ ਮਹਿੰਗੀ ਐਜੂਕੇਸ਼ਨ ਹੁੰਦੀ ਹੈ, ਇਹਨਾਂ ਬੱਚਿਆਂ ਤੱਕ ਫਰੀ ਪਹੁੰਚਾਈ ਜਾਂਦੀ ਹੈਗੀ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਬਲੈਕ ਬੋਰਡਸ ਔਰ ਵਾਈਟ ਬੋਰਡਸ ਦੇ ਉੱਪਰ ਉਹਨਾਂ ਬੱਚਿਆਂ ਨੂੰ ਜੋ ਐਜੂਕੇਟਡ ਜੋ ਟੀਚਰਸ ਨੇ ਉਹ ਪੜ੍ਹਾਉਂਦੇ ਨੇ। ਔਰ ਇੱਥੇ ਦੇ ਜੋ ਮੇਨ ਜੋ ਕਿ ਇਸ ਸੰਸਥਾ ਦੇ ਜੋ ਮੁਖੀ ਨੇ ਭੈਣ ਜੀ ਜਗਜੀਤ ਕੌਰ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹੈਗੇ ਹਾਂ। ਇਸ ਸੰਸਥਾ ਦੇ ਮੁਖੀ ਨੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅੰਮ੍ਰਿਤਸਰ ਵਾਲੇ, ਅਤੇ ਇਸ ਜੋ ਸੰਸਥਾ ਦੇ ਜੋ ਸੰਚਾਲਕ ਨੇ ਭੈਣ ਜੀ ਜਗਜੀਤ ਕੌਰ ਜੀ, ਉਹਨਾਂ ਨਾਲ ਅਸੀਂ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਤਰੀਕੇ ਦਾ ਕੈਂਪ ਹੈਗਾ ਸੰਗਤਾਂ ਨੂੰ ਜ਼ਰੂਰ ਦੱਸੋ। ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ, ਮਹਾਨ ਸ਼ਹੀਦ ਭਾਈ ਮਤੀਦਾਸ ਜੀ ਦੀਆਂ ਅਸੀਸਾਂ ਅਤੇ ਸਾਨੂੰ ਸਾਰੀ ਵੀ ਪ੍ਰੇਰਣਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਹੈ। ਇਹ ਹਰ ਸਾਲ ਹੀ 6ਵਾਂ ਸਾਲ ਹੈ ਜਦੋਂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਭਾਈ ਮਤੀਦਾਸ ਜੀ ਚੈਰੀਟੇਬਲ ਸਮਰ ਐਜੂਕੇਸ਼ਨਲ ਕੈਂਪ ਲਾਇਆ ਜਾ ਰਿਹਾ ਹੈ, ਜਿਹਦੇ ਵਿੱਚ 6th ਸਟੈਂਡਰਡ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦੇ ਬੱਚਿਆਂ ਨੂੰ ਅਸੀਂ ਇੰਗਲਿਸ਼, ਮੈਥਮੈਟਿਕਸ, ਵੈਦਿਕ ਮੈਥਸ ਔਰ ਕਾਮਰਸ ਸਟ੍ਰੀਮ ਦੇ ਜਿੰਨੇ ਵੀ ਸਬਜੈਕਟਸ ਨੇ ਸਾਰਿਆਂ ਦੀ ਹੀ ਔਰ ਨਾਲ ਹੀ ਗੁਰਮਤ ਦੀ ਜਿਹੜੀ ਵਿੱਦਿਆ ਹੈ ਜਿਵੇਂ ਟਰਬਨ ਟਾਈਂਗ, ਕੀਰਤਨ, ਪੰਜਾਬੀ ਦੀ ਸਿਖਲਾਈ, ਗੁਰੂ ਸਾਹਿਬ ਆਪ ਬਿਲਕੁਲ ਫਰੀ ਆਫ ਕੋਸਟ ਸੇਵਾ ਲੈ ਰਹੇ ਨੇ। ਇਸ ਸਾਲ ਸਤਿਗੁਰਾਂ ਨੇ ਇੱਕ ਹੋਰ ਨਵਾਂ ਉਪਰਾਲਾ ਕਰਾਇਆ ਹੈ
ਜਿੰਨੀ ਵੀ ਗੌਰਮੈਂਟ ਐਗਜ਼ਾਮ ਦੀ ਪ੍ਰਿਪਰੇਸ਼ਨ ਹੁੰਦੀ ਹੈ SSC NDA ਏਅਰਮੈਨ ਉਹ ਸਾਰੀ ਹੀ ਪ੍ਰਿਪਰੇਸ਼ਨ ਜਿਹੜੀ ਹੈ ਆਪ ਜੀ ਦੀ ਸੁਸਾਇਟੀ ਵੱਲੋਂ ਵਿਦਿਆਪੀਠ ਅਕੈਡਮੀ ਦੀ ਫੈਕਲਟੀ ਸਾਰੀ ਹਾਇਰ ਹੋਈ ਹੈ ਜਿਹਦੇ ਵਿੱਚ ਲਗਭਗ 83 ਬੱਚਾ ਇੱਕ ਟਾਈਮ 'ਤੇ ਬਹਿ ਕੇ ਜਿਹੜਾ ਹੈ ਉਹ ਇਹ ਵਿੱਦਿਆ ਲੈ ਰਿਹਾ ਹੈ ਸੋ ਅਸੀਂ ਸਾਰੀ ਸੰਗਤ ਕੋਲੋਂ ਵੀ ਆਸ ਕਰਦੇ ਹਾਂ ਕਿ ਅਰਦਾਸ ਕਰਨਾ ਸਤਿਗੁਰੂ ਜੀ ਹੋਰ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਸਾਡੇ ਕੋਲੋਂ ਸੇਵਾ ਲੈਂਦੇ ਰਹਿਣ ਤਕਰੀਬਨ ਕਿਸ ਏਜ ਗਰੁੱਪ ਦੇ ਬੱਚੇ ਜਿਹੜਾ ਇਹਦੇ ਵਿੱਚ ਆਉਂਦੇ ਹੈਗੇ ਆ ਜਾਂ ਕਿਹੜੀ 10ਵੀਂ ਪਾਸ ਜਾਂ 12ਵੀਂ ਪਾਸ ਜਾਂ ਕਿਹੜੇ ਹੋਰ ਕੀ ਜਿਹੜੇ ਬੱਚੇ ਅਸੀਂ SSC ਲਈ ਸਿਲੈਕਟ ਕੀਤੇ ਨੇ ਉਹ ਆਫਟਰ 12th ਹੈਗੇ ਨੇ ਅਤੇ ਜਿਹੜੇ ਇੰਗਲਿਸ਼ ਦੇ ਵਿੱਚ ਬੱਚੇ ਆਉਂਦੇ ਨੇ ਉਹ 6th ਸਟੈਂਡਰਡ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦੇ ਬੱਚੇ ਨੇ ਅਤੇ ਇਸ ਕੈਂਪ ਦੇ ਵਿੱਚ ਜਿਹੜਾ ਹੈ ਐਂਟਰੀ ਕਰਨ ਲਈ ਅਸੀਂ ਹਰ ਬੱਚੇ ਲਈ ਕੰਪਲਸਰੀ ਹੈ ਉਹ ਐਂਟਰੈਂਸ ਟੈਸਟ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਲੈਵਲ ਦੀ ਡਿਵੀਜ਼ਨ ਕਰਨੇ ਆ ਕਿ ਬੱਚਾ ਬੇਸਿਕ ਦਾ ਹੈ ਬੇਸਿਕ 1 ਦਾ ਹੈ ਜਾਂ ਬੱਚਾ ਮੀਡੀਅਮ ਕਨਵਰਸੇਸ਼ਨ ਦਾ ਬੱਚਾ ਹੈ ਉਸ ਹਿਸਾਬ ਦੇ ਨਾਲ ਹੀ ਔਰ ਜਿਹੜਾ ਮੈਥਸ ਦੀਆਂ ਕਲਾਸਿਸ ਨੇ ਉਹ 6th ਸਟੈਂਡਰਡ ਤੋਂ 12th ਸਟੈਂਡਰਡ ਤੱਕ ਦੀਆਂ ਲਾਈਆਂ ਜਾਂਦੀਆਂ ਨੇ ਤੇ ਜੋ ਪੜ੍ਹਾਈ ਜੋ ਕਿ ਕੋਈ ਇਹਨਾਂ ਵਾਸਤੇ ਕੋਈ ਫੀਸ ਵੀ ਰੱਖੀ ਜਾਂਦੀ ਹੈ ਨਹੀਂ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਕਿਉਂਕਿ ਗੁਰੂ ਦੀ ਕਿਰਪਾ ਨਾਲ ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਵੱਲੋਂ ਵੈਸੇ ਹੀ 6 ਯੂਨਿਟਸ ਚੱਲ ਰਹੀਆਂ ਨੇ ਜਿਹਦੇ ਵਿੱਚ ਲਗਭਗ 301 ਪਰਿਵਾਰਾਂ ਨੂੰ ਜਿਹੜਾ ਹੈ ਉਹ ਸੇਵਾ ਜਾਂਦੀ ਹੈ ਜਿਹਦੇ ਵਿੱਚ 240 ਪਰਿਵਾਰ ਬੱਚੇ ਨੇ ਜਿਹੜੇ ਉਹ ਐਜੂਕੇਸ਼ਨ ਲੈ ਰਹੇ ਨੇ 3 ਬੱਚੇ ਸਾਡੇ ਇੰਜੀਨੀਅਰਿੰਗ ਕਰ ਰਹੇ ਨੇ 2 ਬੱਚੇ MBA ਕਰ ਰਹੇ ਨੇ ਔਰ 23 ਦੇ ਕਰੀਬ ਬੱਚੇ ਕੰਪਿਊਟਰ ਕੋਰਸ ਕਰ ਰਹੇ ਨੇ ਔਰ 61 ਪਰਿਵਾਰਾਂ ਨੂੰ ਲਗਭਗ ਰਾਸ਼ਨ ਦੀ ਸੇਵਾ ਜਾ ਰਹੀ ਹੈ ਗੁਰੂ ਦੀ ਕਿਰਪਾ ਦੇ ਨਾਲ ਅਤੇ ਇਸ ਵਾਰੀ ਵੀ ਸਾਡੇ ਕੋਲ 78 ਹੋਰ ਐਪਲੀਕੇਸ਼ਨਸ ਨੇ ਜਿਹੜੀਆਂ ਸੇਵਾ ਵਾਸਤੇ ਆਈਆਂ ਹੋਈਆਂ ਨੇ ਅਤੇ ਉਸ ਦਾ ਇੱਕ ਪਾਰਟ ਹੈ ਇਹ ਜਿਹੜਾ ਸਮਰ ਐਜੂਕੇਸ਼ਨਲ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਸਾਡੇ ਨਾਲ ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਦੇ ਜੋ ਸਰਪ੍ਰਸਤ ਭਾਈ ਗੁਰਿਕਬਾਲ ਸਿੰਘ ਜੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਜੁੜਦੇ ਹਾਂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣਾ ਚਾਹੋਗੇ ਜੀ ਜੋ ਕਿ ਭਾਈ ਮਤੀਦਾਸ ਜੀ ਔਰ ਭਾਈ ਲਾਲੋ ਜੀ ਦੀ ਜਿਹੜੀ ਸਿੱਖਿਆ ਜਿਹੜੀ ਹੈਗੀ ਹੈ ਇਹਨਾਂ ਬੱਚਿਆਂ ਤੱਕ ਪਹੁੰਚ ਰਹੀ ਹੈ ਮੁਫਤ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਈ ਜਾ ਇਹਦੇ ਵਿੱਚੋਂ ਸਾਰੀ ਖੁਸ਼ਬੋ ਆ ਹੀ ਰਹੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਰ ਧਰਮ ਦੇ ਬੱਚਿਆਂ ਨੂੰ ਕੋਈ ਦੂਸਰੇ ਵਿਤਕਰਾ ਨਹੀਂ ਹਰ ਧਰਮ ਦੇ ਬੱਚੇ ਜਿਹੜੇ ਨੇ ਉਹ ਜਿਹੜੀ ਚੀਜ਼ ਬਾਹਰ 1000 ਰੁਪਏ ਦੇ ਕੇ ਨਹੀਂ ਕਵਰ ਹੋ ਪਾਉਂਦੀ ਇੱਥੇ ਸਾਡੇ ਆ ਭੈਣ ਜੀ ਜਗਜੀਤ ਕੌਰ ਨੇ ਸਾਰਾ ਇਹਨਾਂ ਦੀ ਟੀਮ ਹੈ ਸਾਰੀਆਂ ਦੀ ਟੋਟਲ ਨਿਗਰਾਨੀ ਕਰ ਰਹੇ ਨੇ ਔਰ ਅੱਜ ਜਿਹੜੀਆਂ ਰੂਹਾਂ ਆਈਆਂ ਨੇ ਆਸੇ ਪਾਸੇ ਮੇਰੇ ਡਾਕਟਰ ਜਸਪਾਲ ਸਿੰਘ ਜੀ ਦਰਵੀਰ ਜੀ ਉਹ ਵੀ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਔਰ ਇਹ ਜਿਹੜੀ ਹੈ ਐਜੂਕੇਸ਼ਨ ਦੀਆਂ ਅਗਲੀਆਂ ਪੜ੍ਹਾਈਆਂ ਨੇ ਵਿਦਿਆ ਵਿਚਾਰੀ ਦਾ ਪਰਉਪਕਾਰੀ ਉਹ ਹੁਣ ਉੱਤੇ ਆਪੇ ਸਾਰੀਆਂ ਵਿਚਾਰਾਂ ਕਰਨੀਆਂ ਨੇ ਡਾਕਟਰ ਸਾਹਿਬ ਨੇ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਕਾਮਯਾਬੀ ਬਖਸ਼ਣ ਅਤੇ ਨਿਮਾਣੇ ਹੋ ਕੇ ਸਾਡੇ ਕੋਲ ਸੇਵਾ ਲੈਣ ਡਾਕਟਰ ਜਸਪਾਲ ਸਿੰਘ ਜੀ ਐਕਸ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੌਜੂਦ ਨੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਐਜੂਕੇਸ਼ਨ ਦੇ ਅਦਾਰੇ ਤੋਂ ਤੁਸੀਂ ਹੈਗੇ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਗੁਰਿਕਬਾਲ ਸਿੰਘ ਹੋਰਾਂ ਨੂੰ ਦਿਲੋਂ ਮੁਬਾਰਕ ਦਿੰਦਾ ਖੁਸ਼ੀ ਪ੍ਰਗਟ ਕਰਦਾ ਜਿੰਨੀ ਸੇਵਾ ਉਹਨਾਂ ਨੇ ਕੌਮ ਦੀ ਪੰਥ ਦੀ ਦੇਸ਼ ਦੀ ਕੀਤੀ ਹੈ ਉਸ ਦੀ ਦੂਜੀ ਮਿਸਾਲ ਨਹੀਂ ਮਿਲਦੀ ਪਰ ਇਹ ਨਿਵੇਕਲਾ ਉੱਦਮ ਹੈ ਜਿਹੜਾ ਮੈਂ ਅੱਜ ਦੇਖ ਰਿਹਾ ਬੀਬੀ ਜਗਜੀਤ ਕੌਰ ਹੋਰੀ ਡਾਕਟਰ ਹਰਿੰਦਰਪਾਲ ਸਿੰਘ ਹੋਰੀ ਔਰ ਸਾਰੇ ਇੱਥੇ ਦੀ ਪ੍ਰਬੰਧਕ ਕਮੇਟੀ ਮਿਲ ਕੇ ਕਰ ਰਹੀ ਹੈ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਔਰ ਫਿਰ ਐਜੂਕੇਸ਼ਨ ਦੇ ਨਾਲ ਨਾਲ ਕੰਪੀਟੀਟਿਵ ਐਗਜ਼ਾਮਸ ਦੀ ਟ੍ਰੇਨਿੰਗ ਦੇਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਔਰ ਬਹੁਤ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਬੱਚਿਆਂ ਕੋਲੋਂ ਕੋਈ ਚਾਰਜਿਸ ਲਏ ਜਾ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ ਔਰ ਦੂਸਰੀ ਗੱਲ ਸਹੂਲਤ ਜਿਹੜੀ ਦੇ ਰਹੇ ਮੈਂ ਸਵੇਰ ਦਾ ਦੇਖ ਰਿਹਾ ਜਿੰਨੀ ਸਹੂਲਤ ਇਹਨਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਮੈਂ ਬੱਚਿਆਂ ਕੋਲੋਂ ਪੁੱਛਿਆ ਵੀ ਸੀ ਔਰ ਜਿਸ ਤਰ੍ਹਾਂ ਦੀ ਟੀਚਿੰਗ ਇਹਨਾਂ ਬੱਚਿਆਂ ਦੀ ਹੋ ਰਹੀ ਹੈ ਉਹਦੀ ਮਿਸਾਲ ਘੱਟ ਮਿਲਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੈ ਜਿਹੜਾ ਇੱਕ ਪਰਪਜ਼ ਹੈ ਸਾਡਾ ਸਾਰਿਆਂ ਦਾ ਉਹ ਇਹ ਹੈ ਕਿ ਆਪਣੀ ਨਵੀਂ ਜਨਰੇਸ਼ਨ ਨੂੰ ਅਕੈਡਮਿਕ ਆਧਾਰ 'ਤੇ ਵਿੱਦਿਆ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਉਹਨੂੰ ਨਿਪੁੰਨ ਬਣਾਈਏ ਕੋਈ ਦੇਸ਼ ਕੋਈ ਕੌਮ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ ਜਦ ਤੱਕ ਉਹਦੇ ਬੱਚੇ ਐਜੂਕੇਟਿਡ ਨਾ ਹੋ ਜਾਣ ਬੱਚੇ ਜਿਹੜੇ ਨੇ ਸਿੱਖਿਆ ਨਾ ਹਾਸਲ ਕਰ ਲੈਣ ਔਰ ਸਿੱਖਿਆ ਤੋਂ ਬਾਅਦ ਅੱਜ ਜਿਹੜਾ ਦੌਰ ਹੈ ਕੰਪੀਟੀਟਿਵ ਜਿਹੜਾ ਦੌਰ ਹੈ ਉਹਦੇ ਵਿੱਚ ਜਿਹੜੇ ਐਗਜ਼ਾਮ ਕੰਪੀਟੀਟਿਵ ਹੁੰਦੇ ਨੇ ਉਹਨਾਂ ਵਿੱਚ ਇਹ ਮਹਾਰਤ ਹਾਸਲ ਕਰ ਰਹੇ ਨੇ ਮੈਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਔਰਗਨਾਈਜ਼ਰਸ ਨੂੰ ਬਹੁਤ ਵਧਾਈ ਦਿੰਦਾ ਔਰ ਬਾਬਾ ਜੀ ਇੱਥੇ ਆਉਂਦੇ ਨੇ ਪਹਿਲੇ ਵੀ ਆਏ ਸਨ ਪਿਛਲੀ ਵਾਰੀ ਵੀ ਇਸ ਵਾਰੀ ਵੀ ਆਏ ਨੇ ਅਤੇ ਮੈਨੂੰ ਲੱਗਦਾ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਵੀ ਰੂਹਾਨੀ ਆਸ਼ੀਰਵਾਦ ਜਿਹੜਾ ਹੈ ਬਾਬਾ ਜੀ ਦਾ ਪ੍ਰਾਪਤ ਹੋਇਆ ਇਹ ਬੱਚੇ ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਹਾਸਲ ਕਰਨ ਵਿੱਦਿਆ ਵਿੱਚ ਸਫਲਤਾ ਪ੍ਰਾਪਤ ਕਰਨ ਇਹ ਸਾਡੇ ਸਾਰਿਆਂ ਦੀ ਸ਼ੁਭਕਾਮਨਾ ਹੈ ਖਾਸ ਤੌਰ 'ਤੇ ਮੈਂ ਬੀਬੀ ਜਗਜੀਤ ਕੌਰ ਹੋਰਾਂ ਨੂੰ ਹਰਿੰਦਰਪਾਲ ਹੋਰਾਂ ਨੂੰ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਦੇਖਦਾ ਜਿਸ ਡੈਡੀਕੇਸ਼ਨ ਨਾਲ ਤੁਸੀਂ ਇਹ ਕੰਮ ਕਰ ਰਹੇ ਹੋ
ਇਹ ਲਾਮਿਸਾਲ ਕੰਮ ਹੈ, ਇਹ ਕੰਮ ਹਰ ਜਗ੍ਹਾ ਹਰ ਥਾਂ 'ਤੇ ਹੋਣਾ ਚਾਹੀਦਾ, ਔਰ ਸਰਪ੍ਰਸਤੀ ਬਾਬਾ ਗੁਰੂ ਇਕਬਾਲ ਸਿੰਘ ਹੋਰਾਂ ਦੀ ਪ੍ਰਾਪਤ ਹੋਵੇ ਤਾਂ ਹੋਏਗਾ, ਉਹ ਵੀ ਇਹਨਾਂ ਨੂੰ ਪ੍ਰਾਪਤ ਹੈ, ਪਰਮਾਤਮਾ ਮਿਹਰ ਕਰੇ। ਔਰ ਬੱਚਿਆਂ ਨੂੰ ਬਾਬਾ ਜੀ ਮੈਨੂੰ ਲੱਗਦਾ ਹੱਥ ਇੱਦਾਂ ਕਰਕੇ ਇੱਕ ਵਾਰੀ ਆਸ਼ੀਰਵਾਦ ਦੇ ਦੇਣ, ਇਹਨਾਂ ਸਾਰੀਆਂ ਬੇਟੀਆਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਵੇ। ਸਾਡੇ ਨਾਲ ਐਜੂਕੇਸ਼ਨ ਦੇ ਅਦਾਰੇ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਹਰਿੰਦਰਪਾਲ ਸਿੰਘ ਜੀ ਮੌਜੂਦ ਨੇ। ਕੀ ਕਹਿਣਾ ਚਾਹੋਗੇ? ਗੁਰਮਤਿ ਕਾਲਜ ਵੀ ਤੁਸੀਂ ਚਲਾਉਂਦੇ ਹੋ ਉੱਥੇ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਦੇ ਵਿੱਚ, ਇੱਥੇ ਫਿਰ ਐਜੂਕੇਸ਼ਨ ਦੀ ਗੱਲ? ਅੱਜ ਸਭ ਤੋਂ ਪਹਿਲੇ ਤਾਂ ਮੈਨੂੰ ਜਿਹੜਾ ਬਹੁਤ ਵੱਡਾ ਇੱਕ ਕੰਪਲੈਕਸ ਜਿਹਾ ਮਹਿਸੂਸ ਹੋ ਰਿਹਾ ਕਿ ਆਈ ਐਮ ਪ੍ਰਾਊਡ ਟੂ ਬੀ ਏ ਸਿੱਖ, ਕਿ ਜਿਸ ਕੌਮ ਦੇ ਇਤਨੀ ਵੱਡੀ ਪਰਸਨੈਲਿਟੀ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਵਿੱਚ, ਇਹ ਜੋ ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਔਰ ਬੀਬੀ ਜਗਜੀਤ ਕੌਰ ਜੀ ਉਹਨਾਂ ਦੀ ਸਰਪ੍ਰਸਤੀ ਜਿਹੜਾ ਇਹ ਕੈਂਪ ਚੱਲ ਰਿਹਾ, ਔਰ ਇੱਕ ਨਵੇਕਲੀ ਜਿਹੀ ਚੀਜ਼ ਹੈ। ਮੈਂ ਇੱਥੇ 2-3 ਕਲਾਸਿਸ ਅਟੈਂਡ ਕਰ ਚੁੱਕਿਆ ਇਹਨਾਂ ਨੇ ਪਿਛਲੇ ਸਾਲ ਤੋਂ, ਐਜੂਕੇਸ਼ਨ ਵਿਦ ਵੈਲਿਊ ਸਿਸਟਮ, ਜਿਹੜੀ ਐਥਿਕਸ ਦੀ ਗੱਲ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਬੇਸਡ। ਇੱਥੇ ਪਿੱਛੇ ਵੀ ਲੈਕਚਰ 16 ਲੈਕਚਰ ਪਿਛਲੇ ਸਾਲ ਦਿੱਤੇ ਸੀ, ਇਸ ਵਾਰ ਵੀ 2 ਲੈਕਚਰ ਮੈਂ ਇਹਨਾਂ ਬੱਚਿਆਂ ਨੂੰ ਹੀ ਕਰ ਚੁੱਕਿਆ। ਤਾਂ ਮੈਨੂੰ ਲੱਗਦਾ ਕਿ ਜਿੱਥੇ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ, ਉੱਥੇ ਕੈਰੀਅਰ ਬਣਾਉਣ ਦੀ ਗੱਲ ਜਿਹੜਾ ਬੱਚਿਆਂ ਦੇ, ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਕਿਸ ਮੋੜ ਵੱਲ ਜਾਣਾ ਹੈ, ਜ਼ਿੰਦਗੀ ਦੇ ਕਿਸ ਮੰਜ਼ਿਲ ਤੱਕ ਇਹਨਾਂ ਨੇ ਜਾਣਾ, ਉਹਨਾਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਜੋ ਇਹ ਭੈਣ ਜੀ ਉਪਰਾਲਾ ਕਰ ਰਹੇ ਨੇ, ਔਰ ਜਿਹੜੀ ਡੈਡੀਕੇਸ਼ਨ ਮੈਂ ਇਹਨਾਂ ਸਾਰੇ ਇਸ ਸੰਸਥਾ ਦੀ ਦੇਖੀ ਹੈ, ਕਾਬਲੇ ਤਾਰੀਫ ਹੈ। ਤਾਂ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਔਰ ਇਹਨਾਂ ਨੂੰ ਭਾਈ ਸਾਹਿਬ ਨੂੰ ਖਾਸ ਕਰਕੇ, ਮੈਂ ਸਮਝਦਾ ਕਿ ਮੈਂ ਰਿਣੀ ਹਾਂ ਕਿ ਇਹ ਜੋ ਸੰਸਥਾ ਇਹ ਚਲਾ ਰਹੇ ਨੇ, ਔਰ ਇਹ ਮੇਰਾ ਚੈਲੇਂਜ ਹੈ ਕਿ ਪੂਰੇ ਹਿੰਦੁਸਤਾਨ ਦੇ 'ਚ ਇਹੋ ਜਿਹਾ ਕੈਂਪ ਮੈਂ ਨਹੀਂ ਕਦੀ ਦੇਖਿਆ ਹੋਣਾ ਜਾਂ ਸੁਣਿਆ। ਆਖਰੀ ਸਵਾਲ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਨਾਲ ਰਹੇਗਾ, ਕਿ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ 550 ਸਾਲ ਵੀ ਮਨਾਇਆ ਜਾ ਰਿਹਾ ਹੈਗਾ, ਅਤੇ ਆਪਾਂ ਸਿਰਫ ਜਿਹੜਾ ਇੱਕ ਪ੍ਰਚਾਰ ਦੀ ਲਹਿਰ ਗੁਰਮਤ ਸਮਾਗਮਾਂ ਤੱਕ ਜਾਂ ਕੀਰਤਨ ਤੱਕ ਹੀ ਰਹਿ ਗਈ ਸੀਗੀ ਜਾਂ ਲੰਗਰ ਤੱਕ ਹੀ ਰਹਿ ਗਈ ਸੀਗੀ, ਵਿੱਦਿਆ ਦੇ ਲੰਗਰ ਵੱਲ ਜੋ ਕੌਮ ਨੇ ਫੋਕਸ ਕਰਨਾ ਘੱਟ ਕਰ ਦਿੱਤਾ ਸੀਗਾ, ਔਰ ਅੱਜ ਜੋ ਇੱਥੇ ਪਿਛਲੇ 6 ਸਾਲਾਂ ਤੋਂ ਚੱਲ ਰਿਹਾ, ਤੁਹਾਡੀ ਸੰਸਥਾ ਵੱਲੋਂ ਹੀ ਚੱਲ ਰਿਹਾ ਹੈਗਾ, ਕੀ ਕਹਿਣਾ ਚਾਹੋਗੇ? ਇੱਥੇ ਸਿੱਖ ਪਰਿਵਾਰ ਵੀ ਨੇ, ਗੈਰ ਸਿੱਖ ਪਰਿਵਾਰ ਵੀ ਨੇ, ਇੱਕ ਸੁਨੇਹਾ ਜਾਂਦਾ ਜ਼ਰੂਰ ਹੋਏਗਾ ਕਿ ਸਿੱਖ ਜਿਹੜੀ ਹੈਗੀ ਸਾਡੀ ਸੰਭਾਲ ਕਰ ਰਹੇ, ਜਿਹੜੀ ਉਹ ਚੀਜ਼ ਉਹ ਵੀ ਲੋੜ ਨੇ, ਉਹ ਵੀ ਲੰਗਰ ਹੋਵੇ ਜਾਂ ਕੀਰਤਨ ਵੀ ਜਾਂ ਕਥਾ ਵੀ ਆ ਸਾਰੀ ਜਿਹੜੀ ਵਿੱਦਿਆ ਇਹਨੂੰ ਯੂਜ਼ ਕਿਵੇਂ ਕਰਨਾ, ਉਹ ਗੁਰੂ ਨਾਨਕ ਦੀ ਬਾਣੀ ਦੇ ਅਰਥ ਸਾਨੂੰ ਸਾਰਾ ਸਮਝਾਉਣਗੇ ਵੀ ਇਹ ਕਿਵੇਂ ਆਪਾਂ ਈਗੋ ਨੂੰ ਮਾਰਨਾ, ਕਿਵੇਂ ਅੰਦਰਲੇ ਮੈਂ ਨੂੰ ਮਾਰਨਾ, ਉਹ ਵੀ ਲੋੜ ਨੇ 550 ਸਾਲਾਂ 'ਤੇ, ਅਤੇ ਇਹ ਵੀ ਲੋੜ ਨੇ। ਅਤੇ ਜਿਹੜੇ ਸਾਡੇ ਕੇਂਦਰ ਉੱਧਰ ਚੱਲ ਰਹੇ ਨੇ ਪੰਜਾਬ ਵੱਲ, ਉੱਧਰ ਤਾਂ ਬੱਚੇ ਭਾਵੇਂ ਆਪਣਾ ਥੋੜ੍ਹਾ ਹੱਸੋਗੇ ਤੁਸੀਂ ਗੱਲ ਸੁਣ ਕੇ, ਇਸ ਤਰ੍ਹਾਂ ਹੀ ਫ੍ਰੀ ਸਾਰੇ ਸੈਂਟਰ ਚੱਲਦੇ ਨੇ, ਕੰਪਿਊਟਰ ਵੀ, ਸਿਲਾਈ ਕਢਾਈ ਵੀ, ਡਰੈਸ ਡਿਜ਼ਾਇਨਿੰਗ ਵੀ, ਹੋਰ ਵੀ, ਅਤੇ ਇਸ ਤਰ੍ਹਾਂ ਵਿੱਦਿਆ ਦੇ ਉੱਥੇ, ਅਤੇ ਅਸੀਂ ਬੱਚੀਆਂ ਨੂੰ ਪ੍ਰਸ਼ਾਦਾ ਪਕਾਉਣਾ ਵੀ ਸਿਖਾਉਂਦੇ ਹਾਂ, ਇੱਥੋਂ ਤੱਕ ਕਿ ਹਾਂ ਬਈ ਸਬਜ਼ੀ ਬਣਾਉਣੀ ਵੀ, ਪ੍ਰਸ਼ਾਦਾ ਵੀ, ਫਿਰ 7 ਤਰ੍ਹਾਂ ਦੀਆਂ ਪਰੌਂਠੀਆਂ ਵੀ, ਬਈ ਬੱਚੀ ਕੱਲ੍ਹ ਨੂੰ ਜਿੱਥੇ ਜਾਵੇ ਉਹ ਪੂਰਾ, ਉਹ ਜਿਵੇਂ ਸਾਨੂੰ ਮਹਾਂਪੁਰਸ਼ਾਂ ਕਿਹਾ ਸੀ ਵੀ ਇੱਕ ਲੜਕੀ ਜੁੜ ਗਈ ਇੱਕ ਕੁੱਲ ਜੁੜ ਗਈ, ਅਤੇ ਉਸ ਲਾਂਬਾ ਨਾ ਆ ਜਾਵੇ ਕਿਤੇ ਸੋਰਿਆਂ ਤੋਂ, ਅੱਜ ਦੇ ਟਾਈਮ 'ਚ ਆਉਣੇ ਬਹੁਤ ਸ਼ੁਰੂ ਹੋ ਗਏ ਔਰ ਤਲਾਕ ਦੇ ਬੜੇ ਵੱਡੇ ਕਾਰਨ ਹੋ ਗਏ, ਆਟਾ ਗੁੰਨਣਾ ਅਤੇ ਇੰਗਲਿਸ਼ ਸਪੀਕਿੰਗ, ਆਟਾ ਗੁੰਨਣਾ, ਪ੍ਰਸ਼ਾਦਾ ਬਣਾਉਣਾ, ਸਬਜ਼ੀ, ਉੱਥੇ ਅਸੀਂ ਇਹ ਵੀ ਨਾਲ ਨਾਲ ਲੈ ਕੇ ਚੱਲ ਰਹੇ ਹਾਂ। ਬਾਕੀ ਇੱਥੇ ਵੀ ਜਿਵੇਂ ਜਿਵੇਂ ਵਾਹਿਗੁਰੂ ਨੇ ਕਰਾਇਆ ਗਾਇਆ, ਅੱਜ ਕੰਨਾਂ 'ਚ ਪਾਤਾ ਭੈਣ ਜੀ ਦੇ, ਅਤੇ ਹਾਂਜੀ ਥੈਂਕ ਯੂ ਜੀ, ਬਹੁਤ ਅੱਛੀ ਗੱਲ ਹੈ ਜੀ, ਕਿਉਂਕਿ ਅੱਜ ਦੇ ਸਮੇਂ 'ਚ ਤਲਾਕ ਦੇ ਵੱਡੇ ਕਾਰਨ ਹੀ ਇਹ ਹੋ ਗਏ ਨੇ ਕਿ ਉਲਾਂਭੇ ਆਉਣੇ ਸਹੁਰਿਆਂ ਤੋਂ ਸ਼ੁਰੂ ਹੋ ਜਾਂਦੇ ਨੇ। ਤਾਂ ਬਹੁਤ ਅੱਛੀ ਪਹਿਲ ਹੈਗੀ ਹੈ, ਕਿਉਂਕਿ ਜਦੋਂ ਵਿੱਦਿਆ ਦੇ ਸਮੇਂ ਦੇ ਵਿੱਚ ਘਰ ਦੇ ਘਰੇਲੂ ਕੰਮਾਂ ਦੇ ਵਿੱਚੋਂ ਅਸੀਂ ਦੂਰ ਹੋ ਜਾਂਦੇ ਹੈਗੇ ਹਾਂ, ਸਾਰੀ ਚੀਜ਼ਾਂ ਪੈਰਲਰ ਚੱਲਣੀ ਚਾਹੀਦੀ ਹੈ, ਬਰਾਬਰ ਬੈਲੈਂਸ 'ਚ ਚੱਲੇ। ਜਿੱਦਾਂ ਭਾਈ ਸਾਹਿਬ ਨੇ ਇਹ ਹੈ ਕਿ ਕੀਰਤਨ ਵੀ ਜ਼ਰੂਰੀ ਹੈ, ਰੂਹ ਦੀ ਖੁਰਾਕ ਹੈ, ਸਮਾਗਮ ਵੀ ਜ਼ਰੂਰੀ ਹੈ, ਲੰਗਰ ਦੇ ਕੈਂਪ ਵੀ ਜ਼ਰੂਰੀ ਹੈ, ਅਤੇ ਵਿੱਦਿਆ ਵੀ ਜ਼ਰੂਰੀ ਹੈ ਜੇ ਇੱਕ ਬੈਲੈਂਸ ਨਾਲ ਚੱਲਣ 'ਤੇ। ਭੈਣ ਜੀ ਕਿੱਦਾਂ ਕੀ ਕਹਿਣਾ ਚਾਹੋਗੇ, ਅਖੀਰ ਦੇ ਵਿੱਚ ਸੁਨੇਹਾ ਲੈਣਾ ਚਾਹੋਗੇ? ਬੜੀ ਕਮਾਈਆਂ ਵਾਲੇ ਮਹਾਂਪੁਰਖ ਖੜ੍ਹੇ ਨੇ, ਔਰ ਮੇਰੇ ਤੋਂ ਬਹੁਤ ਐਕਸਪੀਰੀਅੰਸ ਜ਼ਿਆਦਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਸਾਰਾ ਬੱਚਿਆਂ ਨੂੰ ਸੁਨੇਹਾ ਦਿੱਤਾ ਹੀ ਹੈ। ਸਾਰਿਆਂ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਭਾਈ ਮਤੀਦਾਸ ਜੀ ਦਾ, ਔਰ ਸਾਰੀ ਸਾਨੂੰ ਪ੍ਰੇਰਨਾ ਜਿਹੜੀ ਹੈ ਭਾਈ ਸਾਹਿਬ ਜੀ ਦੀ ਹੈ, ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ, ਕਿਉਂਕਿ ਪ੍ਰੈਕਟੀਕਲੀ ਜਦੋਂ ਬੰਦਾ ਕਿਸੇ ਨੂੰ ਦੇਖਦਾ ਹੈ ਨਾ, ਉਹਨੂੰ ਇੰਪਲੀਮੈਂਟ ਜਲਦੀ ਕਰਦਾ ਹੈ। ਇਸ ਕਰਕੇ ਅਸੀਂ ਭਾਈ ਸਾਹਿਬ ਦੇ ਜੀਵਨ ਨੂੰ ਜਦੋਂ ਦੇਖਦੇ ਹਾਂ ਤਾਂ ਉਹਨਾਂ ਕੋਲੋਂ ਬੜੀ ਸੇਧ ਮਿਲਦੀ ਹੈ ਸਾਨੂੰ, ਔਰ ਸਾਨੂੰ ਬਹੁਤ ਸਹਿਯੋਗ ਹੈ ਸਰਦਾਰ ਹਰਿੰਦਰਪਾਲ ਸਿੰਘ ਜੀ ਦਾ। ਅਸੀਂ ਡਾਕਟਰ ਜਸਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਈ ਹੈ, ਐਸੀਆਂ ਰੂਹਾਂ ਨੇ ਇੱਥੇ ਸਾਡਾ ਮਾਰਗਦਰਸ਼ਨ ਕਰਨ ਵਾਸਤੇ ਪਹੁੰਚੀ ਹੈ।
ਠੀਕ ਹੈ ਜੀ, ਧੰਨਵਾਦ ਕਰਦੇ ਹਾਂ। ਜੋ ਕਿ ਕਲਾਸਿਸ ਚੱਲ ਰਹੀਆਂ ਸੀਗੀਆਂ, ਬੱਚੇ ਵੀ ਲਗਾਤਾਰ ਆਪਣੀ ਐਜੂਕੇਸ਼ਨ ਲੈ ਰਹੇ ਨੇ, ਔਰ ਇਸੇ ਤਰੀਕੇ ਜੋ ਕਿ ਇਨਾਮ ਵੰਡ ਸਮਾਰੋਹ ਵੀ ਇੱਥੇ ਚੱਲੇ ਨੇ, ਕਿਤਾਬ ਦੇ ਇੱਕ ਕਿਤਾਬ ਜਿਹੜੀ ਹੈਗੀ ਲਾਂਚ ਕੀਤੀ ਜਾਣੀ ਹੈ, ਉਸ ਸਮਾਗਮ ਨਾਲ ਵੀ ਤੁਹਾਨੂੰ ਜੋੜਦੇ ਹਾਂ। ਦੇਖਦੇ ਰਹੋ ਅਕਾਲ ਚੈਨਲ। ਅਸੀਂ ਜੋੜ ਰਹੇ ਸੀਗੇ ਤੁਹਾਨੂੰ ਸਮਰ ਐਜੂਕੇਸ਼ਨਲ ਕੈਂਪ ਭਾਈ ਮਤੀਦਾਸ ਚੈਰੀਟੇਬਲ ਸੁਸਾਇਟੀ ਵੱਲੋਂ, ਜੋ ਕਿ ਭਾਈ ਲਾਲੋ ਜੀ ਪਬਲਿਕ ਸਕੂਲ ਅਤੇ ਗੁਰਦੁਆਰਾ ਭਾਈ ਲਾਲੋ ਸਾਹਿਬ ਦੇ ਨਾਲ ਜੋ ਕਿ ਗੀਤਾ ਕਲੋਨੀ ਦਿੱਲੀ ਵਿਖੇ ਔਰਗਨਾਈਜ਼ ਕੀਤੇ ਜਾ ਰਹੇ ਨੇ, ਜਿਹਦੇ ਸਰਪ੍ਰਸਤ ਨੇ ਭਾਈ ਗੁਰਇਕਬਾਲ ਸਿੰਘ ਜੀ ਅਤੇ ਵਾਈਸ ਚੇਅਰਮੈਨ ਮਾਤਾ ਜਗਜੀਤ ਕੌਰ ਜੀ। ਕੁਛ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਵੈਸੇ ਬਹੁਤ ਸਾਰੇ ਬੱਚੇ ਇੱਥੇ ਮੌਜੂਦ ਨੇ, ਤਕਰੀਬਨ ਮੈਨੂੰ ਲੱਗਦਾ ਕਿ ਸ਼ਾਇਦ 50 ਤੋਂ ਵੱਧ ਇਸ ਕਲਾਸ ਦੀ ਗਿਣਤੀ ਹੋਏਗੀ ਲਗਭਗ। ਕੁਛ ਬੱਚੇ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਜੀ, ਆਪਣਾ ਨਾਮ? ਸਤਿ ਸ਼੍ਰੀ ਅਕਾਲ, ਕੰਚਨ। ਕੰਚਨ ਜੀ, ਕੀ ਕਹਿਣਾ ਚਾਹੋਗੇ, ਕਿੱਦਾਂ ਦਾ ਲੱਗਦਾ ਇਸ ਕਲਾਸ? ਬਹੁਤ ਅੱਛਾ, ਕਿਉਂਕਿ ਅਭੀ ਇਤਨਾ ਸਪੋਰਟ ਮਿਲ ਰਿਹਾ, ਕਿਉਂਕਿ ਵੈਸੇ ਕਲਾਸਿਸ ਕੀ ਜੋ ਬਾਹਰ ਪੇਮੈਂਟ ਹੈ ਵੋ 15,000 ਸਮਥਿੰਗ ਹੋਤੀ ਹੈ, ਬਟ ਯਹਾਂ ਪੇ ਹਮੇਂ ਸਾਰਾ ਕੁਛ ਫ੍ਰੀ ਆਫ ਕੋਸਟ ਕਰਵਾਇਆ ਜਾਤਾ ਹੈ। ਔਰ ਮਤਲਬ ਹਮ ਲੋਕ ਯਹਾਂ ਸੇ ਲੈਂਗੁਏਜ ਕੋਰਸ ਵੀ ਕਰ ਰਹੇ ਹੈ ਜਾਪਨੀਜ਼ ਕਾ ਸੋਸਾਇਟੀ ਕੀ ਤਰਫ ਸੇ, ਉਸਕੇ ਲੀਏ ਵੀ ਹਮੇਂ ਸਾਰਾ ਸਪੋਰਟ ਦੀਆ ਜਾਤਾ ਹੈ ਦੀਦੀ ਕੇ ਸਾਥ। ਹਾਂ, ਸਭ ਫਰੀ ਆਫ ਕੋਸਟ ਹੁੰਦਾ, ਠੀਕ ਹੈ, ਕਿਆ ਬਾਤ ਹੈ ਜੀ। ਹੋਰ ਕੀ ਚਾਹੀਦਾ ਹੈਗਾ ਕਿ ਜੇ ਐਜੂਕੇਸ਼ਨ ਜਿਹਨੂੰ ਚਾਹੀਦੀ ਹੈਗੀ ਹੈ, ਜੇ ਉਹਨੂੰ ਮੁਫਤ ਦੇ ਵਿੱਚੋਂ ਮਿਲ ਜਾਏ, ਹੋਰ ਜੋ ਉਹਦੇ ਸੱਚੀ ਲੋੜਵੰਦ ਨੇ, ਜਿਹੜੇ ਲੋੜਵੰਦ ਸਿਰਫ ਪੈਸੇ ਪੱਖੋਂ ਨਹੀਂ, ਆਪਣੇ ਦਿਲ ਦੀ ਮਨ ਦੀ ਇੱਛਾ ਵਾਂਗੂ ਵੀ ਉਹ ਲੋੜਵੰਦ ਹੋਣੇ ਚਾਹੀਦੇ ਆ। ਨਹੀਂ ਤਾਂ ਬੱਚੇ ਬਹੁਤ ਹੁੰਦੇ ਨੇ, ਮਾਪਿਆਂ ਕੋਲ ਪੈਸੇ ਬਹੁਤ ਹੁੰਦੇ ਨੇ, ਪਰ ਬੱਚੇ ਪੜ੍ਹਨ ਦੇ ਇੱਛੁਕ ਨਹੀਂ ਹੁੰਦੇ, ਸੋ ਉਹਨਾਂ ਦੀ ਰੁਚੀਆਂ ਹੋਰ ਹੀ ਹੁੰਦੀ ਹੈ। ਪਰ ਜਦੋਂ ਬੱਚੇ ਇੱਛੁਕ ਹੋ ਜਾਂਦੇ ਆ, ਤਾਂ ਸ਼ਾਇਦ ਉਹ ਉਹਨਾਂ ਨੂੰ ਭਾਵੇਂ ਸਰਕਾਰੀ ਸਕੂਲ 'ਚ ਵੀ ਪੜ੍ਹਾ ਦੋਗੇ ਤਾਂ ਵੀ ਉਹ ਟੌਪ ਕਰ ਸਕਦੇ ਨੇ। ਇੱਕ ਇੱਛਾ ਸ਼ਕਤੀ ਦੀ ਇੱਕ ਜ਼ਰੂਰ ਜਿਹੜੀ ਹੈਗੀ ਹੈ ਉਹਦੀ ਲੋੜ ਹੁੰਦੀ ਹੈਗੀ ਆ। ਹੋਰ ਵੀ ਇੱਥੇ ਹੋਰ ਬੜੇ ਸਾਰੇ ਬੱਚੇ ਨੇ ਜਿਹੜੇ ਇੱਥੇ ਪੜ੍ਹ ਰਹੇ ਨੇ। ਆਪਣਾ ਨਾਮ? ਜੀ, ਮਮਤਾ ਮੇਰਾ ਨਾਮ ਹੈ। ਕਿਆ ਕਹਿਣਾ ਚਾਹੇਂਗੇ, ਕੈਸਾ ਲੱਗਦਾ? ਜੀ, ਇਹ ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਕੇ ਦੁਆਰਾ ਇਹ ਜੋ ਕੀਆ ਜਾ ਰਹਾ ਹੈ, ਇਹ ਜੋ ਕਲਾਸਿਸ ਮੁਝੇ ਮਿਲ ਰਹੀ ਹੈ, ਇਹ ਮੁਝੇ ਬਹੁਤ ਇਟ ਹੈਲਪਸ ਅਲੋਟ ਮੀ ਜੀ। ਇਸਕਾ SSC ਕੀ ਜੋ ਕਲਾਸਿਸ ਹਮਾਰੀ ਚੱਲ ਰਹੀ ਹੈ, ਇਸਸੇ ਮੁਝੇ ਆਗੇ ਫਿਊਚਰ ਮੇ ਔਰ ਜੋਬ ਮੇ ਬਹੁਤ ਹੈਲਪ ਮਿਲਨੇ ਵਾਲੀ ਹੈ। ਮੈਂ ਚਾਹਤੀ ਹੂੰ ਐਸੀ ਕਲਾਸਿਸ ਮੈਮ ਔਰ ਔਰਗਨਾਈਜ਼ ਕਰੇ। ਕਲਾਸਿਸ 'ਚ ਮੌਜੂਦ ਹੈਗੀਆਂ, ਕੁਛ ਹੋਰ ਵੀ ਬੱਚਿਆਂ ਨਾਲ ਗੱਲਬਾਤ ਕਰਾਂਗੇ। ਤੁਸੀਂ ਦੇਖਿਆ ਕਿ ਦੋ ਹਿੰਦੂ ਪਰਿਵਾਰ ਦੇ ਬੱਚੇ ਸੀਗੇ, ਉਹਨਾਂ ਨਾਲ ਗੱਲਬਾਤ ਕੀਤੀ, ਔਰ ਬੜੀ ਅੱਛੀ ਗੱਲ ਹੈ ਕਿ ਭਾਈ ਲਾਲੋ ਜੀ ਦਾ ਸੰਦੇਸ਼ ਔਰ ਭਾਈ ਮਤੀਦਾਸ ਜੀ ਦਾ ਸੰਦੇਸ਼ ਜਿਹੜਾ ਹੈਗਾ ਉਹ ਰਲ ਕੇ ਇਹਨਾਂ ਨੌਨ ਸਿੱਖ ਪਰਿਵਾਰਾਂ ਤੱਕ ਵੀ ਜਾ ਰਿਹਾ ਹੈਗਾ, ਕਿਉਂਕਿ ਵਿੱਦਿਆ ਦਾ ਜਿਹੜਾ ਹੈਗਾ ਨਾ ਕੋਈ ਉਹ ਵਿੱਦਿਆ ਵਿਚਾਰੀ ਦਾ ਪਰਉਪਕਾਰੀ, ਉਹਦਾ ਕੋਈ ਇਰਰਿਸਪੈਕਟ ਆਫ ਰਿਲੀਜਨ ਉਹ ਜਿਹੜੀ ਹੈਗੀ ਹੈ, ਰਿਸਪੈਕਟ ਆਫ ਕਾਸਟ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈਗੀ, ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਕੁਛ ਸਾਡੇ ਨਾਲ ਸਿੱਖ ਵਿਦਿਆਰਥੀ ਵੀ ਇੱਥੇ ਮੌਜੂਦ ਹੈਗੇ ਨੇ ਜੋ ਇਸ ਸੇਵਾਵਾਂ ਦਾ ਲਾਹਾ ਲੈ ਰਹੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਆਪ ਜੀ ਦਾ ਨਾਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਿਵਜੋਤ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ, ਕਿੱਦਾਂ ਦਾ ਲੱਗਦਾ ਜੀ? ਜੀ, ਬੜਾ ਵਧੀਆ ਉਪਰਾਲਾ ਹੈ ਜਿੱਦਾਂ ਮਾਤਾ ਜੀ ਜਗਜੀਤ ਕੌਰ ਜੀ ਨੇ ਉਪਰਾਲਾ ਸ਼ੁਰੂ ਕੀਤਾ ਹੈ। ਜਿਹੜੇ ਬੱਚਿਆਂ ਨੂੰ ਜਿਹੜੇ ਭਟਕੇ ਹੋਏ ਬੱਚੇ ਹੁੰਦੇ ਆਫਟਰ 12th, ਪਤਾ ਨਹੀਂ ਹੁੰਦਾ ਕਿਹੜਾ ਕੋਰਸ ਕਰਨਾ, ਆਪਾਂ ਕਿਸ ਸਟ੍ਰੀਮ ਜਾਣਾ, ਉਹਨਾਂ ਨੂੰ ਇੱਕ ਰਾਹ ਦਿਖਾਉਣਾ, ਕਰੀਅਰ ਗਾਈਡੈਂਸ ਵਾਸਤੇ ਉਹਨੂੰ ਦੇਣਾ ਕਿ ਤੁਸੀਂ ਇਹ ਰਾਹ ਫੜੋ, ਤੁਹਾਡੇ ਵਾਸਤੇ ਵਧੀਆ। ਨਾਲ ਇਹਨਾਂ ਨੇ ਸ਼ੁਰੂ ਕੀਤਾ ਇਸ ਸਾਲ SSC ਦੀ ਕਲਾਸਿਸ NDA ਦੀ ਅਤੇ ਏਅਰਮੈਨ ਦੀ, ਜੋ ਬਹੁਤ ਵਧੀਆ ਉਪਰਾਲਾ ਬੱਚਿਆਂ ਨੂੰ ਅੱਗੇ, ਹੋਰ ਪ੍ਰੇਰਿਆ ਉਹਨਾਂ ਵਾਸਤੇ ਕਿ ਤੁਸੀਂ ਆਓ ਸਾਡੇ ਨਾਲ ਜੁੜੋ, ਉਹ ਵੀ ਫ੍ਰੀ ਆਫ ਕੋਸਟ, ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਜੀ। ਕੋਈ ਟਰਬਨ ਟਾਈਮ ਵੀ ਇੱਥੇ ਸਿਖਾਈ ਜਾਂਦੀ? ਹਾਂਜੀ, ਦਸਤਾਰ ਦੀ ਅਤੇ ਪੰਜਾਬੀ ਦੀ ਕਲਾਸਿਸ ਅਤੇ ਗੁਰਮੁਖ ਦੀ ਕਲਾਸਿਸ ਵੀ ਦਿੱਤੀ ਜਾਂਦੀ ਹੈ, ਆਪਣੇ ਵਿਰਸੇ ਨਾਲ ਜੋੜਿਆ ਜਾਂਦਾ ਬੱਚੇ, ਕੀਰਤਨ ਨਾਲ ਵੀ ਜੋੜਿਆ ਜਾਂਦਾ ਜੀ। ਜੀ, ਬੱਚਿਆਂ ਨੂੰ ਇੱਥੇ ਦਸਤਾਰ ਬੰਦੀ ਦੀ ਸਿਖਲਾਈ ਜਿਹੜੀ ਹੈਗੀ ਉਹ ਵੀ ਕਰਾਈ ਜਾ ਰਹੀ ਹੈਗੀ ਕਿ ਕਿਸ ਤਰੀਕੇ ਉਹਨਾਂ ਨੇ ਦਸਤਾਰ ਬੰਨ੍ਹਣੀ ਹੈਗੀ ਹੈ, ਸਾਰੀ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈਗੀ ਆ ਇਹਨਾਂ ਵੀਰਾਂ ਵੱਲੋਂ ਵੀ ਦਿੱਤੀ ਜਾ ਰਹੀ ਹੈਗੀ ਆ। ਇਸੇ ਕੈਂਪ ਦੇ ਜੋ SSC ਔਰ NDA ਔਰ ਏਅਰਮੈਨ ਦੇ ਜਿਹੜੇ ਟੀਚਰਸ ਨੇ, ਜਿਹੜੇ ਫੈਕਲਟੀਜ਼ ਨੇ, ਉਹਨਾਂ ਨਾਲ ਜੁੜਦੇ ਹਾਂ ਕਿ ਗੱਲਬਾਤ ਕਰਦੇ ਹਾਂ, ਜੋ ਬੱਚਿਆਂ ਨੂੰ ਸਿਖਾ ਰਹੇ ਨੇ, ਪ੍ਰੋਫੈਸ਼ਨਲ ਕਰੀਅਰ ਗਾਈਡੈਂਸ ਕੋਰਸਿਸ ਦੇ ਨਾਲ ਜੋੜ ਰਹੇ ਨੇ। ਹਾਂਜੀ, ਨਮਸਕਾਰ ਜੀ, ਆਪਣਾ ਨਾਮ? ਮੈਂ ਪ੍ਰਮੋਦ ਵਰਮਾ, ਵਿਦਿਆਪੀਠ ਅਕੈਡਮੀ ਸੇ ਹੂੰ। ਹਮਾਰੀ ਜੋ ਅਕੈਡਮੀ ਹੈ, ਜੋ SSC NDA ਏਅਰਫੋਰਸ ਨੇਵੀ ਕੀ ਤਿਆਰੀ ਕਰਵਾਤੀ ਹੈ, ਅਬ ਭਾਈ ਮਤੀਦਾਸ ਚੈਰੀਟੇਬਲ ਸੋਸਾਇਟੀ ਕੇ ਸਾਥ ਜੁੜ ਚੁੱਕੀ ਹੈ, ਔਰ ਉਨਕੇ ਸਾਥ ਇਸ ਸੇਵਾਕਾਰੀ ਹਮੇਂ ਪੂਰਨਤਾ ਸਹਿਯੋਗ ਦੇ ਰਹੀ ਹੈ, ਔਰ ਆਗੇ ਵੀ ਹਮ ਪੂਰੀ ਤਰ੍ਹਾਂ ਸੇ ਇਸਮੇਂ ਸਹਿਯੋਗ ਦੇਂਗੇ, ਅਗਰ ਹਮਾਰੀ ਤਰਫ ਸੇ ਜੋ ਵੀ ਸਹਿਯੋਗ ਹੋਤਾ ਹੈ ਵੋ ਹਮ ਕਰਤੇ ਰਹਤੇ ਹੈ। ਔਰ ਇਸਕੇ ਸਾਥ ਯੇ ਹੈ ਕਿ ਇਹ ਜੋ ਸਿਕਸ਼ਾ ਦੀ ਜਾ ਰਹੀ ਹੈ, ਇਹ ਗੌਰਮੈਂਟ ਐਗਜ਼ਾਮ ਕੀ ਤਿਆਰੀ ਕੇ ਲੀਏ ਹੋਤੀ ਹੈ। ਅਗਰ ਕੋਈ ਬੱਚਾ, ਗਰੀਬ ਬੱਚਾ, ਜਿਸਕੋ ਯੇ ਸਿਕਸ਼ਾ ਨਹੀਂ ਮਿਲ ਰਹੀ ਹੈ, ਉਸਕੋ ਯਹ ਸਿਕਸ਼ਾ ਦੇਣਾ ਅੱਛੀ ਬਾਤ ਹੈ ਕਿ ਇਸਸੇ ਵੋ ਬੱਚਾ ਆਪਣੀ ਲੇਵਲ ਸੇ ਥੋੜ੍ਹਾ ਉੱਪਰ ਉੱਠੇਗਾ ਔਰ ਉਸ ਦੇਸ਼ ਕੀ ਸੇਵਾ ਮੇਂ ਆਪਣਾ ਯੋਗਦਾਨ ਦੇਗਾ। ਠੀਕ ਹੈ ਜੀ। ਅਲੱਗ ਅਲੱਗ ਸੇਵਾਵਾਂ ਇਸ ਸੰਸਥਾ ਦੁਆਰਾ ਕੀਤੀਆਂ ਜਾਂਦੀਆਂ ਹਨ, ਜਿਹਦੇ ਵਿੱਚ ਕਮਰਸ਼ਲ ਜਿਹੜੇ ਕੋਰਸਿਸ ਨੇ, ਪ੍ਰੋਫੈਸ਼ਨਲ ਕੋਰਸਿਸ ਨੇ, ਉਹਨਾਂ ਦੀ ਟ੍ਰੇਨਿੰਗ ਭਾਈ ਮਤੀਦਾਸ ਐਜੂਕੇਸ਼ਨਲ ਹੈਲਪਲਾਈਨ ਕੇਂਦਰ, ਭਾਈ ਮਤੀਦਾਸ ਰਾਸ਼ਨ ਦੀ ਜਿਹੜੀ ਸੇਵਾ ਹੈ, ਜਿਹੜੇ ਗਰੀਬ ਅਤੇ ਲੋੜਵੰਦ ਪਰਿਵਾਰ ਹਨ ਉਹਨਾਂ ਲਈ ਰਾਸ਼ਨ ਦੀ ਸੇਵਾ, ਸਾਲ ਦੇ ਸਾਲ ਬੱਚਿਆਂ ਨੂੰ ਸਟੇਸ਼ਨਰੀ ਦੇ ਬੈਗ ਦੀ ਸੇਵਾ ਅਤੇ ਹੋਰ ਵੀ ਕਈ ਤਰ੍ਹਾਂ ਦੀ ਜਿਹੜੀ ਸੇਵਾਵਾਂ ਨੇ
ਉਹ ਭਾਈ ਮਤੀਦਾਸ ਚੈਰੀਟੇਬਲ ਸੁਸਾਇਟੀ ਦੇ ਨਾਲ ਕੀਤੀਆਂ ਜਾ ਰਹੀਆਂ ਹਨ। ਮੈਂ ਜ਼ਿਆਦਾ ਸਮਾਂ ਨਾ ਲੈਂਦੇ ਸਭ ਤੋਂ ਪਹਿਲੇ ਆਏ ਪਤਵੰਦੇ ਸੰਜੇ ਨੂੰ ਜੀ ਆਇਆਂ ਕਹਿੰਦੇ ਹਾਂ। ਬੱਚਿਆਂ ਪ੍ਰਤੀ ਬੇਨਤੀ ਹੈ ਕਿ ਉਹ ਗੱਲਾਂ ਨਾ ਕਰਨ, ਚੁੱਪ ਦਾ ਦਾਨ ਬਖਸ਼ਣ। ਸਾਡੇ ਵਿੱਚ ਪੰਥ ਦੇ ਮਹਾਨ ਕੀਰਤਨੀ ਹੈ ਔਰ ਇਸ ਸੁਸਾਇਟੀ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਸਾਡੇ ਵਿੱਚ, ਡਾਕਟਰ ਜਸਪਾਲ ਸਿੰਘ ਐਕਸ ਵਾਈਸ ਚਾਂਸਲਰ ਔਰ ਇਸ ਸਮੇਂ ਨੈਸ਼ਨਲ ਮਨੋਰਟੀ ਕਮਿਸ਼ਨ ਦੇ ਮੈਂਬਰ ਹਨ। ਸਰਦਾਰ ਹਰਿੰਦਰਪਾਲ ਸਿੰਘ ਜੀ ਚੇਅਰਮੈਨ ਗੁਰਮਤਿ ਕਾਲਜ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰਿਆਂ ਨੂੰ ਅਸੀਂ ਔਰ ਬਾਬਾ ਅਮਰਦੀਪ ਸਿੰਘ ਜੀ ਡੇਰਾ ਬਾਬਾ ਕਰਮ ਸਿੰਘ ਜੀ ਤੋਂ ਹੋਰ ਵੀ ਪਤਵੰਦੇ ਸੱਜਣ ਆਏ ਹਨ, ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਭ ਤੋਂ ਪਹਿਲੇ ਡਾਕਟਰ ਜਸਪਾਲ ਸਿੰਘ ਜੀ ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੀਆਂ ਅਸੀਸਾਂ ਜਿਹੜੀਆਂ ਹਨ ਉਹ ਬੱਚਿਆਂ ਨੂੰ ਦੇਣ ਦੀ ਕਿਰਪਾਲਤਾ ਕਰਨ। ਉਹਨਾਂ ਨੂੰ ਬੇਨਤੀ ਹੈ ਜਿਹੜੀਆਂ ਹਨ ਬੜੇ ਹੀ ਉੱਚੇ ਪੱਧਰ 'ਤੇ ਡਾਕਟਰ ਸਾਹਿਬ ਨੇ ਕੀਤੀਆਂ ਹਨ। ਡਾਕਟਰ ਸਾਹਿਬ ਦਾ ਵਿਸ਼ਾ ਪੋਲੀਟੀਕਲ ਸਾਇੰਸ ਰਿਹਾ, ਮੈਂ ਵੀ ਡਾਕਟਰ ਸਾਹਿਬ ਦਾ 1989 ਵਿੱਚ ਸਟੂਡੈਂਟ ਰਿਹਾ ਖਾਲਸਾ ਕਾਲਜ ਦੇ ਅੰਦਰ। ਲੇਕਿਨ ਉਹਨਾਂ ਨੇ ਹਰ ਵਿਸ਼ੇ ਦੇ ਉੱਤੇ ਜਿਹੜਾ ਹੈ ਖਾਸ ਕਰਕੇ ਪੰਜਾਬੀਅਤ ਨਾਲ ਬੜਾ ਪਿਆਰ ਡਾਕਟਰ ਸਾਹਿਬ ਨੂੰ ਸ਼ੁਰੂ ਤੋਂ ਰਿਹਾ ਹੈ। ਡਾਕਟਰ ਸਾਹਿਬ ਅੱਗੇ ਬੇਨਤੀ ਹੈ ਕਿ ਉਹ ਆ ਕੇ ਆਪਣੀ ਅਸੀਸਾਂ ਜਿਹੜੀਆਂ ਹਨ ਉਹ ਬੱਚਿਆਂ ਦੇਣ। ਪਰਮ ਸਤਿਕਾਰਯੋਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਜਵਾਬ ਦੇ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੂਜੀ ਵਾਰੀ ਇਸ ਐਜੂਕੇਸ਼ਨਲ ਕੈਂਪ ਦੇ ਸਮਾਗਮ ਵਿੱਚ ਆਇਆ ਔਰ ਸਵੇਰ ਤੋਂ ਮੈਂ ਗਤੀਵਿਧੀਆਂ ਸਰਗਰਮੀਆਂ ਦੇਖ ਰਿਹਾ ਸੀ। ਸੱਚ ਜਾਣੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬਾਬਾ ਗੁਰੂ ਇਕਬਾਲ ਸਿੰਘ ਹੋਰਾਂ ਨੇ ਔਰ ਇਹ ਜਿਹੜੀ ਸੁਸਾਇਟੀ ਹੈ ਇਸ ਦੇ ਸਾਰੇ ਭਾਈ ਮਤੀਦਾਸ ਚੈਰੀਟੇਬਲ ਸੁਸਾਇਟੀ ਇਹਦੇ ਸਾਰੇ ਅਹੁਦੇਦਾਰਾਂ ਔਰ ਹਰਿੰਦਰਪਾਲ ਸਿੰਘ ਹੋਰੀ ਜਿਹੜੇ ਇੱਥੋਂ ਦੇ ਚੁਣੇ ਨੁਮਾਇੰਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇੱਥੋਂ ਦੀ ਪ੍ਰਬੰਧਕ ਕਮੇਟੀ, ਮੈਂ ਸਭ ਨੂੰ ਮੁਬਾਰਕ ਦੇਣਾ ਔਰ ਇੱਕ ਗੱਲ ਕਹਿਣੀ ਚਾਹੁੰਦਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਕੋਲ ਇੱਕ ਮਾਡਲ, ਤਿਆਰ ਬਰ ਤਿਆਰ ਮਾਡਲ ਇੱਥੇ ਸਾਨੂੰ ਮਿਲ ਰਿਹਾ ਔਰ ਇਸ ਮਾਡਲ ਨੂੰ ਅਸੀਂ ਅਗਰ ਹੋਰ ਥਾਵਾਂ 'ਤੇ ਇਸੇ ਤਰ੍ਹਾਂ ਉਸ ਮਾਡਲ ਨੂੰ ਅਪਣਾ ਕੇ ਉਸ ਮੁਤਾਬਕ ਕੰਮ ਕਰੀਏ ਤਾਂ ਸੱਚ ਜਾਣਨਾ ਇੱਕ ਬਹੁਤ ਵੱਡੀ ਸੇਵਾ ਹੋਵੇਗੀ, ਬਹੁਤ ਵੱਡੀ ਸੇਵਾ ਹੋਵੇਗੀ ਪੰਥ ਦੀ, ਬਹੁਤ ਵੱਡੀ ਸੇਵਾ ਹੋਵੇਗੀ ਦੇਸ਼ ਦੀ, ਬਹੁਤ ਵੱਡੀ ਸੇਵਾ ਹੋਏਗੀ ਸਮਾਜ ਦੀ ਔਰ ਖਾਸ ਤੌਰ 'ਤੇ ਸਮਾਜ ਦੇ ਉਸ ਵਰਗ ਦੀ ਜਿਹੜਾ ਵਰਗ ਇੰਤਜ਼ਾਰ ਵਿੱਚ ਸੀ ਕਿ ਸਾਨੂੰ ਕੋਈ ਐਸਾ ਮੌਕਾ ਮਿਲੇ ਜਿੱਥੇ ਅਸੀਂ ਆਪਣੇ ਕੈਰੀਅਰ ਨੂੰ ਬਣਾ ਸਕੀਏ, ਜਿੱਥੇ ਇੱਕ ਚੰਗੇ ਇਨਸਾਨ ਬਣਨ ਦੀ ਤਰਬੀਅਤ ਮਿਲਦੀ ਹੋਵੇ। ਸਾਰਾ ਕੁਝ ਮੈਂ ਵਿਸਤਾਰ 'ਚ ਨਹੀਂ ਕਹਿ ਸਕਦਾ, ਸ਼ਾਇਦ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਹੁਣੇ ਬਹੁਤ ਬਹੁਤ ਸਤਿਕਾਰਯੋਗ ਰੂਹਾਨੀ ਸ਼ਖਸੀਅਤ ਦੇ ਮਾਲਕ ਬਾਬਾ ਗੁਰੂ ਇਕਬਾਲ ਸਿੰਘ ਹੋਰੀ ਔਰ ਅਸੀਂ ਸਾਰੇ ਉਹਨਾਂ ਬੱਚਿਆਂ ਨੂੰ ਮਿਲ ਕੇ ਆਏ ਹਾਂ ਜਿਹੜੇ ਕਲਾਸ 'ਚ ਬੈਠੇ ਹੋਏ ਨੇ ਔਰ ਉੱਥੇ ਦਾ ਜੋ ਔਰਾ ਸੀ, ਜੋ ਇੰਪ੍ਰੈਸ਼ਨ ਸਾਡੇ ਮਨ 'ਤੇ ਹੈ ਉਹ ਇਹੀ ਹੈ ਕਿ ਜੇ ਸੱਚਮੁੱਚ ਅਸੀਂ ਬਦਲਾਅ ਚਾਹੁੰਦੇ ਹਾਂ, ਜੇ ਸੱਚਮੁੱਚ ਅਸੀਂ ਚਾਹੁੰਦੇ ਹਾਂ ਕੁਝ ਕਰਨਾ ਤਾਂ ਮਾਡਲ ਇੱਥੇ ਮੌਜੂਦ ਹੈ ਸਾਡੇ ਕੋਲ। ਉਸ ਮਾਡਲ ਨੂੰ ਆਪਣੇ ਇਲਾਕਿਆਂ ਵਿੱਚ ਟਰਾਂਸਲੇਟ ਕਰ ਲਈਏ ਤਾਂ ਇੱਕ ਬਹੁਤ ਵੱਡਾ ਕੰਮ ਹੋ ਸਕਦਾ ਹੈ ਖਾਸ ਤੌਰ 'ਤੇ। ਔਰ ਸਾਡੇ ਬੜੇ ਸਾਰੇ ਕੰਸਰਨ ਨੇ ਇਸ ਵੇਲੇ, ਬਹੁਤ ਵੱਡੇ ਕੰਸਰਨ ਨੇ ਔਰ ਉਹਨਾਂ ਕੰਸਰਨਸ ਨੂੰ ਅਸੀਂ ਜੇ ਭੁਲਾ ਦੇਵਾਂਗੇ ਤਾਂ ਸੱਚ ਜਾਣੋ ਕੋਈ ਬਹੁਤੀ ਚੰਗੀ ਸਥਿਤੀ ਨਹੀਂ ਰਹੇਗੀ, ਬਹੁਤ ਲੰਮਾ ਸਮਾਂ ਕਾਇਮ ਨਹੀਂ ਰਹੇਗੀ। ਸਭ ਤੋਂ ਪਹਿਲੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਔਰ ਮੈਂ ਕਈ ਵਾਰ ਇਸ ਨੂੰ ਕਹਿੰਦਾ ਕਿ ਜਿੰਨਾ ਮਰਜ਼ੀ ਕਿਸੇ ਕੌਮ ਕੋਲ, ਕਿਸੇ ਸਮਾਜ ਕੋਲ ਕੁਝ ਵੀ ਹੋਵੇ,
ਪਰ ਜੇ ਜਨਰੇਸ਼ਨ ਜਿਹੜੀ ਹੈ ਆਪਣੀ ਵਿਰਾਸਤ ਤੋਂ ਟੁੱਟ ਜਾਏਗੀ ਔਰ ਉਹਨੂੰ ਆਪਣੀ ਵਿਰਾਸਤ ਦੀ ਪਛਾਣ ਨਹੀਂ ਹੋਏਗੀ। ਮੈਂ ਝੂਠ ਨਹੀਂ ਬੋਲਦਾ, ਮੈਂ ਪੰਜਾਬੀ ਯੂਨੀਵਰਸਿਟੀ 'ਚ ਬੜੀ ਵਾਰੀ ਕਹਿੰਦਾ ਸੀ ਕਿ ਮੇਰਾ ਬੱਚਾ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰਦਾ ਔਰ ਮੈਂ ਬੜਾ ਖੁਸ਼ ਹੁੰਦਾ, ਬਹੁਤ ਖੁਸ਼ ਹੁੰਦਾ ਕਿ ਉਹਨੇ ਅੱਜ ਦੱਸਤਾ ਨੋਜ਼, ਇਹ ਮੇਰੀ ਨੋਜ਼ ਹੈ। ਪਰ ਜਦੋਂ ਜਦੋਂ ਉਹਨੂੰ ਕੋਈ ਤਕਲੀਫ ਹੋਣੀ ਹੈ ਤਾਂ ਉਹਨੇ ਨੱਕ ਹੀ ਕਹਿਣਾ ਜੇ, ਬਾਅਦ ਵਿੱਚ ਉਸ ਵੇਲੇ ਨੋਜ਼ ਨਹੀਂ ਜੇ ਕਹਿਣੀ, ਹੈ ਨਾ। ਜੇ ਮੇਰਾ ਬੱਚਾ ਚੀਕ ਕਹਿ ਦੇਵੇ ਤਾਂ ਮੈਂ ਬਹੁਤ ਖੁਸ਼ ਹੁੰਦਾ। ਅਤੇ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਬੱਚੇ ਦੀ ਗਲਤੀ ਨਹੀਂ ਹੈ, ਮੇਰੀ ਗਲਤੀ ਹੈ ਜਿਹੜਾ ਖੁਸ਼ ਹੋ ਰਿਹਾ ਕਿ ਮੈਂ ਆਪਣੇ ਬੱਚੇ ਨੂੰ ਆਪਣੀ ਭਾਸ਼ਾ ਆਪਣੀ ਵਿਰਾਸਤ ਤੋਂ ਤੋੜ ਕੇ ਉਸ ਉਮਰ ਵਿੱਚ ਜਿਸ ਉਮਰ ਵਿੱਚ ਉਹਨੂੰ ਘਰ ਦੀ ਮਾਂ ਬੋਲੀ ਸਭ ਕੁਝ ਦੱਸ ਰਹੀ ਹੈ, ਉਹ ਮਾਂ ਬੋਲੀ ਦੀ ਜਗ੍ਹਾ 'ਤੇ ਕੋਈ ਹੋਰ ਬੋਲੀ ਦਾ, ਜਦੋਂ ਵੱਡਾ ਹੋਏਗਾ ਫਿਰ ਫਰੈਂਚ ਪੜ੍ਹੇ ਕੋਈ ਗੱਲ ਨਹੀਂ, ਅੰਗਰੇਜ਼ੀ ਪੜ੍ਹੇ ਕੋਈ ਗੱਲ ਨਹੀਂ, ਜਰਮਨ ਪੜ੍ਹੇ ਕੋਈ ਗੱਲ ਨਹੀਂ, ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਪੜ੍ਹ ਲਵੇ। ਪਰ ਜਦੋਂ ਮਾਂ ਬੋਲੀ ਸਿੱਖਣੀ ਹੈ ਉਦੋਂ ਮੈਂ ਉਹਨੂੰ ਕਹਿੰਦਾ ਕਿ ਇਹ ਤੇਰਾ ਨੱਕ ਨਹੀਂ ਜੇ, ਇਹ ਨੋਜ਼ ਹੈਗੀ ਹੈ, ਇਹ ਦੰਦ ਨਹੀਂ ਨੇ, ਇਹ ਟੀਥ ਹੈਗੇ ਨੇ। ਔਰ ਫਿਰ ਉਹ ਸੁਣ ਕੇ ਮੈਂ ਖੁਸ਼ ਹੋਣਾ। ਤਾਂ ਮੈਨੂੰ ਲੱਗਦਾ ਮੇਰੀ ਪ੍ਰਪੋਜੀਸ਼ਨ ਬਾਬਾ ਜੀ ਇਹ ਹੈ ਕਿ ਕਸੂਰ ਬੱਚੇ ਦਾ ਹੈ ਹੀ ਨਹੀਂ, ਮੈਂ ਜਿਹੜਾ ਖੁਸ਼ ਹੋ ਰਿਹਾ ਉਹਦੀ ਇਹ ਐਕਟੀਵਿਟੀ ਦੇਖ ਕੇ ਔਰ ਉਹਨੂੰ ਇਹ ਸਿਖਾ ਕੇ, ਤਾਂ ਦੋਸ਼ੀ ਕੌਣ ਹੈ? ਮੈਂ ਇੱਕ ਐਗਜ਼ਾਮਪਲ ਦੇਣਾ ਕਿ ਮੇਰਾ ਬੱਚਾ ਮੇਰੀ ਮਾਂ ਨਾਲ ਔਰ ਮੇਰੇ ਪਿਤਾ ਜੀ ਨਾਲ ਪੰਜਾਬੀ 'ਚ ਗੱਲ ਕਰਦਾ ਹੈ, ਮੇਰਾ ਬੱਚਾ। ਔਰ ਜਦੋਂ ਮੇਰੀ ਮਾਂ ਨੂੰ ਮਿਲੇਗਾ ਬੀਜੀ ਕੀ ਹਾਲ ਹੈ, ਤਾਂ ਮੈਂ ਬੜਾ ਦੇਖਦਾ ਕਿ ਇਹਦੇ ਨਾਲ ਤਾਂ ਬੜੀ ਪੰਜਾਬੀ ਬੋਲ ਰਿਹਾ। ਇਹਦਾ ਮਤਲਬ ਹੈ ਕਿ ਮੇਰੀ ਮਾਂ ਨੇ ਇਹ ਖੁੱਲ੍ਹ ਨਹੀਂ ਦਿੱਤੀ ਕਿ ਉਹ ਕਿਸੇ ਹੋਰ ਜ਼ੁਬਾਨ 'ਚ ਗੱਲ ਕਰੇ। ਅਤੇ ਬੱਚੇ ਦਾ ਤਾਂ ਕਸੂਰ ਨਹੀਂ ਨਾ, ਬੱਚਾ ਮੇਰੀ ਮਾਂ ਨਾਲ, ਮੇਰੇ ਬਾਪ ਨਾਲ, ਆਪਣੇ ਨਾਨਾ ਨਾਨੀ, ਆਪਣੇ ਦਾਦਾ ਦਾਦੀ ਨਾਲ ਪੰਜਾਬੀ 'ਚ ਗੱਲ ਕਰ ਰਿਹਾ। ਪਰ ਮੇਰੇ ਨਾਲ ਅਤੇ ਮੇਰੀ ਵਾਈਫ ਨਾਲ, ਮਾਂ ਨਾਲ ਅਤੇ ਪਿਓ ਦੇ ਨਾਲ ਉਹ ਅੰਗਰੇਜ਼ੀ ਬੋਲ ਰਿਹਾ ਔਰ ਮੈਂ ਬੜਾ ਖੁਸ਼ ਹੋ ਰਿਹਾ। ਉਹੀ ਬੱਚਾ ਫਿਰ ਹੌਲੀ ਹੌਲੀ ਦੂਜੇ ਪਾਸੇ ਤੁਰ ਪੈਂਦਾ ਆਪਣੀ ਵਿਰਾਸਤੀ ਬੋਲੀ, ਆਪਣੀ ਮਾਂ ਬੋਲੀ ਛੱਡ ਕੇ। ਇਹਦਾ ਮਤਲਬ ਹੋਇਆ ਕਿ ਮੇਰੇ ਪੜਦਾਦੇ ਨੇ ਮੇਰੀ ਬੋਲੀ ਮੇਰੇ ਦਾਦੇ ਦਾਦੀ ਨੂੰ ਦਿੱਤੀ, ਮੇਰੇ ਦਾਦੇ ਦਾਦੀ ਨੇ ਮੇਰੀ ਮਾਂ ਬੋਲੀ ਮੈਨੂੰ ਦਿੱਤੀ, ਆਪਣੇ ਬੱਚਿਆਂ ਨੂੰ ਦਿੱਤੀ, ਮੇਰੇ ਮਾਂ ਬਾਪ ਨੇ ਉਹ ਮਾਂ ਬੋਲੀ ਮੇਰੇ ਤੱਕ ਪਹੁੰਚਾਈ। ਔਰ ਜਦੋਂ ਮੇਰੀ ਵਾਰੀ ਆਈ ਹੈ ਤਾਂ ਮੈਂ ਮਾਂ ਬੋਲੀ ਨਾਲ ਗਦਾਰੀ ਕਰ ਗਿਆ। ਮੇਰੀ ਹੁਣ ਵਾਰੀ ਸੀ ਨਾ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਅਤੇ ਪੰਜਾਬੀ ਬੋਲਣ ਵਾਸਤੇ ਉਤਸ਼ਾਹਿਤ ਕਰਨ ਦੀ, ਉਹਨਾਂ ਨੂੰ ਵਿਰਾਸਤ ਨਾਲ ਜੋੜਨ ਦੀ। ਅਤੇ ਮੈਂ ਉਹਨੂੰ ਖੁੱਲ੍ਹ ਦੇ ਦਿੱਤੀ, ਨਾ ਬੋਲ ਪੰਜਾਬੀ, ਅੰਗਰੇਜ਼ੀ ਬੋਲ, ਸ਼ਾਇਦ ਤੂੰ ਬਹੁਤ ਵੱਡਾ ਬਣ ਜਾਏਗਾ ਇਸ ਭੁਲੇਖੇ ਵਿੱਚ। ਅਤੇ ਯਾਦ ਰੱਖਣਾ ਕਿ ਜਿਹੜੀ ਵਿਰਾਸਤ ਲਗਾਤਾਰ ਪੁਸ਼ਤਾਂ ਤੋਂ ਮੇਰੇ ਕੋਲ ਆ ਰਹੀ ਸੀ ਉਹ ਮੇਰੇ ਵੇਲੇ ਆ ਕੇ ਰੁਕੀ। ਬੱਚੇ ਦਾ ਕਸੂਰ ਨਹੀਂ ਜੇ, ਮੈਂ ਇੱਥੋਂ ਇਹ ਕਹਿਣਾ ਚਾਹੁੰਦਾ, ਬੱਚੇ ਨੂੰ ਨਹੀਂ ਪਤਾ। ਜੇ ਬੱਚੇ ਨੂੰ ਮੈਂ ਜਿਹੜੀ ਬੋਲੀ ਸਿਖਾਵਾਂਗਾ, ਜਿਹੜੀ ਵਿਰਾਸਤ ਦਿਆਂਗਾ, ਉਹ ਪੱਲੇ ਬਣ ਲਏਗਾ। ਮੇਰੇ ਪਿਓ ਨੇ ਮੇਰੀ ਵਿਰਾਸਤ ਮੈਨੂੰ ਦਿੱਤੀ, ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਮੈਨੂੰ ਪਾਠ ਨਾਲ ਜੋੜਿਆ। ਮੇਰੇ ਪਾਪਾ ਜੀ ਪਾਠ ਕੀਤਾ ਹੀ ਕਿ ਨਹੀਂ? ਮੈਂ ਹਾਂਜੀ ਕਰ ਲਿਆ, ਜਿੱਦਾਂ ਵੀ ਕਰਾਂ ਮੈਂ, ਪਰ ਮੈਂ ਆਪਣੇ ਪਿਤਾ ਜੀ ਨੂੰ ਤਾਂ ਇਸੇ ਤਰ੍ਹਾਂ ਉਹ ਵਿਰਾਸਤ ਜਿਹੜੀ ਹੈ ਗੁਰੂ ਘਰ ਦੀ ਮੇਰੇ ਤੱਕ ਪਹੁੰਚੀ, ਪਰ ਮੈਂ ਆਪਣੇ ਬੱਚੇ ਨੂੰ ਉਸ ਵਿਰਾਸਤ ਨੂੰ ਪਹੁੰਚਾਉਣ ਵਿੱਚ ਨਾਕਾਮ ਹੋਇਆ। ਅਤੇ ਮੈਨੂੰ ਇੱਥੇ ਆ ਕੇ ਇੱਦਾਂ ਲੱਗਿਆ, ਅਬੜਵਾਏ ਇੱਕ ਮਾਹੌਲ ਐਸਾ ਸਿਰ ਦਿੱਤਾ ਹੈ ਇਸ ਸੁਸਾਇਟੀ ਨੇ ਕਿ ਬੱਚਿਆਂ ਕੋਲ ਮੇਰੀ ਵਿਰਾਸਤ ਜਿਹੜੀ ਹੈ ਆਪਣੇ ਆਪ ਪਹੁੰਚ ਰਹੀ ਹੈ। ਇਸ ਤਰ੍ਹਾਂ ਦਾ ਇਕੱਠ, ਇਸ ਤਰ੍ਹਾਂ ਦਾ ਬੱਚਿਆਂ ਦਾ ਆਪਸ ਵਿੱਚ ਮੇਲ ਜੋਲ ਔਰ ਫਿਰ ਗੁਰੂ ਘਰ ਨਾਲ ਜੁੜਿਆ ਹੋਇਆ ਸਾਰਾ ਸੰਕਲਪ, ਸਾਰਾ ਕੁਛ ਇਸ ਮਾਹੌਲ ਵਿੱਚ ਜਦੋਂ ਬੱਚੇ ਵਿਚਰਨਗੇ। ਹੁਣੇ ਮੈਂ ਕੀਰਤਨ ਸੁਣ ਰਿਹਾ ਸੀ ਹੈਂ, ਔਰ ਜਿਸ ਤਰ੍ਹਾਂ ਦਾ ਕੀਰਤਨ, ਜਿਸ ਤਰ੍ਹਾਂ ਉਹ ਗਾਇਨ ਕਰ ਰਹੇ ਸਨ ਅਤੇ ਜਿਸ ਤਰ੍ਹਾਂ ਉਹ ਮਸਤੀ ਵਿੱਚ ਸਨ, ਅਤੇ ਮੈਨੂੰ ਲੱਗਿਆ ਕਿ ਇਹੋ ਜਿਹੀ ਮਸਤੀ ਤਾਂ ਬੜੀ ਵੱਡੀ ਉਮਰ 'ਚ ਆਉਂਦੀ ਹੈ ਕੀਰਤਨ ਕਰਦਿਆਂ ਹੋਇਆਂ ਹਾਲੀ ਤਾਂ, ਪਰ ਕਿਉਂ ਮਾਹੌਲ ਅਸੀਂ ਸਿਰਜ ਦਿੱਤਾ, ਉਸ ਨੂੰ ਆਪਣੀ ਵਿਰਾਸਤ ਤੱਕ ਪਹੁੰਚਾ ਦਿੱਤਾ, ਤੁਹਾਡੇ ਕੋਲ ਪਹੁੰਚ ਗਏ। ਮੈਨੂੰ ਸਭ ਤੋਂ ਜ਼ਿਆਦਾ ਅੱਛਾ ਇਹ ਮਾਡਲ ਲੱਗਿਆ ਜਿਹੜਾ ਇਹ ਮਾਡਲ ਸਾਡੇ ਕੋਲ ਇੱਥੇ ਪਿਆ, ਜਿਹਦੇ 'ਚ ਕੀਰਤਨ ਵੀ ਹੈ, ਜਿਹਦੇ ਵਿੱਚ ਗੁਰੂ ਘਰ ਨਾਲ ਜੁੜੀਆਂ ਗੱਲਾਂ ਵੀ ਨੇ, ਆਪਣੀ ਬੋਲੀ ਵੀ ਹੈ, ਔਰ ਫਿਰ ਮਾਡਰਨ ਐਜੂਕੇਸ਼ਨ ਵੀ ਹੈ। ਥੱਲੇ ਉਹਨਾਂ ਦੀ ਕਲਾਸ ਲੱਗ ਰਹੀ ਹੈ, ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਮਾਡਰਨਿਟੀ ਔਰ ਵਿਰਾਸਤ ਅਗਰ ਇਕੱਠੇ ਹੋ ਜਾਣ ਤਾਂ ਇਨਸਾਨ ਬਣ ਜਾਏਗਾ।
ਸਿੱਧੀ ਗੱਲ ਹੈ। ਜੇ ਮਾਡਰਨਿਟੀ ਔਰ ਵਿਰਾਸਤ ਵਿੱਚ ਵਿਛੋੜਾ ਹੋ ਜਾਏਗਾ ਤੇ ਫਿਰ ਪਟਕਾ ਆਏਗਾ, ਫਿਰ ਕੋਈ ਕੋਈ ਮੈਂ ਕਈ ਵਾਰ ਕਹਿਣਾ, ਝੂਠ ਨਹੀਂ ਬੋਲਦਾ ਮੈਂ, ਦੁਨੀਆਂ 'ਚ ਵਿਚਰਦਾ, ਜਿੰਨੀ ਵੱਡੀ ਵਿਰਾਸਤ ਸਾਡੇ ਕੋਲ ਹੈ, ਸਾਡੇ ਕੋਲ ਬਾਬਾ, ਮੈਂ ਤਾਂ ਸਾਰੀ ਦੁਨੀਆਂ ਨੂੰ ਸੁਣਾ ਸੁਣਾ ਕੇ ਮੇਰੇ ਕੋਲ ਖਤਮ ਹੀ ਨਹੀਂ ਹੁੰਦਾ, ਮੈਂ ਬਾਬੇ ਨਾਨਕ ਦੀਆਂ ਉਦਾਸੀਆਂ ਹੀ ਸੁਣਾਈ ਜਾਂਦਾ ਸਾਰਿਆਂ ਨੂੰ, ਔਰ ਸਾਰੇ ਕਹਿੰਦੇ ਨੇ ਐਸੇ ਸਨ ਬਾਬਾ ਨਾਨਕ, ਬਾਬਾ ਨਾਨਕ ਮੱਕਾ ਗਏ ਸਨ, ਮੈਂ ਹਾਂਜੀ ਮੱਕਾ ਗਏ ਸਨ, ਕੀ ਹੋਇਆ ਸੀ ਮੈਂ ਫਿਰ ਸੁਣਾਉਣਾ, ਬਾਬਾ ਨਾਨਕ ਬਗਦਾਦ ਗਏ ਸਨ, ਮੈਂ ਕਿਹਾ ਹਾਂਜੀ, ਹੁਣੇ ਹੁਣੇ ਇੱਕ ਗਰੁੱਪ ਗੌਰਮੈਂਟ ਆਫ ਇੰਡੀਆ ਦਾ 4-5 ਸਾਲ ਪਹਿਲੇ ਸ਼੍ਰੀਲੰਕਾ ਗਿਆ ਸੀ, ਗਿਆ ਰਾਮ ਸੇਤੂ ਦੀ ਲਾਈਨ ਲੱਭਣ, ਰਾਮ ਸੇਤੂ ਕਿਸ ਤਰ੍ਹਾਂ ਬਣਿਆ ਸੀ, ਤੇ ਜਦੋਂ ਉਹ ਅੱਧਾ ਕੁ ਗਰੁੱਪ ਵਾਪਸ ਆਉਂਦਾ ਹੈ ਤੇ ਉਹ ਕਹਿੰਦਾ ਜੀ ਕਮਾਲ ਹੋ ਗਈ, ਰਾਮ ਸੇਤੂ ਤੋਂ ਬਣੇਗਾ ਜਬ ਹੋਗਾ, ਪਰ ਨਈ ਬਾਤ ਪ੍ਰਾਪਤ ਹੋਈ ਹੈ, ਕਿਆ ਹੋਇਆ ਕਿ ਬਾਬਾ ਨਾਨਕ ਸ਼੍ਰੀਲੰਕਾ ਗਏ ਥੇ ਔਰ ਉਹਦੀ ਪੂਰੀ ਨਿਸ਼ਾਨਦੇਹੀ ਹੋ ਕੇ ਆ ਗਈ ਹੈ, ਔਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3 ਬੰਦਿਆਂ ਦੀ ਕਮੇਟੀ ਉੱਥੇ ਜਾ ਰਹੀ ਹੈ ਔਰ ਉੱਥੇ ਸਮਾਗਮ ਕਰਨ ਦਾ ਫੈਸਲਾ ਕੀਤਾ ਜਿੱਥੇ ਬਾਬਾ ਨਾਨਕ ਮੇਰੇ ਪਿੰਡ ਦੇ ਕੋਲ, ਬਾਬਾ ਜੀ ਮੈਂ ਗੱਲ ਸੁਣਾ ਦਿਆਂ, ਮੈਨੂੰ ਬੜੇ ਲੋਕ ਕਹਿੰਦੇ ਸਨ, ਮੇਰੇ ਦਾਦਾ ਕਹਿੰਦੇ ਸਨ ਕਿ ਬਾਬਾ ਨਾਨਕ ਆਏ ਸਨ ਸਾਡੇ ਪਿੰਡ, ਮੈਂ ਕਿਹਾ ਹੁਣ ਸਾਰੇ ਹੀ ਕਹਿੰਦੇ ਨੇ ਸਾਡੇ ਆਏ ਸਨ, ਤਾਂ ਹੋ ਸਕਦਾ ਆਏ ਹੁਣ ਨਹੀਂ ਆਏ, ਕਿਸੇ ਨੇ ਮੇਰੇ ਫਾਦਰ ਕਹਿੰਦੇ ਸਨ ਕਿ ਜਸਪਾਲ ਬਾਬਾ ਨਾਨਕ ਆਏ ਸਨ ਇੱਥੇ, ਮੈਂ ਇੱਕ ਦਿਨ ਮੈਂ ਬੰਬੇ ਇੱਕ ਸਮਾਗਮ 'ਚ ਬੈਠਾ ਸੀ, ਸਰਦਾਰ ਜੀ ਉੱਥੇ ਔਰ ਸਟੇਜ 'ਤੇ ਆਏ ਮੇਰਾ ਇੰਟਰੋਡਕਸ਼ਨ ਕਰਨ ਵਾਸਤੇ, ਮੈਂ ਲੰਬੀ ਗੱਲ ਨਹੀਂ ਕਰਾਂਗਾ, ਗੱਲ ਖਤਮ ਕਰ ਰਿਹਾ, ਉਹ ਕਹਿੰਦਾ ਡਾਕਟਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਦੇ ਪਿੰਡ ਦਾ ਕੀ ਨਾਂ ਹੈ, ਅਤੇ ਮੈਂ ਨਹੀਂ ਬੋਲਿਆ, ਮੈਂ ਕਿਹਾ ਮੈਂ ਪਿੰਡ ਦਾ ਨਾਂ ਕਿਉਂ ਦੱਸਾਂ, ਅਤੇ ਫਿਰ ਉਹਨੇ ਪੁੱਛਿਆ ਜੀ ਦੁਬਾਰਾ ਪੁੱਛ ਰਹੇ ਤੁਹਾਡੇ ਪਿੰਡ ਦਾ ਨਾਂ ਕੀ ਹੈ, ਮੈਂ ਕਿਹਾ ਜੀ ਚਲੋ ਰਹਿਣ ਦਿਓ, ਕੀ ਕਹਿ ਰਹੇ ਹੋ, ਮੈਂ ਕਿਹਾ ਪਤਾ ਨਹੀਂ ਮੇਰੇ ਪਿੰਡ ਦੀ ਕਿਹੜੀ ਗੱਲ ਕਹਿਣ ਵਾਲਾ ਹੈ, ਫਿਰ ਕਹਿੰਦਾ ਕੀ ਤੁਹਾਡੇ ਪਿੰਡ ਦਾ ਨਾਂ ਜਸਰੋਟਾ ਹੈ, ਫਿਰ ਮੈਨੂੰ ਕਹਿਣਾ ਪਿਆ, ਮੈਂ ਕਿਹਾ ਜੀ ਮੇਰੇ ਪਿੰਡ ਦਾ ਨਾਂ ਜਸਰੋਟਾ ਹੈ, ਕਹਿੰਦਾ ਗੁਰੂ ਨਾਨਕ ਸਾਹਿਬ ਜਸਰੋਟੇ ਆਏ ਸਨ, ਮੈਂ ਕਿਹਾ ਲੈ ਇਹ ਤਾਂ ਨਵੀਂ, ਕਹਿੰਦਾ ਹਾਂਜੀ ਖੋਜ ਹੋ ਗਈ ਹੈ ਔਰ ਉਹ ਸਾਰਾ ਰਸਤਾ ਬਣ ਗਿਆ, ਜਦੋਂ ਗੁਰੂ ਨਾਨਕ ਸਾਹਿਬ ਲੇਹ ਗਏ ਨੇ, ਲੇਹ ਤੋਂ ਬਾਅਦ ਮਟਨ ਗਏ ਨੇ, ਮਟਨ ਤੋਂ ਜਦੋਂ ਵਾਪਸ ਆ ਰਹੇ ਨੇ ਤਾਂ ਸਾਡੇ ਪਿੰਡ ਹੋ ਕੇ ਗਏ ਨੇ, ਮੈਂ 6 ਮਹੀਨੇ ਪਹਿਲੇ ਪਿੰਡ ਗਿਆ ਆਪਣੇ, ਅਤੇ ਮੇਰੇ ਪਿੰਡ ਤੋਂ ਉੱਤੇ ਇਸ ਤਰ੍ਹਾਂ ਚੜ੍ਹਾਈ ਹੈ, ਪਹਾੜ ਹੈ ਕਸ਼ਮੀਰ, ਜੰਮੂ ਕਸ਼ਮੀਰ 'ਚ, ਅਤੇ ਪਹਾੜ ਦੇ ਉੱਤੇ ਮੈਂ ਗਿਆ ਅਤੇ ਉੱਥੇ ਇੰਨਾ ਜਿਹਾ ਛੋਟਾ ਜਿਹਾ ਗੁਰਦੁਆਰਾ ਬਣਿਆ, ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਚਰਨ ਕਮਲ ਸਾਹਿਬ, ਅਤੇ ਮੈਂ ਬੜਾ ਖੁਸ਼ ਹੋਇਆ ਛੋਟਾ ਜਿਹਾ ਗੁਰਦੁਆਰਾ ਦੇਖ ਕੇ, ਪਰ ਉਸ ਤੋਂ ਜ਼ਿਆਦਾ ਖੁਸ਼ੀ ਮੈਨੂੰ ਕਦੋਂ ਹੋਈ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਬੋਹੜ ਦਾ ਦਰਖਤ ਹੈ, ਬਹੁਤ ਵੱਡਾ ਬੋਹੜ ਹੈ, ਜਿਹਦਾ ਤਣਾ ਮੇਰੇ ਖਿਆਲ ਵਿੱਚ 3-4 ਮੀਟਰ ਦੇ ਕਰੀਬ ਤਣਾ ਹੈ ਉਹਦਾ, ਅਤੇ ਉੱਥੇ ਜਿਹੜੇ ਬੱਕਰਵਾਲ ਨੇ ਜਿਹੜੇ ਚਾਰਨ ਵਾਸਤੇ ਜਾਂਦੇ ਨੇ ਡੰਗਰਾਂ ਨੂੰ, ਉਹ ਨਿਕਲਦੇ ਪਏ ਨੇ, ਕੋਈ ਸਿੱਖ ਨਹੀਂ ਹੈਗਾ, ਸਾਰੇ ਗੁੱਜਰ ਨੇ ਜਾਂ ਮੁਸਲਮਾਨ ਨੇ, ਉਹ ਡੰਗਰ ਲੈ ਕੇ ਜਾ ਰਹੇ ਨੇ, ਅਤੇ ਡੰਗਰ ਲੈ ਕੇ ਜਾਂਦਿਆਂ ਉੱਥੇ ਪਿੱਪਲ ਨੂੰ ਮੱਥਾ ਟੇਕ ਰਹੇ ਨੇ, ਅਤੇ ਪਿੱਪਲ ਦਾ ਜਿਹੜਾ ਟੁੱਟਿਆ ਪੱਥਾ ਉਹ ਚੁੱਕ ਰਹੇ ਨੇ, ਅਤੇ ਮੈਂ ਬੜਾ ਪਰੇਸ਼ਾਨ, ਅਤੇ ਜਿਹੜੇ ਉੱਥੇ ਸਨ ਮੈਂ ਪੁੱਛਿਆ, ਮੈਂ ਕਿਹਾ ਇਹ ਕੀ ਕਰਦੇ ਪਏ ਨੇ, ਕਹਿੰਦੇ ਨੇ ਗੁਰਦੁਆਰਾ ਤਾਂ ਹੁਣ ਬਣਿਆ, ਬਾਬਾ ਨਾਨਕ ਆਏ ਸਨ ਇਹ ਤਾਂ ਹੁਣ ਜਾ ਕੇ ਫੈਸਲਾ ਹੋਇਆ, ਪਰ ਇਹ ਬੱਕਰਵਾਲ ਅਤੇ ਇਹ ਜੰਗਲ ਵਿੱਚ ਰਹਿਣ ਵਾਲੇ ਲੋਕ ਸਦੀਆਂ ਤੋਂ ਬੜੇ ਸਮੇਂ ਤੋਂ ਕਹਿੰਦੇ ਨੇ ਕਿ ਇਹ ਬੋਹੜ ਗੁਰੂ ਨਾਨਕ ਦਾ ਹੈ, ਔਰ ਇਹਦਾ ਪੱਤਾ ਅਗਰ ਘਰ ਲੈ ਜਾਓ ਅਤੇ ਕੋਈ ਬੱਚਾ ਬਿਮਾਰ ਹੋਵੇ, ਤੁਹਾਨੂੰ ਪਤਾ ਹੈ ਪਿੰਡਾਂ ਵਿੱਚ ਦੂਰ ਦਰਾਜ ਕੀ ਹਾਲ ਹੁੰਦਾ, ਡਾਕਟਰ ਇਮੀਡੀਏਟਲੀ ਨਹੀਂ ਮਿਲਦੇ, ਤਾਂ ਉਹ ਕਹਿੰਦੇ ਨੇ ਪੱਤਾ ਘੋਲ ਕੇ ਪਿਲਾ ਦਿਓ ਬੱਚਾ ਠੀਕ ਹੋ ਜਾਏਗਾ, ਜੇ ਸਿਰ 'ਤੇ ਵੀ ਇੱਦਾਂ ਵਾਰ ਕੇ ਅਗਰ ਰੱਖ ਦਿਓ ਪੱਤਾ ਤਾਂ ਬੱਚੇ ਦੀ ਤਬੀਅਤ ਠੀਕ ਹੋ ਜਾਏਗੀ। ਮੈਂ ਉੱਥੇ ਆਪਣੀ ਵਿਰਾਸਤ ਸੁਣ ਕੇ ਹੈਰਾਨ ਹੋ ਗਿਆ ਕਿ ਹੇ ਬਾਬਾ ਨਾਨਕ, ਮੈਨੂੰ ਨਹੀਂ ਪਤਾ, ਮੇਰਾ ਪਿੰਡ ਸਿੱਖਾਂ ਦਾ ਪਿੰਡ ਹੈ, ਉਹਨਾਂ ਨੂੰ ਨਹੀਂ ਪਤਾ, ਪਰ ਇਹ ਉੱਤੇ ਜੰਗਲ ਵਿੱਚ ਪਹਾੜ 'ਤੇ ਜਿਹੜੇ ਬੱਕਰਵਾਲ ਨੇ ਉਹ ਬਾਬੇ ਨਾਨਕ ਨੂੰ ਮੱਥਾ ਟੇਕਦੇ ਨੇ, ਅਤੇ ਉਹਦੇ ਨਾਂ ਦਾ ਉਹ ਜਿਹੜਾ ਬੋਹੜ ਹੈ ਉਹਦਾ ਪੱਤਾ ਘਰ ਚੁੱਕ ਕੇ ਲੈ ਜਾਂਦੇ ਨੇ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਸਾਡੀ ਵਿਰਾਸਤ ਬਹੁਤ ਵੱਡੀ ਹੈ, ਮੈਂ ਜ਼ਰੂਰ ਚਾਹਾਂਗਾ ਹਰਿੰਦਰਪਾਲ ਸਿੰਘ ਜੀ ਨੂੰ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾ ਰਹੇ ਹਾਂ, ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਬਾਰੇ ਕਿੱਥੇ ਕਿੱਥੇ ਗੁਰੂ ਨਾਨਕ ਗਏ, ਜਿੱਥੇ ਵੀ ਸਾਡੀ ਜਿੰਨੀ ਵੀ ਖੋਜ ਹੈ, ਫਿਰ ਗੁਰੂ ਨਾਨਕ ਪਾਤਸ਼ਾਹ ਦਾ ਵਾਰਤਾਲਾਪ ਗੱਲਬਾਤ ਕੀ ਹੋਈ, ਇਹ ਇਹਨਾਂ ਬੱਚਿਆਂ ਨੂੰ ਅਗਰ ਇੱਕ ਵਾਰੀ ਅਸੀਂ ਯਾਦ ਕਰਾ ਦਿਆਂਗੇ ਤਾਂ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਵੇਗੀ 550 ਸਾਲਾਂ ਦੀ। ਅਸੀਂ ਬੱਚਿਆਂ ਨਾਲ ਅਗਰ ਗੁਰੂ ਨਾਨਕ ਦੀ ਗੱਲ ਨਹੀਂ ਕਰ ਪਾਵਾਂਗੇ ਤਾਂ ਅਸੀਂ ਕਿਤੇ ਨਾ ਕਿਤੇ ਗਲਤੀ ਫਿਰ ਸਾਡੀ ਹੋਵੇਗੀ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ, ਮੈਨੂੰ ਬਹੁਤ ਚੰਗਾ ਲੱਗ ਰਿਹਾ, ਖਾਸ ਤੌਰ 'ਤੇ ਇਹ ਜਿਹੜੀ ਮੈਂ ਗੱਲ ਕਹੀ ਹੈ, ਇੱਕ ਪਾਸੇ ਮੇਰੀ ਵਿਰਾਸਤ ਹੈ ਜਿਹੜੀ ਬਹੁਤ ਵੱਡੀ ਹੈ, ਉਹ ਵਿਰਾਸਤ ਬੱਚਿਆਂ ਤੱਕ ਪਹੁੰਚ ਜਾਏ, ਦੂਜੇ ਪਾਸੇ ਮਾਡਰਨਿਟੀ
ਜਿਹੜੀ ਮਾਡਰਨ ਐਜੂਕੇਸ਼ਨ ਹੈ, ਮੈਥਮੈਟਿਕਸ ਹੈ, ਜੂਮੈਟਰੀ ਹੈ, ਇੰਗਲਿਸ਼ ਹੈ, ਹੋਰ ਸਬਜੈਕਟ ਨੇ, ਪੋਲੀਟੀਕਲ ਸਾਇੰਸ ਹੈ, ਸੋਸ਼ੋਲੋਜੀ ਹੈ, ਜੋ ਵੀ ਬੱਚੇ ਨੇ ਪੜ੍ਹਨਾ, ਜੇ ਇਹ ਦੋਵੇਂ ਗੱਲਾਂ ਉਹਦੇ ਕੋਲ ਪਹੁੰਚ ਗਈਆਂ ਤਾਂ ਸੱਚ ਜਾਣੋ ਅਸੀਂ ਇੱਕ ਨਵੀਂ ਜਨਰੇਸ਼ਨ, ਚੰਗੀ ਜਨਰੇਸ਼ਨ ਜਿਹੜੀ ਹੈ ਗੁਰੂ ਘਰ ਨੂੰ ਸਮਰਪਿਤ ਔਰ ਮਾਡਰਨਿਟੀ ਨਾਲ ਜੁੜੀ ਹੋਈ ਜਿਹੜੀ ਜਨਰੇਸ਼ਨ ਹੈ ਉਹ ਪੈਦਾ ਕਰ ਸਕਾਂਗੇ। ਮੈਂ ਬੋਲਣਾ ਕੁਝ ਹੋਰ ਸੀ ਪਰ ਦੂਜੇ ਪਾਸੇ ਲੰਘ ਗਿਆ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਖਾਸ ਤੌਰ 'ਤੇ ਮੈਂ ਬਹੁਤ ਸ਼ਰਧਾਲੂ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਪਰ ਮੈਂ ਹਮੇਸ਼ਾ ਪ੍ਰਸ਼ੰਸਕ ਹਾਂ ਬਾਬਾ ਜੀ ਦਾ, ਬਾਬਾ ਗੁਰ ਇਕਬਾਲ ਜੀ ਦਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਆਪਣੀ ਵਨਗੀ ਵਿੱਚ, ਆਪਣੀ ਵਨਗੀ ਵਿੱਚ, ਇਹ ਖਾਸ ਵਨਗੀ ਵਿੱਚ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਇੱਥੇ ਵੀ ਉਹਨਾਂ ਦੀ ਸਰਪ੍ਰਸਤੀ ਹੇਠਾਂ ਇਹ ਉੱਦਮ ਹੋ ਰਿਹਾ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਔਰ ਮੈਂ ਫਿਰ ਕਹਾਂਗਾ ਕਿ ਇਹ ਮਾਡਲ ਹੋਰ ਥਾਵਾਂ 'ਤੇ ਵੀ ਟਰਾਂਸਲੇਟ ਹੋ ਸਕੇ ਤਾਂ ਬਹੁਤ ਵੱਡੀ ਗੱਲ ਹੋਏਗੀ, ਇਹਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੁਣ ਸਾਡੇ ਵਿੱਚ ਮਾਤਾ ਸੁੰਦਰੀ ਗੁਰਮਤਿ ਕਾਲਜ ਦੇ ਚੇਅਰਮੈਨ ਸਾਹਿਬ ਸਰਦਾਰ ਹਰਿੰਦਰ ਭੇੜ ਸਿੰਘ ਜੀ, ਜਿਨ੍ਹਾਂ ਦਾ ਇੱਕ ਵਿੱਦਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਸ਼ੋਰਟ ਟਰਮ ਕੋਰਸ ਅਤੇ ਹੋਰ ਵੀ ਕਈ ਜਗ੍ਹਾ 'ਤੇ ਇਹਨਾਂ ਦੇ ਲੈਕਚਰ ਚੱਲਦੇ ਹਨ, ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਦੇ ਲੈਕਚਰ ਜਾਂਦੇ ਹਨ ਔਰ ਇਸ ਸੰਸਥਾ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਜੁੜੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਬੱਚਿਆਂ ਨੂੰ ਆਪਣੀ ਅਸੀਸਾਂ ਦੇਣ। ਸਰਦਾਰ ਹਰਿੰਦਰਪਾਲ ਸਿੰਘ ਜੀ, ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਕਿ ਸਟੇਜ ਸੈਕਟਰੀ ਸਾਹਿਬ ਕੋਲ ਥੋੜ੍ਹੀ ਜਿਹੀ ਗਫਲਤ ਹੋ ਗਈ। ਪਹਿਲੇ ਮੇਰੇ ਤੋਂ ਪਹਿਲੇ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਤੋਂ ਮੈਂ ਬੜਾ ਸਿੱਖਿਆ, ਮੈਂ ਇਹਨਾਂ ਦਾ ਸਟੂਡੈਂਟ ਹਾਂ। ਐਜੂਕੇਸ਼ਨ ਦੇ ਵਿੱਚ ਮੈਂ ਆਇਆ ਹੀ ਇਹਨਾਂ ਦੀ ਸੰਗਤ ਤੋਂ ਬਾਅਦ ਸੀ, 84 ਦੇ ਵਿੱਚ ਇਹਨਾਂ ਨਾਲ ਮੇਲ ਹੋਇਆ ਸੀ ਔਰ ਗੁਰਮਤਿ ਕਾਲਜ ਵਿੱਚ ਵੀ ਇਹ ਕਿਉਂਕਿ ਵਾਈਸ ਚਾਂਸਲਰ ਸੀ ਅਤੇ ਅਸੀਂ ਇਹਨਾਂ ਦੀ ਸਰਪ੍ਰਸਤੀ ਹੇਠ ਇਹ ਕਾਲਜ ਚਲਾਉਂਦੇ ਰਹੇ। ਦੂਜਾ ਇੱਕ ਧੰਨਵਾਦ ਮੈਂ ਡਾਕਟਰ ਜਸਪਾਲ ਸਿੰਘ ਨੂੰ ਦੇਣਾ ਚਾਹਾਂਗਾ ਕਿ ਅੱਜ ਭਾਈ ਗੁਰ ਇਕਬਾਲ ਸਿੰਘ ਜੀ ਦਾ ਇੱਕ ਨਾਮਕਰਨ ਨਵਾਂ ਮੈਨੂੰ ਸੁਣਨ ਨੂੰ ਮਿਲਿਆ, ਬਾਬਾ ਏ ਗੁਰੂ ਇਕਬਾਲ ਸਿੰਘ ਜੀ। ਮੈਨੂੰ ਬੜਾ ਚੰਗਾ ਲੱਗਿਆ, ਮੈਂ ਪਹਿਲੇ ਕਦੇ ਨਹੀਂ ਸੁਣਿਆ, ਹੁਣ ਅੱਜ ਤੋਂ ਬਾਅਦ ਮੈਂ ਵੀ ਬਾਬਾ ਗੁਰ ਇਕਬਾਲ ਸਿੰਘ ਜੀ ਬੁਲਾਉਣਾ। ਅੱਜ ਜਿਹੜੇ ਇਹ ਐਜੂਕੇਸ਼ਨਲ ਕੈਂਪ ਦਾ ਇੱਕ ਮੈਂ ਸਮਝਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੈ, ਜਿਹਨਾਂ ਬੱਚਿਆਂ ਨੇ ਆਪਣੀ ਇੱਥੋਂ ਦੇ ਅੱਛੇ ਮਾਰਕਸ ਲਏ, ਚੰਗੇ ਰੁਤਬੇ ਦੇ ਵਿੱਚ ਆਏ, ਚੰਗੇ ਕੋਰਸਾਂ ਦੇ ਵਿੱਚ ਜਾਣ ਵਾਲੇ ਬੱਚਿਆਂ ਨੂੰ ਇਹ ਇੱਥੇ ਸਨਮਾਨਿਤ ਕੀਤਾ ਜਾਣਾ। ਮੈਂ ਸਮਝਦਾ ਕਿ ਉੱਥੇ ਕੁਛ ਗੱਲਾਂ ਸਾਨੂੰ ਬੜੀਆਂ ਸਮਝਣੀਆਂ ਜ਼ਰੂਰੀ ਨੇ। ਆਫਟਰ ਆਲ ਇਹਨਾਂ ਕੈਂਪਾਂ ਦੀ ਜ਼ਰੂਰਤ ਪਵੇ ਕਿਉਂ? ਦੇਖੋ, ਹਰ ਤਰਫ ਅੱਜ ਵਿਕਾਸ ਦੀ ਗੱਲ ਚੱਲ ਰਹੀ ਹੈ ਔਰ ਪਤਾ ਨਹੀਂ ਇਸ ਵਿਕਾਸ ਦੀ ਅਗਲੀ ਮੰਜ਼ਿਲ ਕੀ ਹੈ, ਵਿਕਾਸ ਦੀ ਇਹ ਸਾਨੂੰ ਕਿੱਥੇ ਲੈ ਕੇ ਜਾਏਗਾ, ਕੌਣ ਲੈ ਕੇ ਜਾਏਗਾ। ਇਕਨੋਮਿਕਲੀ ਪੈਸੇ ਵਾਈਜ਼ ਤਾਂ ਵਿਕਾਸ ਹੋ ਰਿਹਾ, ਲੇਕਿਨ ਇੱਕ ਵਿਕਾਸ ਜਿਹੜਾ ਅਸਲੀ ਵਿਕਾਸ ਸੀ, ਜੋ ਵਿਕਾਸ ਨਹੀਂ ਹੋ ਰਿਹਾ, ਉਹ ਵਿਕਾਸ ਸੀ ਆਚਰਨ ਦਾ ਵਿਕਾਸ, ਚੇਤਨਾ ਦਾ ਵਿਕਾਸ। ਮੈਂ ਅਕਸਰ ਇੱਕ ਬਾਣੀ ਦੀ ਲਾਈਨ ਪੜ੍ਹਦਾ ਹੁੰਦਾ, ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਨਵੋ। ਬਾਣੀ ਪੜ੍ਹ ਲੈਣੀ, ਯਾਦ ਕਰ ਲੈਣੀ ਬੜੀ ਚੰਗੀ ਗੱਲ ਹੈ, ਪਰ ਪ੍ਰੈਕਟੀਕਲੀ ਅਮਲ ਦੇ ਵਿੱਚ ਅਗਰ ਕਿੱਥੇ ਤੁਹਾਨੂੰ ਅਨੁਭਵ ਹੋ ਜਾਏ ਤਾਂ ਫਿਰ ਉਸ ਬਾਣੀ ਦਾ ਜਿਹੜਾ ਅਸਰ ਹੈ ਉਹ ਅਲੱਗ ਹੁੰਦਾ। ਔਰ ਮੈਂ ਪਿਛਲੇ ਕੈਂਪ ਵਿੱਚ ਵੀ ਦੇਖਿਆ ਸੀ ਔਰ ਇਸ ਕੈਂਪ ਵਿੱਚ ਵੀ ਕਿ ਮੈਂ ਸੱਚਮੁੱਚ ਜਾਣਨਾ ਕਿ ਇਹ ਬਾਣੀ ਦਾ ਅਸਲੀ ਜਿਹੜਾ ਪ੍ਰਭਾਵ ਜਾਂ ਮਤਲਬ ਹੈ ਉਹ ਮੈਨੂੰ ਇੱਥੇ ਆ ਕੇ ਸਮਝ ਆਉਂਦਾ ਜਦੋਂ ਮੈਂ ਸਟੂਡੈਂਟਸ ਨੂੰ, ਅਲੱਗ ਅਲੱਗ ਮਜ਼ਹਬ ਦੇ ਸਟੂਡੈਂਟਸ ਨੂੰ ਇੱਕਦਮ ਕੰਧੇ ਨਾਲ ਕੰਧਾ ਮਿਲਾ ਕੇ ਬੈਠੇ ਹੋਏ ਬੜੇ ਹੀ ਅਟੈਂਟਿਵ ਤਰੀਕੇ ਨਾਲ ਕਲਾਸਾਂ ਦੇ ਵਿੱਚ ਜਦੋਂ ਮੈਂ ਪੜ੍ਹਦੇ ਦੇਖਿਆ, ਜਾਂ ਦੋ ਤਿੰਨ ਕਲਾਸਾਂ ਮੈਂ ਇਸ ਸੈਸ਼ਨ ਵਿੱਚ ਲੈ ਚੁੱਕਿਆ, ਜਿਸ ਹਿਸਾਬ ਅਟੈਂਟਿਵ ਮੈਂ ਇੱਥੇ ਬੱਚਿਆਂ ਨੂੰ ਦੇਖਦਾ, ਬੜੇ ਸਕੂਲਾਂ ਨਾਲ ਕਾਲਜਾਂ ਨਾਲ ਸੰਬੰਧਿਤ ਹਾਂ, ਕਲਾਸਾਂ 'ਚ ਦੇਖੀਦਾ, ਮੈਂ ਇਸ ਤਰ੍ਹਾਂ ਦੀ ਅਟੈਂਟਿਵਨੈਸ ਮੈਂ ਹੋਰ ਕਿੱਥੇ ਨਹੀਂ ਦੇਖੀ। ਤੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਇੱਕ ਬਾਈ ਬਾਬਾ ਗੁਰੂ ਇਕਬਾਲ ਸਿੰਘ ਜੀ ਦੇ ਸਰਪ੍ਰਸਤੀ ਹੇਠ ਜਿਹੜਾ ਇਹ
कैंप चल रहा है भाई मतीदास सेवक जत्थे दे नाम ते इत्थे सानू बड़ा कुछ मिल रहा है बाणी सानू गुरु नानक साहब दी गल कर रहे सन डॉक्टर साहब विद्या विचारी तां परोपकारी दुनिया दा सब तो वड्डा परोपकार दुनिया दा सब तो वड्डा दान ए एजुकेशन है और मैं पिछले साल भी एक गल कही सी कि बाबा मोरी सिंह उन्होंने एक किताब पढ़ी सी 1838 दी लिखी हुई जिदे पहले सफे ते लिखे हुए सी कि दुनिया दा सब तो वड्डा अल्यूजन दुनिया दा सब तो वड्डा भरम अज्ञानता और इत्थे जिहड़ा ज्ञान दित्या जा रहा है दुनियावी एजुकेशन भी दित्ती जा रही है और जिहड़ी वैल्यू सिस्टम की गल है मोरैलिटी की गल है वह जिहड़ी गल इत्थे इस कैंप विच हो रही है बड़े घट थावां ते मैं देखिया है अज की जनरेशन जिहड़ी है ये सिर्फ ते सिर्फ गणित इन्हां नूं गणित सिखाया जा रहा है पैसे का गणित डिजायर्स का गणित लग्जरीज का गणित जिहड़ी गल मैं पहले की है कि जल्दी जल्दी इंस्टेंट करोड़पति बनना है अज की जिनी एजुकेशन असी वड्डे वड्डे पब्लिक स्कूलों के या जिन्नियां वड्डियां इंस्टीट्यूशन दे विच देख रहे हैं कि करोड़पति किवें बनना है लेकिन इस गल नूं सानूं समझना है कि पैरालाइज्ड हो जाएगी साडी जनरेशन अगर सिर्फ पैसे की तरफ उन्हां दी दौड़ हो गई बहुत वड्डी जरूरत है कि उन्होंने जिहड़ा वैल्यू सिस्टम है मोरैलिटी है वह शिक्षा देनी जिहड़ी है वह बड़ी वड्डी मैनूं लगदा है कि अज शिक्षक ते विद्यार्थी टीचर ते विद्यार्थी का जिहड़ा संबंध है यह सिरां दा है दिलां दा नहीं है सानूं दिलां दे संबंध भी चाहिए ने टीचर ते स्टूडेंट्स दे विच यह संबंध जिहड़े ने यह क्वालिटेटिव नहीं ने क्वांटिटेटिव ने गुणा दे नहीं ने संबंध यह गिनती दे संबंध है तो मैं जिहड़ा इस कैंप दे विच देख रहा इत्थे गुणा दा संबंध जिहड़ा है मैं देख रहा कि किस तरह बच्चों नूं एजुकेशन और यह टोटली एजुकेशन कैंप है मैं वीर जी हुणे हरदेव सिंह जी कह रहे थे बई कैंप दे विच जिहड़े ने हर मजहब के लोग ने मैं क्या यही तो खूबसूरती है इस कैंप दे विच कि हर मजहब के लोग ने और असीं इन्हां नूं जदों क्लासिस दिंदे आ वैल्यू सिस्टम दियां एथिक्स दियां ते उहदे विच यही दसदे आ कि जे तुसीं हिंदू हो तो चंगे हिंदू बनो मुसलमान हो तो चंगे मुसलमान बनो सिख हो तो चंगे सिख बनो गल वड्डी यही है कि अच्छा इंसान बनो एजुकेटेड विद एथिक्स अज जदों असीं कोई धर्म की गल करदे आ अज दे बच्चों नूं तो सानूं समझदे ने बड़े पुराने ख्यालों के लोग ने ऑर्थोडॉक्स ने इत्थे तिरूड़ियां लै आंदे ने नक्क ते कि की गल करदे ने धर्म दियां असीं बच्चों नूं यही समझाना है कि धर्म का मतलब ही मोरैलिटी है एथिक्स है संस्कार है और गुरु ग्रंथ साहिब दे विच जिन्नी वार धर्म शब्द आया वह संस्कारां लई आया किसी फिरके लई किसी मजहब लई नहीं है वह संस्कारां लई है मोरैलिटी लई है वे ऑफ लाइफ जीवन जांच लई है तो ये कैंप जिहड़े बाबा गुरु इकबाल सिंह जी की सरप्रस्ती विच इत्थे बीबी जगजीत कौर जी बहन जी और सारी इन्हां दी टीम जदों मैं देखदा ये टोटल ते टोटल गुरु ग्रंथ साहिब नाल जुड़े हुए ने और गुरु ग्रंथ साहिब का धर्म जिहड़ा है उस धर्म राही ये हर मजहब के बच्चों नूं पढ़ा रहे ने जिहड़ा गुरु नानक का हुक्म है जिहड़ी बाणी शब्द गुरु का हुक्म है कि विद्या विचारी ते परोपकारी ये नहीं लिखा कि सिर्फ सिख नूं या गुरु ग्रंथ साहिब नूं जिहड़े मंदे ने उन्हां नूं विद्या देनी है ते फिर वंड छको का जिहड़ा कंसैप्ट दिता है वंड छको मतलब सिर्फ लंगर नहीं छकना वंड के विद्या भी वंड के छकनी है सहज भी वंड के छकना है प्यार भी एकता भी वंड के छकना है ये जिहड़ा वैर विरोध है दुनिया च खत्म तो होगा जदों असी शब्द गुरु गुरु ग्रंथ साहिब की सरप्रस्ती हेठ अज की मॉडर्न टू मॉडर्न एजुकेशन लवेंगे तो मैं भाई मतीदास सेवक जत्थे दे इस कैंप दे प्रबंधकां नूं बाबा जी नूं बाबा गुरु इकबाल सिंह जी नूं और तुहानूं सारयां नूं इस गल की मैं बहुत बहुत वधाई देना और बच्चों नूं खास करके बच्चों नूं मैं ये कहांगा कि तुसी यू आर लक्की कि तुहानूं इस तरह के पवित्र स्थान ते पवित्र लोगों द्वारा ये पवित्र संदेश जिहड़ा तुहानूं दिता जा रहा है ये काबले तारीफ है गुरु महाराज कृपा करन और तुसी जिस भी जिंदगी दे मोड़ ते जिस भी जिंदगी दे रस्ते ते जिस भी लाइन ते तुसी जाना चाहो तुसी जा सकते हो पर साडा इस कैंप दा जिहड़ा मकसद है एजुकेशन विद एथिक्स एजुकेशन विद संस्कार
ਗੁਰੂ ਮਹਾਰਾਜ ਕਿਰਪਾ ਕਰੇ ਔਰ ਇਸੇ ਤਰ੍ਹਾਂ ਇਹ ਕੈਂਪ ਚੱਲਦਾ ਰਹੇ। ਮੈਂ ਬਾਬਾ ਜੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦੀ ਔਰ ਭੈਣ ਜਗਜੀਤ ਕੌਰ ਜੀ ਦਾ ਧੰਨਵਾਦੀ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ। ਇਸ ਕੈਂਪ ਨਾਲ ਮੈਂ ਤਾਂ ਜੁੜਿਆ ਹੀ ਹੋਇਆ, ਬਾਕੀ ਡਾਕਟਰ ਸਾਹਿਬ ਪਿਛਲੇ ਸਾਲ ਵੀ ਡਾਕਟਰ ਸਾਹਿਬ ਆਏ ਸੀ ਅਤੇ ਤੁਹਾਨੂੰ ਮੁਖਾਤਿਬ ਹੋਏ ਸੀ। ਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਇਸੇ ਤਰ੍ਹਾਂ ਇਹ ਕੈਂਪ ਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਜਾਂ ਸ਼ਬਦ ਗੁਰੂ ਦੀ ਗੋਦ ਵਿੱਚ ਬੈਠ ਕੇ ਇਹੀ ਅਰਦਾਸ ਕਰਦੇ ਹਾਂ ਕਿ ਸੱਚਾ ਪਾਤਸ਼ਾਹ ਮਿਹਰ ਕਰੇ, ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੁਗਣੀ ਕਰਕੇ ਇਸ ਕੈਂਪ ਜਿਹੜਾ ਹੈ ਤਰੱਕੀਆਂ ਵਿੱਚ ਚੱਲੇ। ਬੋਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸੰਸਥਾ ਵੱਲੋਂ। ਚੇਅਰਮੈਨ ਸਾਹਿਬ ਖਾਲੀ ਇਸ ਕੈਂਪ ਵਿੱਚ ਨਹੀਂ, ਸਾਰਾ ਸਾਲ ਇਸ ਸੰਸਥਾ ਦੇ ਨਾਲ ਜਦੋਂ ਵੀ ਉਹਨਾਂ ਦੀ ਲੋੜ ਪੈਂਦੀ ਹੈ ਉਹਨਾਂ ਦਾ ਅਨੁਭਵ, ਉਹਨਾਂ ਦੇ ਸੁਝਾਅ ਜਿਹੜੇ ਨੇ ਇਸ ਸੰਸਥਾ ਦੇ ਬੜੇ ਕੰਮ ਆਉਂਦੇ ਹਨ। ਹੁਣ ਮੈਂ ਕੁਛ ਹੋਰ ਪਤਵੰਦੇ ਸੱਜਣ ਸਾਡੇ 'ਚ ਸਰਦਾਰ ਪ੍ਰਿਤਪਾਲ ਸਿੰਘ ਜੀ ਸਾਊਥ ਨਾਰਕਲੀ ਤੋਂ, ਜਿਹੜੇ ਸੰਸਥਾ ਦੇ ਬੜੇ ਸੀਨੀਅਰ ਮੈਂਬਰ ਹਨ, ਸਵੀਰ ਹਰਦੇਵ ਸਿੰਘ ਜੀ ਮਿਸ਼ਨਰੀ ਝੀਲ ਗੁਰਦੁਆਰੇ ਤੋਂ, ਔਰ ਇਸ ਗੁਰਦੁਆਰੇ ਦੀ ਪੂਰੀ ਪ੍ਰਬੰਧਕ ਕਮੇਟੀ, ਇਹਨਾਂ ਦਾ ਵੀ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਪੂਰੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਜ ਕਾ ਸਾਰਾ ਕਾਰਜ ਹੈ ਉਹ ਲਿਖਿਆ ਜਾਂਦਾ ਹੈ। ਹੁਣ ਜ਼ਿਆਦਾ ਸਮਾਂ ਲੈ ਲੈਂਦੇ ਹੋਏ ਭਾਈ ਸਾਹਿਬ ਨੂੰ ਬੇਨਤੀ ਹੈ, ਭਾਈ ਸਾਹਿਬ ਭਾਈ ਗੁਰਕਪਾਲ ਸਿੰਘ ਜੀ ਉਸ ਸਟੇਜ 'ਤੇ ਆ ਜਾਣ, ਅਗਲਾ ਜਿਹੜਾ ਇਨਾਮ ਵੰਡ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਫਿਰ ਚਾਲੂ ਕੀਤਾ ਜਾ ਸਕੇ। ਭਾਈ ਸਾਹਿਬ ਪ੍ਰਤੀ ਬੇਨਤੀ ਹੈ ਕਿ ਆ ਕੇ ਉਸ ਸਟੇਜ 'ਤੇ ਆ ਕੇ ਬੱਚਿਆਂ ਨੂੰ ਅਸੀਸਾਂ ਵੀ ਦੇਣ ਔਰ ਅੱਗੇ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਵੀ ਕਰਨ। ਭਾਈ ਸਾਹਿਬ ਭਾਈ ਗੁਰਕਪਾਲ ਸਿੰਘ ਜੀ ਸਾਰੀ ਸੰਗਤ ਬਹੁਤ ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਜਿਨ੍ਹਾਂ ਦੇ ਨਾਂ 'ਤੇ ਉਹਨਾਂ ਦੀ ਕਮਾਈ ਵਰਤ ਰਹੀ, ਭਾਈ ਮਤੀਦਾਸ ਜੀ ਦੀ ਕਮਾਈ ਗੁਰੂ ਤੇਗ ਬਹਾਦਰ ਜੀ ਦੀਆਂ ਲਈਆਂ ਖੁਸ਼ੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਔਰ ਜਿਹੜੇ ਅੱਜ ਸਾਡੇ ਵਿੱਚ ਡਾਕਟਰ ਜਸਪਾਲ ਸਿੰਘ ਜੀ ਜੋ ਬੋਲ ਕੇ ਗਏ ਨੇ, ਇਹ ਕਈ ਬੱਚਿਆਂ ਨੂੰ ਨਹੀਂ ਪਤਾ ਹੋਏਗਾ ਵੀ ਉਹਨਾਂ ਦਾ ਕੀ ਰੁਤਬਾ, ਕਿੰਨਾ ਕੀਮਤੀ ਸਮਾਂ, ਕਿੰਨੇ ਸਾਡੀ ਉਹ ਕੌਮ ਦੇ ਹੀਰੇ ਨੇ, ਵਾਹਿਗੁਰੂ ਦੇ ਬਖਸ਼ੇ ਹੋਏ ਗੁਣ ਨੇ। ਇਹੋ ਜਿਹੀਆਂ ਰੂਹਾਂ ਦਾ ਇਸ ਸੰਸਥਾ ਵਾਸਤੇ ਸਮਾਂ ਕੱਢਣਾ ਦਾਸ ਕੋਲ ਧੰਨਵਾਦ ਦੇ ਲਫ਼ਜ਼ ਨਹੀਂ, ਇਹ ਸਾਰੇ ਬੱਚਿਆਂ ਲਈ ਮਾਣ ਵਾਲੀ ਗੱਲ ਹੈ। ਇਹ ਜਿਹੜੇ ਡਾਕਟਰ ਜਸਪਾਲ ਸਿੰਘ ਜੀ, ਮਤਲਬ ਪਤਾ ਹੀ ਨਹੀਂ ਕਿੰਨੇ ਕੁ ਅਹੁਦੇ ਨੇ ਉਹਨਾਂ ਕੋਲ, ਇਹ ਨਹੀਂ ਹੈਗਾ ਵੀ ਇੱਥੇ ਆਏ ਨੇ ਕੋਈ ਅਸੀਂ ਕੋਈ ਲਿਫਾਫਾ ਦੇਣਾ ਉਹਨਾਂ ਨੂੰ, ਕੋਈ ਮਾਇਆ ਲੈਣੀ, ਪਤਾ ਨਹੀਂ ਕਰਾਇਆ ਵੀ ਆਪਣੇ ਕੋਲ। ਇਹਨੂੰ ਇਹ ਸਮਝ ਲਓ ਵੀ ਵਾਹਿਗੁਰੂ ਨੇ ਰੱਜ ਬਖਸ਼ਿਆ ਰੱਜ, ਇੱਕ ਛੋਟੀ ਜਿਹੀ ਸੰਸਥਾ ਨੂੰ ਸਮਾਂ ਨਹੀਂ ਦੇ, ਇਹਨਾਂ ਦੇ ਤਾਂ ਸਾਰਾ ਦੂਜਾ ਸਰਕਲ ਵੀ ਹੈ ਟੋਟਲ, ਕੇਂਦਰ ਵਿੱਚ ਵੀ ਅਤੇ ਹੋਰ ਪੰਜਾਬ ਗੌਰਮੈਂਟ ਵਿੱਚ ਵੀ, ਹੋਰ ਜਗ੍ਹਾ ਦੇ ਉੱਤੇ ਵੀ, ਇਤਨਾ ਸੰਸਥਾਵਾਂ ਨੂੰ ਵੀ ਆ ਕੇ ਪਿਆਰ ਦੇਣਾ, ਇਹ ਸਮਝ ਲਓ ਵੀ ਡਾਕਟਰ ਜਸਪਾਲ ਸਿੰਘ ਜੀ ਨੂੰ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਨੇ ਗਰੀਬ ਨਵਾਜੀ ਆਖੋ ਸਤਨਾਮ ਪਿਆਰ ਵਾਲਾ ਸੁਭਾਅ ਸਾਰਿਆਂ ਨੂੰ ਨਾਲ ਲੈ ਕੇ, ਅਤੇ ਹਰਿੰਦਰਪਾਲ ਸਿੰਘ ਜੀ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦਿਨ ਰਾਤ ਖੋਜ, ਉਹ ਵੀ ਇਹ ਸੰਸਥਾ ਨੂੰ ਬਹੁਤ ਸਮਾਂ, ਭਾਈ ਲਾਲੋ ਜੀ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਉਹਨਾਂ ਨੂੰ ਵੀ ਬਹੁਤ ਧੰਨਵਾਦ ਜਿਹੜਾ ਇਹ ਸੰਸਥਾ ਨੂੰ ਸਾਰੀ ਜਗ੍ਹਾ ਸਭ ਕੁਝ ਪਿਆਰ ਬਖਸ਼ਦੇ ਨੇ।
ਤੇ ਭੈਣ ਜੀ ਜਗਜੀਤ ਕੌਰ ਇਹਨਾਂ ਦੀ ਸਾਰੀ ਟੀਮ, ਕੋਈ ਨਾ ਕੋਈ ਰੋਜ਼ ਵਟਸਐਪ 'ਤੇ ਡਾਕਟਰ ਸਾਹਿਬ ਮੈਸੇਜ ਭੇਜਦੇ ਹੀ ਰਹਿੰਦੇ, ਅੱਜ ਇਹ ਹੋ ਰਿਹਾ, ਜੈ ਹੋ ਰਿਹਾ, ਜੈ ਹੋ ਰਿਹਾ, ਜੈ ਹੋ ਰਿਹਾ। ਅਸੀਂ ਆਪ ਹੈਰਾਨ ਹੁੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਵੀ ਮਿਹਰ ਬਣੀ ਰਹੇ, ਵਾਰਡ ਲੱਗੀ ਰਹੇ, ਆਪਣੇ ਬਣਾਈ ਰੱਖਣਾ। ਤੋ ਜਿਤਨੇ ਮਾਈ ਭਾਈ ਪਿਆਰ ਦੇ ਵਿੱਚ ਆਪ ਜੀ ਪਹੁੰਚੇ ਹੋ, ਇਹ ਮੈਂ ਇੱਕ ਮਿੰਟ ਲਾਇਆ ਵੀ ਸਾਰੀਆਂ ਰੂਹਾਂ ਨੇ ਜੋ ਅੱਜ ਸਮਾਂ ਕੱਢਿਆ ਜੀ ਆਇਆਂ ਨੂੰ, ਜੀ ਆਇਆਂ ਨੂੰ। ਅਤੇ ਹੁਣ ਬੱਚਿਓ ਇੰਨੀ ਕੁ ਬੇਨਤੀ ਹੈ ਵੀ ਜਿਹੜੇ ਕਾਰਜ ਲਈ ਤੁਸੀਂ ਆਉਂਦੇ ਹੋ, ਹੋਰ ਪੜ੍ਹਾਈ ਦੇ ਵਿੱਚ ਵਾਧੇ ਲਈ, ਹੋਰ ਪੜ੍ਹਾਈ ਵਿੱਚ ਵਾਧੇ ਲਈ, ਅਤੇ ਇਸ ਅਸਥਾਨ ਵੱਲੋਂ ਭਾਈ ਮਤੀਦਾਸ ਸੇਵਾ ਸੁਸਾਇਟੀ ਵੱਲੋਂ ਸਾਰਿਆਂ ਬੱਚਿਆਂ ਨੂੰ ਬੇਨਤੀ ਹੈ ਕਿ ਇਸ ਪੜ੍ਹਾਈ ਨੂੰ ਰੱਜ ਰੱਜ ਕੇ ਕਰਨਾ ਹੈ। ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਜਿੱਥੇ ਗਿਆਨ ਹੋਏਗਾ ਧਰਮ ਠਹਿਰੇਗਾ। ਅਤੇ ਇਹ ਸਾਰਿਆਂ ਬੱਚਿਆਂ ਨੂੰ ਬੇਨਤੀ ਹੈ ਵੀ ਇਹ ਪੜ੍ਹਾਈ ਕਰਨ ਤੋਂ ਬਾਅਦ ਗੁਰੂ ਨਾਨਕ ਦੀ ਪੜ੍ਹਾਈ ਨਾਲ ਲੈ ਕੇ ਚੱਲਿਓ। ਆਖੋ ਸਤਨਾਮ, ਸਾਰੇ ਬੱਚੇ ਆਖੋ ਸਤਨਾਮ, ਉਹ ਨਾਲ ਲੈ ਕੇ ਚੱਲਿਓ। ਮੇਰਾ ਤਾਂ ਦਿਲ ਕਰਦਾ ਸੀ ਖੁੱਲੀਆਂ ਗੱਲਾਂ ਕਰਾਂ ਵੀ ਜੇ ਤੁਹਾਨੂੰ ਵਾਹਿਗੁਰੂ ਡਾਕਟਰ ਬਣਾਵੇ ਕਿਹੋ ਜਿਹਾ ਬਣੋਗੇ, ਜੇ ਤੁਹਾਡੇ ਬੱਚੇ 'ਚੋਂ ਕਿਸੇ ਨੂੰ ਵਾਹਿਗੁਰੂ ਡਾਕਟਰ ਬਣਾ ਦੇਵੇ, ਉਹ ਚਲੋ ਕਿਸੇ ਵੇਲੇ ਭੈਣ ਜੀ ਕੈਂਪ 'ਚ ਲਿਆਉਣਗੇ ਵੀ ਉੱਥੇ ਕਰਾਂਗੇ ਗੱਲਾਂ ਵੀ ਕਿਹੋ ਜਿਹਾ ਡਾਕਟਰ ਬਣੋਗੇ। ਜਿਹਦਾ ਨਹੀਂ ਅਲਟਰਾਸਾਊਂਡ ਉਹਦਾ ਵੀ ਲਿਖ ਦਈਏ, ਜਿਹਦਾ ਨਹੀਂ ਟੈਸਟ ਲੋੜ ਉਹਦਾ ਵੀ ਲਿਖ ਦਈਏ ਕਿ ਸਾਡੀ ਕਮਿਸ਼ਨ ਬਣ ਲਈਏ। ਇਹ ਪੜ੍ਹਾਈ ਤੋਂ ਬਾਅਦ ਉਹ ਪੜ੍ਹਾਈ ਨਾਲ ਲੈ ਕੇ ਚੱਲਿਓ। ਵਿਦਿਆ ਵਿਚਾਰੀ ਦਾ ਪੁਰਵਕਾਰੀ, ਜੇ ਵਿਦਿਆ ਵਿਚਾਰ ਨਹੀਂ ਹੈ ਤਾਂ ਫਿਰ ਪੁਰਵਕਾਰੀ ਬਣੀ। ਇਹ ਪੜ੍ਹਾਈ ਤੋਂ ਬਾਅਦ ਇਹ ਪੜ੍ਹਾਈ ਨਾਲ ਲੈ ਕੇ ਚੱਲਾਂਗੇ ਗੁਰੂ ਗ੍ਰੰਥ ਸਾਹਿਬ ਦੀ, ਤਾਂ ਤਾਂ ਕੰਮ ਚੱਲਣਾ। ਦਿਲ ਤਾਂ ਕਰਦਾ ਸੀ ਬੱਚਿਆਂ ਨੂੰ ਪੁੱਛੀਏ ਜੇ ਪ੍ਰੋਫੈਸਰ ਬਣੋਗੇ ਕਿਹੋ ਜਿਹੇ ਬਣੋਗੇ, ਜੇ ਕੋਈ ਪ੍ਰਿੰਸੀਪਲ ਤੁਹਾਡੇ 'ਚੋਂ ਬਣ ਜਾਂਦੀ ਕਿਹੋ ਜਿਹੀ ਬਣੋਗੇ, ਜੇ ਕੋਈ ਤੁਹਾਡੇ 'ਚੋਂ ਇੰਜੀਨੀਅਰ ਬਣ ਜਾਂਦਾ ਕਿਹੋ ਜਿਹੇ ਬਣੋਗੇ। ਪਰਉਪਕਾਰ ਭਾਵਨਾ, ਜੇ ਡਾਕਟਰ ਵੀ ਬਣ ਗਏ 6 ਦਿਨ ਫੀਸ ਲੈ ਲਿਓ, ਇੱਕ 7ਵਾਂ ਦਿਨ ਇਹੋ ਜਿਹਾ ਵੀ ਰੱਖਿਓ ਜਿਹੜਾ ਨਹੀਂ ਵੀ ਦੇ ਸਕਦਾ ਉਹ ਫਰੀ ਵੇਖਿਆ ਜਾਏਗਾ, ਤਾਂ ਕਿ ਸਾਡੇ ਗੁਣਾਂ ਦੀ ਵੀ ਹਾਜ਼ਰੀ ਲੱਗੇ। ਬੱਚਿਓ ਜੇ ਇੱਕ ਭਾਈ ਮਤੀਦਾਸ ਜੀ ਦੇ ਨਾਂ ਥੱਲੇ ਸੰਸਥਾ ਜੋ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਕਰਾ ਰਹੇ ਜੇ ਉਹ ਹੋ ਰਿਹਾ, ਤਾਂ ਤੁਸੀਂ ਵੀ ਇਹੋ ਜਿਹੀ ਪੜ੍ਹਾਈ ਕਰਿਓ। ਇਹ ਪੜ੍ਹਾਈ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਉਹ ਨਾਲ ਲੈ ਕੇ ਚੱਲਿਓ। ਜਿਹੜੇ ਬੱਚੇ ਦੇ ਬੱਚੇ ਧਿਆਨ ਨਾਲ ਸੁਣਿਓ, ਜਿਹੜੇ ਬੱਚੇ ਦੇ ਮੰਨ ਲਓ 90% ਨੰਬਰ ਆ ਗਏ ਹੈ, 85% ਆ ਗਏ ਹੈ, 94% ਆ ਗਏ ਹੈ, ਉਸ ਬੱਚੇ ਨੂੰ ਬੜੀ ਵਧਾਈ, ਬੜੀ ਖੁਸ਼ੀ। ਪਰ ਉਸ ਬੱਚੇ ਨੂੰ ਇੱਕ ਧਿਆਨ ਵੀ ਰੱਖਣਾ ਪਏਗਾ, ਹੁਣ ਹੋਮੇ ਨਾ ਆ ਜਾਏ ਆਖੋ ਸਾਧਨਾ, ਇਹਦੇ 60% ਆਏ ਆ, ਮੇਰੇ 95 ਆ ਗਏ। ਲੈਵਲ ਨਾ ਲਿਓ, ਕਈ ਵਾਰੀ ਬੰਦਾ ਲੈਵਲ ਲੈ ਲੈਂਦਾ, ਲੈਵਲ ਲੈਵਲ ਕੀ ਹੁੰਦਾ, ਮੈਂ ਕੁਝ ਹੈਗਾ। ਲੈਵਲ ਨਾ ਲਿਓ ਕਦੀ ਜ਼ਿੰਦਗੀ, ਜਿਹੜਾ ਲੈਵਲ ਲੈ ਲੈਂਦਾ ਉਹਦਾ ਗਾਂ ਵਧਣਾ ਵੀ ਰੁਕ ਜਾਂਦਾ ਹੈ, ਅਤੇ ਉਹਦਾ ਮਿਹਨਤ ਕੀਤੀ ਰੱਬ ਦੇ ਖਾਤੇ 'ਚ ਨਹੀਂ ਪਹੁੰਚਦੀ। ਇਹ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਜੇ ਅੱਜ ਡਾਕਟਰ ਜਸਪਾਲ ਸਿੰਘ ਜੀ ਕੋਲੋਂ ਵਾਹਿਗੁਰੂ ਨੇ ਇੱਥੇ ਸਮਾਂ ਕਢਾਇਆ, ਜੇ ਲੈਵਲ ਨਹੀਂ ਲਿਆ ਤਾਂ ਹੀ ਆਖੋ ਸਤਨਾਮ, ਇਹ ਤਾਂ ਹੀ ਨਹੀਂ ਤੇ ਵੱਡੀਆਂ ਵੱਡੀਆਂ ਚਲੋ ਮੀਟਿੰਗਾਂ, ਇਹਨਾਂ ਵੱਡੇ ਵੱਡੇ ਕਾਰਜ, ਛੋਟੀ ਜਿਹੀ ਸੰਸਥਾ ਨੂੰ ਮਾਣ।
ਤੇ ਬੱਚਿਓ ਇਹ ਜਿਹੜੀ ਲੈਵਲ ਦੀ ਗੱਲ ਗੁਰਕਬਾਲ ਸਿੰਘ ਕਰ ਰਹੇ ਨਹੀਂ, ਗੁਰੂ ਅਰਜਨ ਦੇਵ ਜੀ, ਬਸ ਇੱਕ ਮਿੰਟ ਦੀ ਗੱਲ ਕਰਕੇ ਮੈਂ ਸਮਾਪਤੀ ਕਰ ਲਈ। ਗੁਰੂ ਅਰਜਨ ਦੇਵ ਜੀ ਬੱਚੇ ਉਹ ਚੰਦੋਏ ਥੱਲੇ ਵੀ ਬਹਿੰਦੇ ਆ, ਤਖ਼ਤ ਤੇ ਵੀ ਬਹਿੰਦੇ ਆ, ਇਹ ਪੱਟਾਂ ਦੇ ਸਵਾਈਆਂ ਚ ਪੰਕਤੀਆਂ ਨੇ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖੇਵੇ ਚੰਦੋਆ। ਪਰ ਬੱਚਿਓ ਆ ਬਣਿਓ, ਗੁਰੂ ਅਰਜਨ ਦੇਵ ਤਖ਼ਤ ਤੇ ਵੀ ਬਹਿੰਦੇ ਆ, ਚੰਦੋਏ ਥੱਲੇ ਵੀ, ਚੌਰ ਸਾਹਿਬ ਵੀ ਹੋ ਰਹੀ ਹੈ, ਪਰ ਲੈਵਲ ਨਹੀਂ ਲਿਆ। ਮਨ ਕਰਕੇ ਲੈਵਲ ਨਹੀਂ ਲਿਆ। ਉਹ ਗੁਰੂ ਅਰਜਨ ਦੇਵ ਜੀ ਜਦੋਂ 10 ਵਜਦੇ ਆ ਨਾ, 10 ਸਵੇਰ ਦੇ, ਦੋ ਸਿੱਖ ਨਾਲ ਖੜਦੇ ਆ, ਦੋਵਾਂ ਸਿੱਖਾਂ ਦੇ ਹੱਥ ਵਿੱਚ ਕੀ ਏ ਟਰੇ, ਟਰੇ ਦੇ ਵਿੱਚ ਕੀ ਏ ਦਵਾਈਆਂ ਤੇ ਰੂਹ ਤੇ ਪੱਟੀਆਂ। ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਚੰਦੋਏ ਥੱਲੇ ਬਹਿਣ ਵਾਲੇ, ਤਹਤ ਬਹਿਣ ਵਾਲੇ, ਚੌਰ ਸਾਹਿਬ ਕਰਾਉਣ ਵਾਲੇ, 10 ਵਜੇ ਕਿੱਥੇ ਜਾਂਦੇ ਆ? ਤਰਨ ਤਾਰਨ ਦੇ ਕੋੜਖਾਨੇ ਆਪਣੇ ਹੱਥੀ ਕੋੜੀਆਂ ਦੀ ਸੇਵਾ ਕਰਨ ਲਈ। ਸਾਰੇ ਬੱਚੇ ਗੱਜ ਕੇ ਆਖੋ ਸਤਨਾਮ। ਲਿਆ ਲੈਵਲ? ਇੱਕ ਚੰਦੋਏ ਥੱਲੇ ਬਹਿਣ ਵਾਲੇ ਪਿਤਾ ਜੀ ਕੋੜੀ ਦੀ ਸੇਵਾ ਹੱਥੀ ਕਰਨੀ ਕੋਈ ਛੋਟੀ ਜਿਹੀ ਗੱਲ? ਹੱਥੀ ਕੋੜੀਆਂ ਦੀ ਸੇਵਾ, ਲੈਵਲ ਨਾ ਲੈ। ਗੁਰੂ ਨਾਨਕ ਦੀ ਪੜ੍ਹਾਈ ਆ ਕਹਿੰਦੀ ਹੈ ਵੀ ਇਸ ਪੜ੍ਹਾਈ ਤੋਂ ਬਾਅਦ ਲੈਵਲ ਨਾ ਲਈ। ਤੁਸੀਂ ਭਾਵੇਂ ਗੱਲ ਸੁਣ ਕੇ ਹੈਰਾਨ ਹੋਵੋ, ਪਰ ਗੁਣ ਹੈਗਾ ਮੈਂ ਰੱਖ ਰਿਹਾ। ਜਿਹੜਾ ਮਨੀਕਰਨ ਗੁਰਦੁਆਰਾ ਨਾ, ਉਹਦੇ ਜਿਹੜੇ ਹੁਣ ਦੇਵਾ ਜੀ ਨੇ, ਪਹਿਲੇ ਉਹਨਾਂ ਦੇ ਪਿਤਾ ਬਾਬਾ ਹਰੀ ਨਾਰਾਇਣ ਜੀ, ਅਤੇ ਬੱਚਿਓ ਹੈਰਾਨ ਹੋਵੋਗੇ ਤੁਸੀਂ ਕਿ ਬਾਬਾ ਹਰੀ ਨਾਰਾਇਣ ਜੀ ਸਵੇਰੇ ਇਸ਼ਨਾਨ ਤੋਂ ਪਹਿਲਾਂ ਜਿੰਨੀਆਂ 12-13 ਫਲਸ਼ਾਂ ਹੁੰਦੀਆਂ ਸੀ ਆਪ ਧੋਣੀਆਂ, ਕਹਿ ਦਿਓ ਗੱਜ ਕੇ ਸਤ ਹਾਂ, ਆਪ ਧੋਣੀਆਂ। ਅੱਜ ਵੀ ਕਿਤੇ ਬੱਚਿਓ ਮਨੀ ਕਰਨ ਜਾਓਗੇ ਤੇ ਉਹਨਾਂ ਦੀ ਬੇਟੀ ਦੇਵਾ ਦੇਵਾ ਜੀ ਉਹ ਫਲਸ਼ਾਂ ਆਪ ਧੋਂਦੇ। ਇਹਨੂੰ ਕੀ ਕਹੋਗੇ ਕਿ ਇੱਕ ਸਥਾਨ ਦਾ ਮੁਖੀ ਹੋਵੇ ਤੇ ਫਲਸ਼ਾਂ ਆਪ ਧੋਵੇ? ਇਹ ਲੈਵਲ ਨਹੀਂ ਲਿਆ। ਉਸ ਤੋਂ ਬਾਅਦ ਇਸ਼ਨਾਨ ਕਰਨਾ, ਆਪਣੇ ਨੇਮ ਸਿਮਰਨ 'ਚ ਜੁੜਨਾ। ਫਿਰ ਮਾਣ ਨਾ ਕਹਿੰਦੇ ਸੀ ਵੀ ਅਸੀਂ ਗੁਰੂ ਨਾਨਕ ਦੇ ਘਰ ਦੇ ਭੰਗੀ ਵੀ ਹਾਂ, ਆਖੋ ਸਤਨਾਮ। ਲੈਵਲ ਨਹੀਂ ਲਿਆ। ਇਹ ਅਸਲੀ ਪੜ੍ਹਾਈ ਦਾ ਤੁਹਾਡਾ ਤਾਂ ਲਾਭ ਹੈ ਵੀ ਇਹ ਪੜ੍ਹਾਈ ਨੂੰ ਜਿਵੇਂ ਡਾਕਟਰ ਸਾਹਿਬ ਜੀ ਨੇ ਆਪ ਜੀ ਨਾਲ ਸਾਂਝ ਕੀਤੀ ਹੈ, ਡਾਕਟਰ ਜਸਪਾਲ ਸਿੰਘ ਜੀ ਨੇ ਵੀ ਆਹ ਪੜ੍ਹਾਈ ਨੂੰ ਨਾਲ ਲੈ ਕੇ ਚੱਲਿਓ। ਫਿਰ ਵੇਖੋ ਮਾਇਆ ਵੀ ਪਿੱਛੇ ਚੱਲੀ ਆਏਗੀ ਤੇ ਮੁਕਤੀ ਵੀ ਪਿੱਛੇ ਚੱਲੀ ਆਏਗੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਨੂੰ ਉਹਨੂੰ ਨਾਲ ਲੈ ਕੇ ਚੱਲੇਗਾ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਸਾਹਿਬ ਮਿਹਰ ਕਰਨ। ਅੱਜ ਸਾਰੇ ਬੱਚੇ ਵੀ ਵੱਡੇ ਵੀ ਬੈਠੇ ਹੋ ਤੇ ਘਰਾਂ ਵਿੱਚ ਵੀ ਬਹੁਤੀ ਲੜਾਈ ਅੱਜ ਕੱਲ੍ਹ ਈਗੋ ਦੀ ਹੈ, ਈਗੋ। ਅਤੇ ਜੇ ਇਹ ਪੜ੍ਹਾਈਆਂ 'ਚੋਂ 90-95% ਨੰਬਰ ਪ੍ਰਾਪਤ ਕਰਕੇ ਲੈਵਲ ਨਹੀਂ ਲੈਣਾ, ਐਡੇ ਵੱਡੇ ਰੁਤਬੇ 'ਤੇ ਪਹੁੰਚ ਕੇ ਵੀ ਈਗੋ ਨਹੀਂ ਰੱਖਣੀ, ਈਗੋ ਨੂੰ ਮਾਰਨਾ। ਤੁਸੀਂ ਬੱਚੇ ਗੁੱਸਾ ਨਾ ਕਰਿਓ। ਜੇ ਕਿਸੇ ਬੱਚੇ ਦੇ ਮੰਮੀ ਪਾਪਾ ਲੜਦੇ ਹੋਣ ਤੁਸੀਂ ਹੱਸੋਗੇ, ਜੇ ਕਿਸੇ ਦੇ ਬੱਚੇ ਦੇ ਮੰਮੀ ਪਾਪਾ ਲੜਦੇ ਹੋਣ ਤਾਂ ਕਦੀ ਨੋਟ ਕਰਿਓ ਉਹ ਲੜਾਈ ਹੈ ਕਾਹਦੀ ਹੈ? ਈਗੋ ਦੀ। ਪਾਪਾ ਇੱਕ ਗੱਲ ਕਹਿੰਦੇ, ਮੰਮੀ ਕਹਿੰਦੇ ਮੈਂ ਹੁਣ 10 ਪੈਸੇ ਕਹਿਣੀ, ਮੰਮੀ ਨੇ 10 ਪੈਸੇ ਕਹੀ, ਪਾਪਾ ਕਹਿੰਦੇ ਹੁਣ ਮੈਂ 12 ਪੈਸੇ ਜਵਾਬ ਦੇਣਾ, ਪਾਪਾ ਨੇ 12 ਪੈਸੇ ਦਿੱਤਾ, ਮੰਮੀ ਕਹਿੰਦੀ ਹੁਣ ਮੈਂ 20 ਪੈਸੇ ਜਵਾਬ ਦੇਣਾ। ਈਗੋ ਹੈ, ਬਹੁਤੀਆਂ ਲੜਾਈਆਂ ਈਗੋ ਦੀ। ਤੇ ਜੇ ਇੱਕ ਭਾਈ ਮਤੀਦਾਸ ਜੀ ਵਰਗੀ ਸੰਸਥਾ ਦੇ ਨਾਲ ਜੇ ਬੱਚਿਓ ਜੁੜੇ ਹੋ ਤੇ ਵਧੀਆ ਤੋਂ ਵਧੀਆ ਨੰਬਰਾਂ ਤੇ ਜਾਣਾ, ਪਰ ਆਹ ਪੜ੍ਹਾਈ ਨਾਲ ਲੈ ਕੇ ਚੱਲਣੀ, ਈਗੋ ਨੂੰ ਇਹਨੂੰ ਮਾਰਨਾ, ਇਹਨੂੰ ਖਤਮ ਕਰਨ ਲਈ ਤੇ ਜਨਮ ਮਿਲਿਆ। ਮੈਂ ਇੱਕ ਨਿੱਕੀ ਜਿਹੀ ਗੱਲ ਬੋਲ ਕੇ ਤੇ ਸਮਾਪਤੀ ਕਰਾਂ। ਵੱਡੀਆਂ ਰੂਹਾਂ, ਵੱਡੇ ਪਿਆਰ ਵਾਲੇ ਅਹੁਦਿਆਂ ਵਾਲੇ ਸਾਰੇ, ਤੇ ਮੈਂ ਲਾਡ 'ਚ ਮੰਗ ਵੀ ਮੰਗਣੀ ਹੈ ਵੀ
ਬਾਬਾ ਨਹੀਂ ਭਾਈ ਠੀਕ ਹੈ, ਰਿੰਦਰਪਾਲ ਸਿੰਘ ਜੀ ਭਾਈ ਠੀਕ ਹੈ, ਇਹ ਜਸਪਾਲ ਸਿੰਘ ਜੀ ਦਾ ਚਲੋ ਮਾਣ ਹੈ ਕਿਉਂਕਿ ਆ ਐਡੀ ਵੱਡੀ ਰੂਹ ਉੱਥੇ ਭਾਈ ਆਖੋ ਸਤਨਾਮ ਅਤੇ ਤੁਹਾਡਾ ਇੱਥੇ ਦਸ ਮਿੰਟ ਇੰਨਾ ਟਾਈਮ ਦੇਣਾ ਹੀ ਬੜੀ ਵੱਡੀ ਆਪ ਜੀ ਦੀਆਂ ਸਾਨੂੰ ਇਹ ਸਾਰੀ ਜਗਜੀਤ ਕੌਰ ਟੀਮ ਨੂੰ ਬਲ ਮਿਲਦਾ ਅਤੇ ਹੋਰ ਇਹਨਾਂ ਦਾ ਟਾਈਮ ਨਹੀਂ ਲੈਣਾ ਮੈਂ ਦੋ ਮਿੰਟ ਦੀ ਗੱਲ ਸੁਣਾ ਕੇ ਈਗੋ ਬਾਰੇ ਕਬੀਰ ਸਾਹਿਬ ਵੇਲੇ ਇੱਕ ਸਰੀਰ ਹੋਇਆ ਹੁਣ ਤਾਂ ਆ ਗਏ ਨਾ ਜੀ ਮੋਬਾਈਲ ਇਹਦੇ 'ਚ ਹੀ ਸਾਰਾ ਕੁਝ ਆ ਗਿਆ ਅੱਜ ਸਵੇਰੇ ਮੇਰੀ ਬੈਟਰੀ ਖਤਮ ਹੋਈ ਮੈਨੂੰ ਟਾਈਮ ਵੇਖਣਾ ਔਖਾ ਹੋ ਗਿਆ ਘੜੀ ਵੀ ਇਹਦੇ 'ਚ ਕੈਲਕੂਲੇਟਰ ਵੀ ਇਹਦੇ 'ਚ ਫੋਨ ਆਉਣੇ ਵੀ ਸੁਣਨੇ ਵੀ ਵਟਸਐਪ ਵੀ ਸਾਰਾ ਕੁਝ ਹੀ ਇਹਦੇ 'ਚ ਆ ਗਿਆ ਉਦੋਂ ਇਹ ਨਹੀਂ ਸੀ ਹੁੰਦੇ ਹੁਣ ਤਾਂ ਕਿਤਾਬਾਂ ਇਹਦੇ 'ਚ ਆ ਗਈਆਂ ਹੁਣ ਤਾਂ ਕਿਤਾਬਾਂ ਵੀ ਇਹਦੇ 'ਚ ਆ ਗਈਆਂ ਕਬੀਰ ਸਾਹਿਬ ਵੇਲੇ ਇੱਕ ਸਰੀਰ ਹੋਇਆ ਉਹ ਇੱਕ ਗੱਡਾ ਰੱਖਦਾ ਸੀ ਕਿਤਾਬਾਂ ਦਾ ਨਾਲ ਜਿਹੜੀਆਂ ਪੜ੍ਹੀਆਂ ਹੋਣੀਆਂ ਅੱਗੇ ਬੈਲ ਅਤੇ ਮਗਰ ਗੱਡਾ ਉਦੋਂ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ ਅਤੇ ਗੱਡੇ ਦੇ ਉੱਤੇ ਉਹਨੇ ਲਿਖ ਕੇ ਲਾਇਆ ਸੀ ਸਮੂਹ ਜਿੱਤ ਵੀ ਮੇਰੇ ਨਾਲ ਕੋਈ ਚਰਚਾ ਕਰੇ ਮੈਂ ਇੰਨਾ ਕੁ ਪੜ੍ਹਿਆ ਕਿ ਮੈਂ ਸਭ ਨੂੰ ਜਿੱਤ ਸਕਦਾ ਮੇਰਾ ਨਾਂ ਸਮੂਹ ਜਿੱਤ ਇਤਨੀ ਹੁਣ ਉਹ ਕਿਤਾਬਾਂ ਉਹਨੇ ਪੜ੍ਹੀਆਂ ਸਭ ਕੁਝ ਕੀਤਾ ਮਿਹਨਤਾਂ ਲਾਈਆਂ ਪਰ ਉਹ ਜਿਹੜੀ ਈਗੋ ਹੈ ਮੈਂ ਅਤੇ ਸਭ ਤੋਂ ਦੁਖੀ ਕੌਣ ਉਹਦੀ ਮਾਤਾ ਕਹਿ ਦਿਓ ਗੱਜ ਕੇ ਸਤਨਾਮ ਮਾਤਾ ਸਭ ਤੋਂ ਦੁਖੀ ਕਿ ਬੱਚੇ ਨੂੰ ਮੈਂ ਇੰਨੀ ਮਿਹਨਤ ਲਵਾਈ ਇੰਨਾ ਵੇਦ ਪੜ੍ਹਾਏ ਇੰਨਾ ਕੁਝ ਕੀਤਾ ਪਰ ਇੱਕ ਜਿਹੜੀ ਹੋਮੇ ਹੈ ਨਾ ਈਗੋ ਉਹ ਇਹਨੂੰ ਡੋਬ ਕੇ ਲੈ ਜਾਏਗੀ ਅਤੇ ਇੱਕ ਦਿਨ ਨਾ ਉਹ ਰੋਟੀ ਖਾ ਰਿਹਾ ਅਤੇ ਮਾਂ ਫੁਲਕਾ ਦੇ ਰਹੀ ਹੈ ਅਤੇ ਮਾਂ ਕਹਿੰਦੀ ਅੱਜ ਗੱਲ ਛੇੜਾਂ ਵੀ ਪਤਾ ਸੀ ਵੀ ਗੱਡੇ 'ਤੇ ਲਿਖ ਕੇ ਲਾਉਣਾ ਹੋਮੇ ਹੈ ਗੱਡਾ ਨਾਲ ਰੱਖਣਾ ਵੀ ਮੇਰੇ ਨਾਲ ਕੋਈ ਚਰਚਾ ਕਰੇ ਮੈਨੂੰ ਜਿੱਤ ਕੇ ਵਿਖਾਵੇ ਮੈਂ ਸਮੂਹ ਜਿੱਤਾਂ ਵੀ ਪੜ੍ਹਾਈ ਇਸ ਸਿਰੇ ਤਾਂ ਕੀਤੀ ਨਹੀਂ ਇਹ ਤਾਂ ਸਾਰੀ ਮੈਂ ਡੋਬ ਕੇ ਲੈ ਜਾਏਗੀ ਮਿਹਨਤ ਨੂੰ ਅਤੇ ਮਾਂ ਨੇ ਨਾ ਰੋਟੀ ਖਵਾਉਂਦੇ ਖਵਾਉਂਦੇ ਕਿਹਾ ਪੁੱਤਰ ਕਿਵੇਂ ਕਹਿੰਦਾ ਮਾਂ ਇਸ ਵੇਲੇ ਕੋਈ ਨਹੀਂ ਜਿਹੜਾ ਮੈਨੂੰ ਜਿੱਤ ਸਕੇ ਮੈਂ ਸਮੂਹ ਜਿੱਤਾਂ ਕੋਈ ਵੀ ਚਰਚਾ 'ਚ ਮੈਨੂੰ ਜਿੱਤ ਨਹੀਂ ਸਕਦਾ ਮਾਂ ਦਾ ਫਿਰ ਫਿਰਦਾ ਅੱਤ ਦੁਖੀ ਵੀ ਇਹਨੇ ਨਰਕਾਂ ਨੂੰ ਜਾਣਾ ਐਡਾ ਪੜ੍ਹ ਲਿਖ ਕੇ ਵੀ ਜਾਣਾ ਅਤੇ ਮਾਂ ਨੇ ਇੱਕ ਯਤਨ ਕੀਤਾ ਮਾਂ ਕਹਿੰਦੀ ਪੁੱਤਰ ਤੈਨੂੰ ਤਾਂ ਮੰਨਾ ਜੇ ਕਬੀਰ ਸਾਹਿਬ ਨੂੰ ਜਿੱਤ ਕੇ ਵਿਖਾਵੇ ਆਖੋ ਸਾਧ ਤੈਨੂੰ ਤਾਂ ਮੰਨਾ ਜੇ ਕਬੀਰ ਜੀ ਨੂੰ ਜਿੱਤ ਕੇ ਵਿਖਾਵੇ ਮਾਂ ਦਾ ਮਨ ਸੀ ਵੀ ਕਿਸੇ ਬਹਾਨੇ ਕਬੀਰ ਜੀ ਦੀ ਸੰਗਤ ਹੋਏਗੀ ਅਤੇ ਹੋ ਸਕਦਾ ਕੋਈ ਰਾਹ ਨਿਕਲ ਆਵੇ ਇਹਨੂੰ ਰਸਤਾ ਮਿਲ ਜੇ ਸਾਰੀ ਪੜ੍ਹਾਈ ਹੋਮੇ ਬਣ ਗਈ ਹੈ ਅਤੇ ਜਦੋਂ ਇੰਨੀ ਗੱਲ ਕਹੀ ਨਾ ਤੈਨੂੰ ਤਾਂ ਮੰਨਾ ਕਬੀਰ ਜੀ ਨੂੰ ਉੱਥੇ ਬੁਰਕੀ ਛੱਡਤੀ ਕਹਿੰਦਾ ਮਾਂ ਹੁਣੇ ਹੀ ਜਾਂਦੇ ਹਾਂ ਉਹ ਚਲੇ ਗਏ ਜੀ ਕਬੀਰ ਸਾਹਿਬ ਦਾ ਬੂਹਾ ਖੜਕਾਇਆ ਉਹ ਬੈਲ ਗੱਡੀ ਮਗਰ ਕਿਤਾਬਾਂ ਨਾਲ ਭਰੀ ਹੋਈ ਅਤੇ ਲੋਈ ਜੀ ਬਾਹਰ ਆਏ ਦੱਸੋ ਇਸ ਤਰ੍ਹਾਂ ਗੱਲ ਕਰਦਾ ਕਬੀਰ ਸਾਹਿਬ ਕਿੱਥੇ ਉਹ ਕਹਿੰਦੇ ਜੀ ਅੰਦਰ ਹੈ ਬਾਹਰ ਭੇਜੋ ਉਹ ਮਾਤਾ ਲੋਈ ਜੀ ਕਹਿੰਦੇ ਤੁਸੀਂ ਅੰਦਰ ਆ ਜਾਓ ਕਹਿੰਦਾ ਨਹੀਂ ਮੈਂ ਅੰਦਰ ਨਹੀਂ ਆਉਣਾ ਕਬੀਰ ਸਾਹਿਬ ਨੂੰ ਬਾਹਰ ਭੇਜੋ ਅਤੇ ਕਹੋ ਮੇਰੇ ਨਾਲ ਚਰਚਾ ਕਰੇ ਮੈਨੂੰ ਜਿੱਤ ਕੇ ਵਿਖਾਵੇ ਉਹ ਕਹਿੰਦੀ ਅੰਦਰ ਆ ਜਾਓ ਹੁਣ ਇਹ ਮੈਂ ਬੋਲਦੀ ਹੈ ਸਾਰੀ ਪੜ੍ਹਾਈ ਨਹੀਂ ਮੈਂ ਨਹੀਂ ਆਉਣਾ ਉਹਨਾਂ ਨੂੰ ਕਹੋ ਮੇਰੇ ਬਾਹਰ ਆਓ ਮੇਰੇ ਨਾਲ ਚਰਚਾ ਕਰੋ ਕਬੀਰ ਸਾਹਿਬ ਬਾਹਰ ਆ ਗਏ ਕਹਿਣ ਲੱਗਾ ਜੀ ਮੇਰੇ ਨਾਲ ਚਰਚਾ ਕਰੋ ਮੈਨੂੰ ਜਿੱਤ ਕੇ ਵਿਖਾਓ ਅਤੇ ਮੈਂ ਸਮੂਹ ਜਿੱਤਾਂ ਅਤੇ ਕਬੀਰ ਸਾਹਿਬ ਕਹਿੰਦੇ ਵੀ ਚਰਚਾ ਕਿਉਂ ਕਰਨੀ ਹੈ ਕਹਿੰਦਾ ਜੀ ਮੈਂ ਚਰਚਾ ਵਿੱਚ ਤੁਹਾਨੂੰ ਹਰਾਉਣਾ ਹੈ ਜਿੱਤਣਾ ਆਪ ਅਤੇ ਕਬੀਰ ਸਾਹਿਬ ਕਹਿੰਦੇ ਐਡੀ ਖੇਚਲ ਕਰਨ ਦੀ ਕੀ ਲੋੜ ਹੈ ਆਪਾਂ ਉਤਰਾ ਹੀ ਕਹਿ ਦਿੰਦੇ ਹਾਂ ਤੂੰ ਜਿੱਤਿਆ ਸੀ ਹਾਰੇ ਆਖੋ ਸਤਨਾਮ ਇੰਨੀ ਖੇਚਲ ਕਾਹਨੂੰ ਕਰਨੀ ਹੈ ਆਪਾਂ ਉਤਰਾ ਹੀ ਕਹਿ ਦਿੰਦੇ ਹਾਂ ਤੂੰ ਜਿੱਤਿਆ ਅਸੀਂ ਹਾਰੇ ਇਹ ਬਣੇ ਹੋ ਆ ਬਣਿਆ ਜਦੋਂ ਇੰਨੀ ਗੱਲ ਕਹੀ ਨਾ ਤੂੰ ਜਿੱਤਿਆ ਸੀ ਹਾਰੇ ਕਿਉਂ ਜੀ ਕਹਿ ਦਿੰਦੇ ਐਡੀ ਖੇਚਲ ਕਾਹਨੂੰ ਇੱਕਦਮ ਨਾ ਜਿਵੇਂ ਬੰਦਾ ਚੁੱਪ ਕਰ ਜਾਂਦਾ ਨਾ ਕਹਿੰਦਾ ਜੀ ਮੇਰੀ ਮਾਂ ਨੂੰ ਕਿਵੇਂ ਪਤਾ ਲੱਗੇਗਾ ਕਹਿੰਦਾ ਜੀ ਜੇ ਇਹ ਗੱਲ ਹੈ ਤਾਂ ਲਿਖ ਕੇ ਦਿਓ ਲਿਖ ਕੇ ਦਿਓ ਕਿ ਸੂਹ ਜਿੱਤ ਜਿੱਤਿਆ ਅਤੇ ਕਬੀਰ ਜੀ ਹਾਰੇ ਕਬੀਰ ਸਾਹਿਬ ਕਹਿੰਦੇ ਲਿਖ ਦਿੰਦੇ ਕਬੀਰ ਸਾਹਿਬ ਨੇ ਕਾਗਜ਼ ਫੜਿਆ ਅਤੇ ਲਿਖਤਾ ਕਬੀਰ ਹਾਰਿਆ ਸਮੂਹ ਜਿੱਤ ਦੇਖੋ ਭਗਤ ਅੰਦਰ ਈਗੋ ਨਹੀਂ ਹੈਗੀ ਕਬੀਰ ਹਾਰਿਆ ਸਮੂਹ ਜਿੱਤ ਜਿੱਤਿਆ ਥੱਲੇ ਸੈਨ ਕਰਤੇ ਕਾਗਜ਼ ਪਾਇਆ ਜੇਬ 'ਚ
ਆਪਣੀ ਮਾਤਾ ਕੋਲ ਆ ਗਿਆ ਸਮੂਹ ਜਿੱਤ ਇੰਜ ਕਾਗਜ਼ ਛੁੱਟਿਆ ਲੈ ਮਾਂ ਕਬੀਰ ਜੀ ਨੂੰ ਵੀ ਜਿੱਤ ਕੇ ਆਇਆ ਮੈਂ ਕਿਵੇਂ ਮੰਨਾਂ ਮਾਤਾ ਪੱਕਾ ਕੰਮ ਕੀਤਾ ਸੈਨ ਕਰਾਇਆ ਕਬੀਰ ਸਾਹਿਬ ਨੇ ਲਿਖ ਕੇ ਦਿੱਤਾ ਮਾਤਾ ਕਹਿੰਦੀ ਹੈ ਤੇ ਹੋਰ ਹੋਮੇ ਚੜ ਗਈ ਆਖੋ ਸਤਨਾਮ ਵੀ ਮੈਂ ਤੇ ਭੇਜਿਆ ਸੀ ਕਬੀਰ ਸਾਹਿਬ ਕੋਈ ਜਾਣ ਗਏ ਤੇ ਕੋਈ ਵਿਧ ਬਣੇਗੀ ਇਹ ਤੇ ਹੋਰ ਹੋਮੇ ਚੜ ਗਈ ਤੇ ਮਾਤਾ ਜੀ ਨੇ ਜਦੋਂ ਕਾਗਜ਼ ਖੋਲਿਆ ਨਾ ਜੀ ਉਹਦੀ ਸਮੂਹ ਜਿੱਤ ਦੀ ਮਾਤਾ ਨੇ ਤੇ ਸੰਗਤ ਜੀ ਸੁਣਿਓ ਕਾਗਜ਼ ਤੇ ਲਿਖਿਆ ਸੀ ਕਬੀਰ ਜਿੱਤਿਆ ਤੇ ਸਮੂਹ ਜਿੱਤ ਹਾਰਿਆ ਕਹਿੰਦੀ ਬੇਟਾ ਇਹ ਤੇ ਲਿਖਿਆ ਕਬੀਰ ਜਿੱਤਿਆ ਤੇ ਤੂੰ ਹਾਰਿਆ ਉਹ ਰੁੱਕਾ ਫੜ ਕੇ ਨਾ ਕਹਿੰਦਾ ਮਾਂ ਮੈਂ ਉੱਥੇ ਪੜ੍ਹਿਆ ਲਿਖਿਆ ਤੇ ਉਹਦੀ ਕਬੀਰ ਹਾਰਿਆ ਮੈਂ ਜਿੱਤਿਆ ਇਹ ਕੀ ਸੀ ਪਰਮੇਸ਼ਰ ਨੇ ਹਰਫ ਬਦਲਤੇ ਕਹਿ ਦਿਓ ਗੱਜ ਕੇ ਸਤਨਾਮ ਜਿੱਥੇ ਉਹ ਵੱਲ ਹੋਵੇ ਮਾਂ ਕਹਿੰਦੀ ਆਹ ਲਿਖਿਆ ਕਬੀਰ ਜਿੱਤਿਆ ਕਹਿੰਦਾ ਮਾਤਾ ਦੁਬਾਰਾ ਜਾਣਾ ਰੁੱਕਾ ਪਾਇਆ ਜੇਬ ਤੇ ਫਿਰ ਚਲੇ ਗਏ ਕਬੀਰ ਸਾਹਿਬ ਘਰ ਕਬੀਰ ਸਾਹਿਬ ਜੀ ਨੂੰ ਮਿਲ ਕੇ ਰੁੱਕਾ ਦਿੱਤਾ ਕਹਿੰਦਾ ਜੀ ਆਹ ਕੀ ਲਿਖਤਾ ਤੁਸੀਂ ਤੇ ਲਿਖਤਾ ਕਬੀਰ ਸਾਹਿਬ ਕਬੀਰ ਜੀ ਜਿੱਤਿਆ ਤੇ ਮੈਂ ਹਾਰਿਆ ਕਬੀਰ ਸਾਹਿਬ ਕਹਿੰਦੇ ਮਸਲਾ ਕੀ ਹੈ ਕਹਿੰਦਾ ਜੀ ਇਹ ਤੇ ਲਿਖਿਆ ਕਬੀਰ ਜਿੱਤਿਆ ਮੈਂ ਕਬੀਰ ਸਾਹਿਬ ਕਹਿੰਦੇ ਦੁਬਾਰਾ ਲਿਖਦੇ ਨੇ ਆਖੋ ਸਾਧਨਾ ਇੱਥੇ ਕਿਹੜੀ ਲੜਾਈ ਹੈ ਵੀ ਦੁਬਾਰਾ ਲਿਖਦੇ ਨੇ ਤੂੰ ਜਿੱਤਿਆ ਕਹਿੰਦਾ ਜੀ ਨਹੀਂ ਹੁਣ ਲਿਖਾਂਗਾ ਮੈਂ ਸੈਨ ਤੁਸੀਂ ਕਰਿਓ ਕਹਿ ਦਿਓ ਗੱਜ ਕੇ ਸਾਧਨਾ ਆਪ ਲਿਖਿਆ ਕਬੀਰ ਹਾਰੇ ਸਮੂਹ ਜਿੱਤ ਜਿੱਤਿਆ ਕਹਿੰਦਾ ਜੀ ਹੁਣ ਸੈਨ ਕਰੋ ਕਬੀਰ ਸਾਹਿਬ ਨੇ ਕਰਤੇ ਕਹਿੰਦਾ ਹੁਣ ਕੰਮ ਪੱਕਾ ਜੇਬ ਚ ਪਾਇਆ ਰੁੱਕਾ ਕਹਿੰਦੇ ਜਦੋਂ ਆਪਣੀ ਮਾਤਾ ਕੋਲ ਗਿਆ ਲੈ ਮਾਤਾ ਹੁਣ ਪੱਕਾ ਕੰਮ ਕਰਕੇ ਆਇਆ ਕਹਿੰਦੇ ਮਾਤਾ ਨੇ ਜਦੋਂ ਰੁੱਕਾ ਪੜਿਆ ਨਾ ਤੇ ਫਿਰ ਪਰਮੇਸ਼ਰ ਨੇ ਹਰਫ ਬਦਲ ਦਿੱਤੇ ਉੱਤੇ ਲਿਖਿਆ ਕਬੀਰ ਜਿੱਤਿਆ ਤੇ ਸਮੂਹ ਜਿੱਤ ਹਾਰਿਆ ਬੇਟਾ ਆਹ ਤੇ ਲਿਖਿਆ ਕਬੀਰ ਜਿੱਤਿਆ ਤੂੰ ਹਾਰਿਆ ਕਹਿੰਦੇ ਜਦੋਂ ਉਹਨੇ ਉਹ ਲਫ਼ਜ਼ ਪੜ੍ਹੇ ਨਾ ਦੁਬਾਰਾ ਹੈ ਤੇ ਹੁਣ ਗੁਣੀ ਸੀ ਪਰ ਇੱਕ ਮੈਨ ਕੰਟਰੋਲ ਚ ਨਹੀਂ ਹੈ ਤੇ ਗਿਆਨੀ ਸੀ ਇੱਕ ਮੈਨ ਹੀ ਸੀ ਮਰੀ ਜਦੋਂ ਦੂਜੀ ਵਾਰੀ ਵੇਖਿਆ ਕਹਿੰਦੇ ਲਿਖਿਆ ਮੈਂ ਆਪ ਸੈਨ ਕਰਾਏ ਇਹਦਾ ਮਤਲਬ ਕਬੀਰ ਸਾਹਿਬ ਜੀ ਦੇ ਕੋਈ ਵੱਲ ਹੈ ਜਿਹੜਾ ਹਰਫ ਬਦਲਾ ਦਿੰਦਾ ਕਹਿ ਦਿਓ ਗੱਜ ਕੇ ਸਤਨਾਮ ਕਹਿੰਦੇ ਉਹ ਗਿਆਨ ਹੋ ਗਿਆ ਕਹਿੰਦਾ ਮਾਂ ਜੋ ਕਬੀਰ ਸਾਹਿਬ ਕੋਲ ਮੇਰੇ ਕੋਲ ਨਹੀਂ ਤੀਜੀ ਵਾਰੀ ਗਏ ਕਬੀਰ ਸਾਹਿਬ ਕੋਲ ਚੱਲ ਕੇ ਤੇ ਜਾ ਕੇ ਕਹਿੰਦਾ ਜੀ ਮੈਂ ਅੱਖੀ ਵੇਖ ਲਿਆ ਜਿਹਦੇ ਵੱਲ ਉਹ ਹੋਵੇ ਕਦੀ ਪਿੱਠ ਨਹੀਂ ਲੱਗਣ ਦਿੰਦਾ ਜਿਹਦੇ ਵੱਲ ਉਹ ਹੋਵੇ ਹਰਫ ਵੀ ਬਦਲਾ ਦਿੰਦਾ ਤੇ ਕਹਿੰਦਾ ਜੀ ਮੈਨੂੰ ਵੀ ਆਪਣਾ ਸੇਵਕ ਬਣਾ ਲਓ ਕਹਿ ਦਿਓ ਗੱਜ ਕੇ ਸਤਨਾਮ ਕਬੀਰ ਸਾਹਿਬ ਕਹਿੰਦੇ ਮੈਂ ਵੀ ਸੇਵਕ ਹਾਂ ਪਰ ਇਕੱਠੇ ਰਲ ਕੇ ਚੱਲਣਾ ਹੀ ਤੇ ਇੰਨੇ ਗ੍ਰੰਥ ਪੜ੍ਹ ਕੇ ਇੰਨੀਆਂ ਕਿਤਾਬਾਂ ਪੜ੍ਹ ਕੇ ਪਰਮੇਸ਼ਰ ਨਹੀਂ ਮਿਲਦਾ ਜਦ ਤੱਕ ਈਗੋ ਨਾ ਮਰੇ ਕਹਿ ਦਿਓ ਗੱਜ ਕੇ ਸਤਨਾਮ ਇਹ ਕਦੀ ਨੋਟ ਕਰਿਓ ਜਿਸ ਘਰ ਵਿੱਚ ਈਗੋ ਮਰੀ ਹੋਏਗੀ ਜੇ ਪਤੀ ਨੇ ਕੁਝ ਕਿਹਾ ਤੇ ਪਤਨੀ ਨੇ ਅੱਗੋ ਹੱਥ ਜੋੜ ਦਿੱਤੇ ਹੈ ਨਾ ਵੀ ਕੋਈ ਨਹੀਂ ਕੋਈ ਗੱਲ ਮਨਾਣੀ ਵੀ ਹੈ ਦੋ ਦਿਨ ਬਾਅਦ ਕਹਿ ਲਾਂਗੀ ਉਹ ਘਰ ਕਲੇਸ਼ਾਂ ਤੋਂ ਬਚ ਜਾਂਦੇ ਕਹਿ ਦਿਓ ਗੱਜ ਕੇ ਸਤਨਾਮ ਇਹ ਬੱਚਿਓ ਜੇ ਇਹ ਪੜ੍ਹਾਈ ਦੇ ਵਿੱਚ ਅੱਗੇ ਨਿਕਲੋਗੇ ਇਹ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਨਾਲ ਲੈ ਕੇ ਚੱਲਿਓ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਆਹ ਪੜ੍ਹਾਈ ਨਾਲ ਲੈ ਕੇ ਚੱਲਿਓ ਕਬੀਰ ਹਮ ਸਭ ਤੇ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਇਹ ਪੜ੍ਹਾਈ ਨਾਲ ਲੈ ਕੇ ਚੱਲੋਗੇ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਨੌਕਰੀਆਂ ਵੀ ਮਿਲਣਗੀਆਂ ਕਾਰੋਬਾਰ ਵੀ ਮਿਲਣਗੇ ਤੇ ਅਗਾਂਹ ਦਰਗਾਹ ਵਿੱਚ ਜਗ੍ਹਾ ਵੀ ਮਿਲੇਗੀ ਕਹਿ ਦਿਓ ਗੱਜ ਕੇ ਸਤਨਾਮ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਮੁਬਾਰਕਾਂ ਡਾਕਟਰ ਸਾਹਿਬ ਜੀ ਜਸਪਾਲ ਸਿੰਘ ਜੀ ਨਾਲ ਹਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਾਣੀਆਂ ਅਤੇ ਬੇਅੰਤ ਖੋਜਾਂ ਕਰਕੇ ਬੱਚਿਆਂ ਨੂੰ ਕੈਂਪ 'ਚ ਵੰਡਦੇ ਨੇ ਭਾਈ ਲਾਲੋ ਜੀ ਅਸਥਾਨ ਦੀ ਸਾਰੀ ਕਮੇਟੀ ਹੋਰ ਵੀ ਆਈਆਂ ਹੋਈਆਂ ਰੂਹਾਂ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਪਤਾ ਇਹ ਬੀਬੀ ਭੈਣ ਜੀ ਜਗਜੀਤ ਕੌਰ ਅਤੇ ਇਹਨਾਂ ਦੀ ਟੀਮ ਭਾਈ ਮਤੀਦਾਸ ਜੀ ਚੈਰੀਟੇਬਲ ਸੁਸਾਇਟੀ ਵੱਲੋਂ ਜੀ ਆਇਆਂ ਨੂੰ ਹੁਣ ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਨ ਕਰੋ ਅਤੇ ਫਤਿਹ ਢਿੱਲੀ ਨਾ ਬੁਲਾਇਓ ਸਾਰੇ ਬੱਚੇ ਵੱਡੇ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
360 डिग्री अवेयरनेस जिहड़ी पुस्तक है उस संस्था वालों तैयार की गई है, जिस विच मुढ़ले ज्ञान दे अज दी जिहड़ी नवी टैक्नीक्स नवे लोड़ींदा ज्ञान है वो सारा इस किताब विच है। अलग अलग विषय संबंधित है किताब, तो बड़ी ही इस उत्ते काम करके और बड़ा ही इस दे नॉलेज वाली जिहड़ी है किताब है। और दूजी किताब जिहड़ी है तन तन भाई मतीदास जी इबादत तो शहादत तक का सफ़र जिहड़ा है वो हिंदी और पंजाबी दोनों भाषा च छपी है, ता जो जितने भी बच्चे हैं और भी जिहड़ी संस्था नाल जुड़े लोग हैं एक भाई तन तन भाई मतीदास जी की जीवन के नाल रूबरू हो सकन। यह दोनों किताबा अज लॉन्च होनिया हैं। मैं बेनती करता हाँ डॉक्टर जसपाल सिंह जी, सरदार हरिंदरपाल सिंह जी, तो साढ़े बिच इस इलाके के विधायक साहब एस के बग्गा जी आए हैं, उस स्टेज के नेड़े आ जान। ये दोनों किताबा अज लॉन्च की जाएगी। साढ़े बिच अज भाई साहब भाई गुरु इकबाल सिंह जी देनू बेनती है, वह भी नेड़े नेड़े ही खड़े हैं। साढ़े बिच और भी कई पतवंते सज्जन जड़े हैं वो अज हाजरी भर रहे हैं। 13 ब्लाक के प्रधान सरदार मनजीत सिंह जी, 13 ब्लाक तो ही साढ़े कमेटी के मैंबर सरदार गोल्डूवीर जी जिन्हों असी प्यार गोल्डूवीर जी कहने हाँ, सरदार हरपाल सिंह जी, तो होर भी कई पतवते सज्जन उन्होंने असी जी आया कहने हाँ। हूँ भैन जी को बेनती है कि यह किताब जड़ी है जितना भी लोड़ींदा भरपूर ज्ञान है वो सारा इस पुस्तक विच है। कवलवीर जी को भी बेनती है कि वह भी नाल आ जाए। कवलवीर जी उचेचे तौर पर बड़ी सेवावान, जसविंदर वीर जी पटियाले तो आए हैं उन्होंने भी बेनती है उचेचे तौर पर पटियाले तो आए हैं, बहुत ही सेवावान जड़िया हैं। बिंद्रा वीर जी भी आए हैं। ये जड़ी किताब है तन तन भाई मतीदास जी इबादत तो शहादत तक का सफ़र, ये भैन जी ने दसिया है कि जसविंदर वीर जी ने किताब लिखी है और उचेचे तौर पर इस समागम आए हैं। कवलवीर कवलजीत वीर जी कालका जी वाले इन्हों की बड़ी सेवावान हैं, संस्था नाल बड़े लंबे समय तो जुड़े हैं। बोले सोनिहाल सो श्री अकाल 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 सो श्री अकाल। हूँ अगला जोड़ा प्रोग्राम है इनाम बंट का वो हूँ ही इनाम बंट का प्रोग्राम है वो हूँ ही भैन जी ने बेनती है कि वह शुरू करने की कृपालता करनी। भलाई केंद्र विच पूरा साल साढ़े अध्यापक ने सेवा पाई है, पवित्र वीर जी आप जी सारा जोड़ा अगे का प्रोग्राम बच्चों ने जिन्होंने टॉप किया है वो बारे जानकारी देंगे। सारे गज के फतेह बुलाओ जी, वाहगुरु जी का खालसा वाहगुरु जी की फतेह। अब मैं जिस जिस बच्चे का नाम लूंगा वो स्टेज पर आ जाएं। रवि कुमार मैकेनिकल इंजीनियरिंग क्लास टॉपर सेकंड सेमेस्टर दिल्ली यूनिवर्सिटी। रवि कुमार बोले सो नहा। वीरेंद्र कौर इंफॉर्मेशन टेक्नोलॉजी सभा एमबीए 74.8% सेकंड सेमेस्टर। बोले सो नहाल। अब क्लास नाइन्थ के बच्चे
चंचल, मैं बेनती करा क्लास नाइन दे बच्चे चंचल, सूजल सेठी, अलफसा, चंचल दे 88% मार्क्स ने फर्स्ट पोजीशन, सेक्शन टॉपर, सूजल 91% सेकंड पोजीशन, अलफसा थर्ड पोजीशन, तीनों बच्चों को बेनती है स्टेज से आ जान। बोले सोनहाल, उन क्लास 12 दे बच्चे, क्लास 10th दे बच्चे शबाब, तन्मय अरोड़ा, सिमरन कौर। शबाब 89.2%, तन्मय अरोड़ा 86% ते सिमरन कौर इंग्लिश 81%। शबाब, तन्मय अरोड़ा, सिमरन कौर, क्लास 10th। बोले सोनहाल, उन क्लास 11 दे बच्चे जसलीन कौर, सिमरनजीत कौर, अंतरा अरोड़ा। जसलीन कौर 88% फर्स्ट पोजीशन, 98% फर्स्ट पोजीशन, सेक्शन टॉपर। सिमरनजीत कौर 75% सेकंड पोजीशन, अंतरा अरोड़ा 72% थर्ड पोजीशन। बोले सोनहाल, बच्ची भावना फर्स्ट पोजीशन क्लास 11, बोले सोनहाल, हुन पांच पांच बच्चे आ जान क्लास 12 दे। सुमित पाल, वैशाली अरोड़ा, शिवानी, दिवजोत सिंह, कमलप्रीत कौर। सुमित पाल 92%, वैशाली अरोड़ा 89%, शिवानी 86%, इकोविच 91%, दिवजोत 86%, पॉलिटिकल साइंस 88, इंग्लिश 85, पंजाबी 90, कमलप्रीत कौर 82%, इंग्लिश 90। बोले सोनहाल, फराह 86% हिस्ट्री विच, पारस बब्बर, रवि सागर, हेमंत मलिक, मनीष अरोड़ा। तरुण वैद, जिन्ना बच्चा का नाम अनाउंस होया स्टेज से आ जान। बच्ची फरा, पारस बबर 81%, रवि सागर 80%, हेमंत मलिक इको विच 95%, मनीष अरोड़ा इको 93% ते तरुण वैद बायो 88%। बोले सोनहाल, हुन बच्चा कुलजिंदर सिंह, अंजलि अरोड़ा, बिट्टू ते पिंकी टुटेजा। अंजलि अरोड़ा इंग्लिश 85%, बिट्टू अकाउंट्स 85%, पिंकी टुटेजा। जिदा कि आप जी सारे जानू है बच्चे दे नेत्रां च रोशनी नहीं है जी, फिर भी 83% लिते हैं ने। 12वीं क्लास विच नॉर्मल बच्चों विच पढ़ के संगत जयकारा छड़ो जी, संगत जयकारा बुलाओ।
ਸਤਿ ਸ੍ਰੀ ਅਕਾਲ ਹੁਣ ਜਿੰਨਾ ਵੀ ਟੀਚਰਾਂ ਨੇ ਇਸ ਸਮਰ ਐਜੂਕੇਸ਼ਨਲ ਕੈਂਪ ਵਿੱਚ ਸੇਵਾ ਕੀਤੀ ਹੈ ਸਾਰਿਆਂ ਨੂੰ ਬੇਨਤੀ ਹੈ ਇੱਕ ਇੱਕ ਕਰਕੇ ਸਟੇਜ ਤੇ ਆ ਜਾਓ ਬੱਚਾ ਸਿਦਕਪ੍ਰੀਤ ਕੌਰ ਉਹ ਭਲਾਈ ਕੇਂਦਰ ਤੋਂ ਤਾਂ ਨਹੀਂ ਹਨ ਲੇਕਿਨ ਗੁਰੂ ਰਸ਼ਮ ਪਬਲਿਕ ਸਕੂਲ ਇੰਡੀਆ ਗੇਟ ਵਿੱਚ ਪੂਰੇ ਸਕੂਲ ਵਿੱਚ ਇਸ ਬੱਚੀ ਨੇ ਟੌਪ ਕੀਤਾ ਹੈ 96% ਮਾਰਕਸ ਲੈ ਕੇ ਅਤੇ ਇੱਕ ਸਨਮਾਨ ਜਿਹੜਾ ਹੈ ਉਹ ਸੰਸਥਾ ਵੱਲੋਂ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਬੱਚਾ ਬਹੁਤ ਹੋਣਹਾਰ ਹੈ ਇਸੇ ਹੀ ਇਲਾਕੇ 'ਚ ਰਹਿੰਦੇ ਹਨ ਤੇਰਾ ਬਲਾ ਗੀਤਾ ਕਲੋਨੀ ਬੱਚੀ ਸਿਦਕਪ੍ਰੀਤ ਕੌਰ ਗੁਰੂ ਰਸ਼ਮ ਪਬਲਿਕ ਸਕੂਲ ਇੰਡੀਆ ਗੇਟ 96% ਮਾਰਕਸ ਲਾ ਕੇ ਪੂਰੇ ਸਕੂਲ ਵਿੱਚ ਇਹਨਾਂ ਨੇ ਟੌਪ ਕੀਤਾ ਪੂਰਾ ਹੀ ਪਰਿਵਾਰ ਜਿਹੜਾ ਹੈ ਗੁਰੂ ਘਰ ਦੇ ਨਾਲ ਜੁੜਿਆ ਹੈ ਬੋਲੇ ਸੋਨਿਆਲ ਸੋ ਸ੍ਰੀ ਅਕਾਲ ਹੁਣ ਮੈਂ ਟੀਚਰਸ ਦੇ ਚਰਨਾਂ 'ਚ ਬੇਨਤੀ ਹੈ ਮੈਂ ਪੰਜ ਟੀਚਰਸ ਦਾ ਨਾਂ ਲੈ ਲੈਂਦਾ ਹਾਂ ਆਪ ਜੀ ਆ ਜਾਓ ਬਲਵਿੰਦਰ ਕੌਰ ਪਰਮਜੀਤ ਕੌਰ ਕਮਲ ਮੀਨ ਕੌਰ ਗੁਰਮੇਹਰ ਕੌਰ ਤੇ ਸੀਮਾ ਮੈਮ ਦੁਬਾਰਾ ਨਾਂ ਬਲਵਿੰਦਰ ਕੌਰ ਪਰਮਜੀਤ ਕੌਰ ਕਮਲ ਮੀਨ ਕੌਰ ਗੁਰਮੇਹਰ ਕੌਰ ਤੇ ਸੀਮਾ ਮੈਮ बोले सो निहाल शौरा ऋचा अरोड़ा शिवम नागपाल नेहा मेहता स्वाति पूजा ढल्ला मैम ਜੋ ਵੀ ਟੀਚਰਸ ਮੇਰਾ ਨਾਂ ਸੁਣ ਰਹੇ ਸਟੇਜ ਤੇ ਆ ਜਾਣ ਸ਼ੌਰਾ ਰਿਚਾ ਅਰੋੜਾ ਮੈਮ ਸ਼ਿਵਮ ਨਾਗਪਾਲ ਸਰ ਨੇਹਾ ਮਹਿਤਾ ਮੈਮ ਸਵਾਤੀ ਮੈਮ ਪੂਜਾ ਢੱਲਾ ਮੈਮ ਇਹ ਸਟੇਜ ਤੇ ਆ ਜਾਣ ਮੈਂ ਨਾਂ ਦੁਬਾਰਾ ਅਨਾਊਂਸ ਕਰ ਦਿੰਦਾ ਜੀ ਸ਼ੌਰਾ ਮੈਮ ਰਿਚਾ ਮੈਮ ਸ਼ਿਵਮ ਨਾਗਪਾਲ ਨੇਹਾ ਮਹਿਤਾ ਸਵਾਤੀ ਪੂਜਾ ਢੱਲਾ बोले सो निहाल रोशनी मैम सरोज ग्रोवर मैम शहनाज आशीष राव सर सौरभ खटेर सर अमन कपूर ऐ सारे स्टेज ते आ जान रोशनी मैम सरोज ग्रोवर शहनाज मैम आशीष राव सर सौरभ खटेर सर अमन कपूर ये सारे स्टेज पर आ जाएं। रोशनी मैम शहनाज मैम आशीष राव सर सौरभ खटेर सर अमन कपूर एक जसप्रीत सिंह भी आ जाओ जी जसप्रीत सिंह वीर जी आ जाओ ਇਹ ਟਰਬਨ ਟਾਈਮ ਦੀ ਸੇਵਾ ਕਰਦੇ ਵੀਰ ਬੋਲੇ ਸੋ ਨਿਹਾ ਹੁਣ ਪੰਜਾਬੀ ਦੀ ਸੇਵਾ ਦਿਵਜੋਤ ਸਿੰਘ ਗੁਰਦੀਪ ਵੀਰ ਜੀ ਵੈਦਿਕ ਮੈਥਸ ਤੇ ਗਗਨਪ੍ਰੀਤ ਕੌਰ ਕੀਰਤਨ ਦੀ ਸੇਵਾ
ਜਗਦੀਪ ਜੀ ਕਿੱਧਰ ਹੈ? ਜਗਦੀਪ ਜੀ ਕੋਲ ये उन टीचर्स के नाम अनाउंस हो रहे हैं जिन्होंने पूरा साल ही भलाई केंद्र के बच्चों के लिए बहुत सेवा की है। आशीष राव सर, सौरभ सर, सरदार पवित्र सिंह, बलविंदर कौर मैम, गगनप्रीत कौर बच्ची, ज्ञान बिंदु इंस्टीट्यूट तो ने ऐसा बहुत सेवा की थी। इन्होंने इस साल बच्चों की ज्ञान मंत्रा तो आए ने टीचर, आ जाइए सर, ज्ञान मंत्रा तो आए ने जेड़े टीचर, वह भी आ जाए स्टेज से। योगेंद्र योगी जिन्होंने कंप्यूटर के बच्चों की बहुत सेवा की है, और जसमीत सिंह बच्चा जड़ी आ बुक लॉन्च हुई है उहदे विच उहने एडिटिंग का बहुत वड्डा रोल प्ले किया है। लिखिया सारे टीचर्स ने पर उन्हें बहुत वड्डा रोल प्ले किया है। जसमीत सिंह नोनू बच्चे नूं भी बेनती है कि वह भी स्टेज पर आ जाए। ਹੁਣ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਸਾਡੇ ਵਿੱਚ ਡਾਕਟਰ ਜਸਪਾਲ ਸਿੰਘ ਜੀ ਜਿਹੜੇ ਨੈਸ਼ਨਲ ਮੈਲੋਡੀ ਕਮਿਸ਼ਨ ਦੇ ਮੈਂਬਰ ਔਰ ਵੱਡੇ ਵੱਡੇ ਕਈ ਸੰਸਥਾਵਾਂ ਦੇ ਬੜੇ ਉੱਚੇ ਪਦ ਦੇ ਰਹੇ ਹਨ, ਉਹਨਾਂ ਨੂੰ ਸੁਸਾਇਟੀ ਵੱਲੋਂ ਸੁਸਾਇਟੀ ਦੇ ਚੇਅਰਮੈਨ ਸਾਹਿਬ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਉਹਨਾਂ ਦਾ ਸਨਮਾਨ ਕਰਨਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੁਣ ਸਰਦਾਰ ਹਰਿੰਦਰਪਾਲ ਸਿੰਘ ਜੀ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੇਅਰਮੈਨ ਗੁਰਮਤਿ ਕਾਲਜ ਮਾਤਾ ਸੁੰਦਰੀ, ਭਾਈ ਸਾਹਿਬ ਨੂੰ ਬੇਨਤੀ ਹੈ ਕਿ ਸੁਸਾਇਟੀ ਵੱਲੋਂ ਉਹਨਾਂ ਦਾ ਵੀ ਸਨਮਾਨ ਕਰਨਗੇ। ਬੋਲੇ ਸੋਨਿਆਲ ਸਤਿ ਸ੍ਰੀ ਅਕਾਲ। ਸਾਡੇ ਵਿੱਚ ਇਸ ਇਲਾਕੇ ਦੇ ਵਿਧਾਇਕ ਸਾਹਿਬ ਸ਼੍ਰੀ ਐਸ ਕੇ ਬੱਗਾ ਜੀ ਆਏ ਹਨ, ਉਹ ਵੀ ਹਰ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਰੱਖਦੇ ਹਨ। ਭਾਈ ਸਾਹਿਬ ਨੂੰ ਬੇਨਤੀ ਹੈ, ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਹੁਣ ਸਾਡੇ ਵਿੱਚ ਜਿਹੜੇ ਸਾਡੇ ਸਾਨੂੰ ਪ੍ਰੇਰਣਾ ਜਿਹੜੇ ਦਿੰਦੇ ਹਨ ਇਸ ਸੁਸਾਇਟੀ ਜਿਹੜੀ ਹੈ ਉਹਦੇ ਚੇਅਰਮੈਨ ਸਾਹਿਬ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦਾ ਹੁਣ ਪੂਰੀ ਸੁਸਾਇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਬੱਗਾ ਸਾਹਿਬ ਹਰਿੰਦਰ ਵੀਰ ਜੀ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਦਾ ਸੁਸਾਇਟੀ ਵੱਲੋਂ ਸਨਮਾਨ ਕਰਨ ਲਈ। ਸੋ ਨਿਹਾਲ ਸਤਿ ਸ੍ਰੀ ਅਕਾਲ।
ਸਾਰਾ ਸਾਲ ਭਾਈ ਸਾਹਿਬ ਦੇ ਜਿਹੜੇ ਸੁਝਾਅ ਨੇ ਉਹਨਾਂ ਦੀ ਸੇਵਾਵਾਂ ਨੇ ਉਹ ਸੁਸਾਇਟੀ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਮੇਨ ਜਿਹੜਾ ਦਿੱਲੀ ਦਾ ਸਾਰਾ ਕਾਰਜ ਹੈ ਉਹ ਭੈਣ ਜਗਜੀਤ ਕੌਰ ਜੀ, ਜਦੋਂ ਵੀ ਭੈਣ ਜੀ ਨੂੰ ਫੋਨ ਕਰੋ, ਭੈਣ ਜੀ ਅਗਰ ਫੋਨ 'ਤੇ ਕਿਸੇ 'ਤੇ ਗੱਲ ਵੀ ਕਰ ਰਹੇ ਹਨ ਤਾਂ ਤੁਰੰਤ ਉਹਨਾਂ ਦਾ ਕਾਲ ਬੈਕ ਆ ਜਾਂਦਾ ਹੈ। ਔਰ ਇਹ ਸਾਰੀ ਸੇਵਾਵਾਂ ਜਿਹੜੀਆਂ ਹਨ ਭੈਣ ਜੀ ਜਿਹੜੀਆਂ ਹਨ ਉਹ ਨਿਸ਼ਕਾਮ ਤੌਰ ਦੇ ਉੱਤੇ ਕਰਦੇ ਹਨ। ਐ ਸੋ ਨਿਹਾਲ ਸਾ ਸ੍ਰੀ ਅਕਾਲ। ਪਟਿਆਲੇ ਤੋਂ ਜਸਵਿੰਦਰ ਵੀਰ ਜੀ ਆਏ ਹਨ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਟੇਜ ਦੇ ਨੇੜੇ ਆ ਜਾਣ। ਉਚੇਚੇ ਤੌਰ 'ਤੇ ਵੀਰ ਜੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਜਿਹੜੀ ਉਹ ਪੁਸਤਕ ਭਾਈ ਮਤੀਦਾਸ ਜੀ 'ਤੇ ਲਿਖੀ ਹੈ। ਔਰ ਵੀ ਆਪਣੀ ਸੇਵਾਵਾਂ ਹਰ ਸਾਲ ਵੀਰ ਜੀ ਜਿਹੜੀਆਂ ਹਨ ਉਹ ਕੈਂਪ ਲਈ ਦਿੰਦੇ ਹਨ। ਸਤਿ ਸ੍ਰੀ ਅਕਾਲ। ਕਵਲਜੀਤ ਵੀਰ ਜੀ ਜਿਹੜੇ ਕਾਲਕਾ ਜੀ ਤੋਂ ਆਏ ਹਨ, ਬਹੁਤ ਸੇਵਾਵਾਂ ਜਿਹੜੀਆਂ ਹਨ ਸੁਸਾਇਟੀ ਲਈ ਕਰਦੇ ਹਨ। ਵੀਰ ਕਵਲਜੀਤ ਜੀ, ਕਵਲਜੀਤ ਸਿੰਘ ਜੀ ਕਾਲਕਾ ਜੀ ਤੋਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਡੇ ਸਰਬਜੀਤ ਸਿੰਘ ਜੀ ਨਾਗੀ ਵੀਰ ਜੀ ਬੈਠੇ ਹਨ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਵੱਧ ਚੜ੍ਹ ਕੇ ਸੇਵਾ ਕਰਦੇ ਹਨ, ਉਹ ਸਟੇਜ 'ਤੇ ਆ ਜਾਣ, ਉਹਨਾਂ ਦਾ ਵੀ ਸਨਮਾਨ ਕੀਤਾ ਜਾਏਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਰਦਾਰ ਇੰਦਰਪਾਲ ਸਿੰਘ ਜੀ, ਬੱਗਾ ਸਾਹਿਬ ਔਰ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਸਾਡੇ 'ਚ ਬੜੇ ਹੀ ਪਤਵੰਤੇ ਸੱਜਣ ਜਿਹੜੇ ਹਨ। ਸਰਦਾਰ ਅਰੂੜ ਸਿੰਘ ਜੀ ਜਿਨ੍ਹਾਂ ਦੀ ਸਿਹਤ ਵੀ ਅਲਾਊ ਨਹੀਂ ਕਰਦੀ, ਫਿਰ ਵੀ ਉਹ ਆਪ ਬੜਾ ਹਿੰਮਤ ਮਾਰ ਕੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰਦੇ ਹਨ, ਉਹਨਾਂ ਨੂੰ ਬੇਨਤੀ ਹੈ ਸਟੇਜ ਦੇ ਨੇੜੇ ਆ ਜਾਣ। ਸਰਦਾਰ ਮਨੋਹਰ ਸਿੰਘ ਜੀ ਜਿਹੜੇ ਸਿੱਖ ਕਮੇਟੀ 'ਚ ਹਨ, ਸਰਦਾਰ ਸਰੂਪ ਸਿੰਘ ਜੀ, ਇਹਨਾਂ ਨੂੰ ਵੀ ਬੇਨਤੀ ਹੈ ਉਹ ਸਟੇਜ ਦੇ ਨੇੜੇ ਆ ਜਾਣ। ਭਾਈ ਸਾਹਿਬ ਵੱਲੋਂ ਇਹਨਾਂ ਦਾ ਵੀ ਸਨਮਾਨ ਕੀਤਾ ਜਾਏਗਾ ਸੁਸਾਇਟੀ ਵੱਲੋਂ। ਮੈਂ ਬੇਨਤੀ ਕਰਦਾ ਕਿ ਅਰੂੜ ਸਿੰਘ ਜੀ ਨੂੰ ਕੋਈ ਪਕੜ ਕੇ ਲੈ ਨਾਲ ਉਹਨਾਂ ਦੀ ਮਦਦ ਕਰੇ। ਉੱਥੇ ਹੀ ਮੈਂ ਜਸਵੀਰ ਜੀ ਨੂੰ ਬੇਨਤੀ ਕਰਨਾ ਕਿ ਉੱਥੇ ਹੀ ਪਾਏਗੇ, ਥੋੜ੍ਹੀ ਉਹਨਾਂ ਦੀ ਸਿਹਤ ਜਿਹੜੀ ਹੈ ਠੀਕ ਨਹੀਂ ਹੈ। ਵਿਦਿਆਪੀਠ ਅਕੈਡਮੀ ਵਾਲੇ ਜਿਹੜੇ ਵੀਰ ਜੀ ਆਏ ਹਨ ਉਹਨਾਂ ਨੂੰ ਵੀ ਬੇਨਤੀ ਹੈ, ਉਹਨਾਂ ਦਾ ਬਹੁਤ ਵੱਡਾ ਜਿਹੜਾ SSC ਲਈ ਤਿਆਰੀ ਕਰਾ ਰਹੇ ਹਨ, ਉਹਨਾਂ ਨੂੰ ਬੇਨਤੀ ਹੈ ਇਸ ਚੀਜ਼ ਦੇ ਨੇੜੇ ਆ ਜਾਣ। ਵਿਦਿਆਪੀਠ ਅਕੈਡਮੀ ਦਿੱਲੀ ਦੀ ਬੜੀ ਜਾਨੀ ਮਾਨੀ ਅਕੈਡਮੀ ਹੈ, ਜਿਹੜੇ ਬੱਚਿਆਂ ਨੂੰ SSC ਦੀ ਤਿਆਰੀ ਕਰਾਉਂਦੇ ਨੇ, ਹੋਰ ਵੀ ਕਈ ਪ੍ਰੋਫੈਸ਼ਨਲ ਕੋਰਸਿਸ ਲਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੱਚਿਆਂ ਨੂੰ ਬੇਨਤੀ ਹੈ ਸਿਰਫ 5 ਮਿੰਟ ਵਿੱਚ ਆਨੰਦ ਸਾਹਿਬ ਦਾ ਪਾਠ ਚਾਲੂ ਕਰਨ ਲੱਗਿਆਂ, ਕਿਰਪਾ ਕਰਕੇ ਬੈਠ ਜਾਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਰੇ ਹੀ ਸੰਗਤਾਂ ਦਾ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਸਮਾਂ ਦਿੱਤਾ ਹੈ। ਭਾਈ ਸਾਹਿਬ ਨੂੰ ਬੇਨਤੀ ਹੈ ਕਿ ਆਨੰਦ ਸਾਹਿਬ ਦਾ ਪਾਠ ਆਰੰਭ ਕਰ ਦੇ।
गुरु प्यारी साहिब संगत जी, वाहेगुरु जी का खालसा, वाहेगुरु जी की फतेह। बहुत ही धन्यवादी हाँ भाई साहब भाई गुर इकबाल सिंह जी, जो महापुरशां दे प्यार दा सदका गुरु ग्रंथ साहिब जी की छत्र छाया हेठ जो ये भाई मतीदास एजुकेशनल कैंप साढ़े गुरद्वारा धन गुरु नानक भाई लालो जी विखे ये जो हर साल सेवा मिलती है, असी पूरी ही प्रबंधक कमेटी भाई साहब जी और समूह जो साढ़े टीचर्स और जो साढ़े भैन जी जगजीत कौर जी उन्होंने सारे साथी उन्हों का ही धन्यवाद करते हैं। सानू इस सेवा दे माण इतों की संगतों नूं मिलता है, इतों के स्थान नूं मिलता है, बड़े धन्यवादी हाँ। नाल ही वीर हरिंदरपाल जी, नाल साढ़े डॉक्टर जसपाल सिंह जी और जिहड़े भी वीर साढ़े पतवंते आए सारे धन्यवाद करते हैं। गुरु साहब इस तरह ही प्यार सत्कार नाल सेवा लैंदे रहन। वाहिगुरु जी का जल सेवा जोड़े सेवा वाले नूं बेनती आ के अपना सरोपा लै लैन। अकाल चैनल नूं सबसक्राइब करो, नवी वीडियोस दी नोटिफिकेशन दे लई बैल आइकन नूं क्लिक करना ना भूलना। बोले सा।